ਕੋਈ ਆਵੇ ਸਾਨੂੰ ਤਾਂ ਕੰਮ ਚਾਹੀਦਾ ਕੋਈ ਕਰਨ ਆਮ ਪਾਰਟੀ ਦਾ ਨਹੀਂ ਕੋਈ ਇੱਥੇ ਹੈਗਾ ਮੌਜੂਦਾ ਸਰਕਾਰ ਨੇ ਇਹੋ ਜਿਹੇ ਕੰਮ ਕੀਤੇ ਨੇ ਕਿ ਜਿਹਦੇ ਨਾਲ ਲੋਕੀ ਡਰਨੇ ਸ਼ੁਰੂ ਹੋ ਗਏ ਮੋਦੀ ਆਵੇ ਤਾਂ ਠੀਕ ਆ ਬਾਕੀ ਹੈ ਆਵੇ ਤਾਂ ਇਹਨਾਂ ਨੇ ਪੱਪੂ ਕੋ ਕੰਮ ਨਹੀਂ ਹੋਣਾ ਵੀ ਮੋਦੀ ਸਾਹਿਬ ਨੇ ਦੋ ਗਲਤੀਆਂ ਇੱਕ ਗਲਤੀ ਸਭ ਤੋਂ ਵੱਡੀ ਕੀਤੀ ਨੋਟਬੰਦੀ ਕਰਕੇ ਉਸ ਤੋਂ ਵੱਡੀ ਗਲਤੀ ਕੀਤੀ GST ਕਰਕੇ ਹੁਣ ਔਜਲਾ ਸਾਹਿਬ ਹੈ ਭਾਵੇਂ ਚਲੋ ਕੰਮ ਕਰਨ ਜਾਂ ਨਾ ਕਰਨ ਦੁਕਾਨਾਂ ਤੇ ਆਈ ਨਾ ਮਿਲਦੇ ਤੇ ਹੈ ਨਾ ਸਾਰੇ ਚਲੋ ਮੈਂ ਮੰਨ ਲੈਣਾ ਬੀਜੇਪੀ ਦੀ ਗਵਰਨਮੈਂਟ ਗਲਤ ਹੈ ਇਹਨਾਂ ਨੂੰ ਕੱਢ ਦਿਓ ਇਹ ਹੈ ਵੋ ਆਇਆ ਹੋਰ ਕੋਈ ਆਲਟਰਨੇਟਿਵ ਨਜ਼ਰ ਆਉਂਦਾ ਪਿਆ GST ਨੇ ਔਰ ਨੋਟਬੰਦੀ ਨੇ ਬਿਲਕੁਲ ਦੇਸ਼ ਦਾ ਬੇੜਾ ਗਰਕ ਕਰਤਾ ਹਰਦੀਪ ਸਿੰਘ ਪੁਰੀ ਕੇਂਦਰ ਦੇ ਵਿੱਚ ਕਹਿੰਦੇ ਮੰਤਰੀ ਆ ਦੇਖੋ ਜੀ ਜਿਹੜੇ ਬੰਦੇ ਮੰਦਰਾਂ ਦੇ ਘੰਟੀਆਂ ਵਜਾਉਣ ਵਾਲੇ ਬੰਦੇ ਹੋਣ ਨਾ ਉਹਨਾਂ ਨੂੰ ਰਾਜਨੀਤੀ ਨਹੀਂ ਆਉਣਾ ਚਾਹੀਦਾ ਪਹਿਲੀ ਦਫਾ ਆਪਨੇ ਮੀਡੀਆ ਕੇ ਬਾਤ ਕੀ ਹੈ ਮਾਰੀ ਮੀਡੀਆ ਸੁਣਤਾ ਹੀ ਨਹੀਂ ਹੈ ਮੀਡੀਆ ਕੌਣ ਕਿਸਕਾ ਹੈ ਮੀਡੀਆ ਜਿੰਨੇ ਲੋਕੋ ਨੇ ਖਰੀਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਇਸ ਟਾਈਮ ਤੇ ਗੱਲ ਕਰਾਂਗੇ ਅੰਮ੍ਰਿਤਸਰ ਸ਼ਹਿਰ ਦੀ ਜਿੱਥੇ ਕਿ ਲੋਕ ਸਭਾ ਇਲੈਕਸ਼ਨ ਦੀ ਗੱਲਬਾਤ ਹੋ ਰਹੀ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਸਿਆਸੀ ਪਾਰਾ ਜਿਹੜਾ ਇਸ ਟਾਈਮ ਭੱਖ ਚੁੱਕਾ ਹੈਗਾ ਵਾ ਰਾਜਨੀਤੀ ਦੇ ਵਿੱਚ ਬੜੇ ਬੜੇ ਵੱਡੇ ਦਿੱਗਜ ਨੇਤਾ ਇਸ ਟਾਈਮ ਦੇ ਉੱਤੇ ਆਪਣੀ ਜ਼ੋਰ ਅਜਮਾਇਸ਼ ਕਰ ਰਹੇ ਆ ਜੇ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰਦੇ ਹਾਂ ਤੇ ਅੰਮ੍ਰਿਤਸਰ ਦੇ ਵਿੱਚੋਂ ਇਸ ਟਾਈਮ ਦੇ ਉੱਤੇ ਇੱਕ ਪਾਸਿਓਂ ਗੁਰਜੀਤ ਸਿੰਘ ਔਜਲਾ ਕਾਂਗਰਸ ਤੋਂ ਖੜੇ ਹੈਗੇ ਆ ਤੇ ਦੂਜੇ ਪਾਸਿਓਂ ਹਰਦੀਪ ਸਿੰਘ ਪੁਰੀ ਜਿਹੜੇ ਕਿ ਕੇਂਦਰ ਦੇ ਵਿੱਚ ਮੰਤਰੀ ਰਹੇ ਆ 5 ਸਾਲ ਉਹ ਇੱਥੇ ਇਸ ਟਾਈਮ ਆਪਣਾ ਸਿਆਸੀ ਭਵਿੱਖ ਦਾਅ ਤੇ ਲਾ ਚੁੱਕੇ ਹੈਗੇ ਆ ਦੋਵੇਂ ਪਾਰਟੀਆਂ ਵੱਡੀ ਵੱਡੀ ਦਾਅਵੇਦਾਰੀ ਕਰ ਰਹੀਆਂ ਹੈਗੀਆਂ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਵਿਖੜ ਚੁੱਕੀ ਆਮ ਆਦਮੀ ਪਾਰਟੀ ਸਹਾਰਾ ਲੱਭ ਰਹੀ ਆ ਪਰ ਕਿਤੇ ਨਾ ਕਿਤੇ ਸਹਾਰਾ ਵੀ ਸ਼ਾਇਦ ਬਹੁਤ ਮੁਸ਼ਕਲ ਮਿਲ ਰਿਹਾ ਹੈਗਾ ਵਾ ਇਸ ਟਾਈਮ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਆਪਾਂ ਉਹਨਾਂ ਵੀਰਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਅੰਮ੍ਰਿਤਸਰ ਦੇ ਮੂਲ ਨਿਵਾਸੀ ਆ ਉਹ ਭਾਵੇਂ ਆਮ ਆਦਮੀ ਹੈਗਾ ਵਾ ਉਹ ਭਾਵੇਂ ਦੁਕਾਨਦਾਰ ਹੈਗਾ ਵਾ ਜਾਂ ਉਹ ਵਪਾਰੀ ਵਰਗ ਹੈਗਾ ਵਾ ਉਹਨਾਂ ਨੂੰ ਪੁੱਛਦੇ ਹਾਂ ਕਿ ਅੰਮ੍ਰਿਤਸਰ ਦੇ ਵਕਤ ਤੇ ਕੀ ਸੋਚਦੇ ਹੈਗੇ ਆ ਕੀ ਮੁੱਖ ਮੰਗਾਂ ਵਾ ਅੰਮ੍ਰਿਤਸਰ ਸ਼ਹਿਰ ਦੀਆਂ ਹਰਦੀਪ ਸਿੰਘ ਪੁਰੀ ਜੀ ਅੱਗੇ ਆਉਣਗੇ ਜਾਂ ਗੁਰਜੀਤ ਸਿੰਘ ਔਜਲਾ ਇਸ ਟਾਈਮ ਜਿਹੜੇ ਕਿ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹੈਗੇ ਆ ਕਿਹੜੀ ਸਰਕਾਰ ਅੱਗੇ ਆਊਗੀ ਕੇਂਦਰ ਦੇ ਵਿੱਚ ਭਾਈਵਾਲ ਸਰਕਾਰ ਬਣੂਗੀ ਜਾਂ ਅਕਾਲੀ ਭਾਜਪਾ ਸਰਕਾਰ ਅੱਗੇ ਆ ਸਕਦੀ ਆ ਜਾਂ ਕਾਂਗਰਸ ਪਾਰਟੀ ਇਹ ਤੇ ਆਉਣ ਵਾਲਾ ਭਵਿੱਖ ਹੀ ਤੈਅ ਕਰੇਗਾ ਕਿਉਂਕਿ 19 ਤਰੀਕ ਨੂੰ ਵੋਟਿੰਗ ਹੋਣੀ ਆ 23 ਤਰੀਕ ਨੂੰ ਰਿਜ਼ਲਟ ਨਿਕਲਣਾ 23 ਤਰੀਕ ਦਾ ਦੁਪਹਿਰ ਦਾ ਸਮਾਂ ਜਿਹੜਾ ਕਿ ਇਸ ਦੇਸ਼ ਦੀ ਜਿਹੜੀ ਕਿ ਭਾਰਤ ਦੇਸ਼ ਦੀ ਰਾਜਨੀਤੀ ਦਾ ਭਵਿੱਖ ਤੈਅ ਕਰੂਗਾ ਕਿ ਕਿਹੜੀ ਪਾਰਟੀ ਆਪਣੇ ਜੁਮਲੇ ਵਿਖਾਲ ਕੇ ਅੱਗੇ ਆਉਂਦੀ ਹੈਗੀ ਆ 72,000 ਰੁਪਈਆ ਕਾਂਗਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈਗਾ ਕਿ ਗਰੀਬ ਪਰਿਵਾਰਾਂ ਨੂੰ ਦਿੱਤਾ ਜਾਊਗਾ ਕਾਂਗਰਸ ਪਾਰਟੀ ਨੇ ਇੱਕ ਵੱਡੇ ਦਾਅਵੇਦਾਰੀ ਕੀਤੀ ਹੈਗੀ ਆ ਤੇ ਜੇ ਪਿਛਲੀ ਸਰਕਾਰ ਦੀ ਗੱਲ ਕਰਦੇ ਹਾਂ ਤੇ ਗਰੀਬ ਨੂੰ ਉੱਚਾ ਚੁੱਕਣ ਵਾਸਤੇ ਆਮ ਪਰਿਵਾਰਾਂ ਤੱਕ 15-15 ਲੱਖ ਦੀਆਂ ਗੱਲਾਂ ਕੀਤੀਆਂ ਗਈਆਂ ਸੀ ਕੋਈ ਵੀ ਗੱਲਬਾਤ ਅਜੇ ਤੱਕ ਪੂਰੀ ਹੋਈ ਆ ਉਹ ਆਮ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਅੰਮ੍ਰਿਤਸਰ ਦੇ ਨਿਵਾਸੀ ਸੱਜਣਾਂ ਨੂੰ ਮਿਲਦੇ ਹਾਂ ਆਓ ਜਾਣਦੇ ਹਾਂ ਆਪਾਂ ਅੰਮ੍ਰਿਤਸਰ ਦੇ ਵਿਚਾਰ ਅੰਮ੍ਰਿਤਸਰ ਦੇ ਨਿਵਾਸੀਆਂ ਦੇ ਰਾਹੀਂ ਕੀ ਸੋਚਦੇ ਆ ਭਵਿੱਖ ਦੀ ਰਾਜਨੀਤੀ ਜਾਂ ਅੰਮ੍ਰਿਤਸਰ ਦੇ ਵਿੱਚ ਕਿਹਦੀ ਦਾਅਵੇਦਾਰੀ ਹੋ ਸਕਦੀ ਆ ਪਹੁੰਚ ਚੁੱਕੇ ਹੈਗੇ ਆ ਕੂਪਰ ਰੋਡ ਦੇ ਉੱਤੇ ਜਿੱਥੇ ਕਿ ਇਸ ਟਾਈਮ ਤੇ ਸਵੇਰ ਦਾ ਟਾਈਮ ਹੈਗਾ ਜਿੱਥੇ ਇੱਥੋਂ ਸ਼ਹਿਰ ਦੇ ਕੁਝ ਪਤਵੰਤ ਸੱਜਣ ਜਿਹੜੇ ਕਿ ਇੱਥੇ ਪਹੁੰਚੇ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਥੇ ਗਿਆਨੀ ਜੀ ਟੀ ਸਟਾਲ ਵਾਲੇ ਹੈਗੇ ਆ ਗਿਆਨੀ ਜੀ ਜਿਹੜੇ ਕਿ ਚਾਹ ਦਾ ਆਨੰਦ ਮਾਣਨ ਵਾਸਤੇ ਉਹਨਾਂ ਕੋਲ ਸਵੇਰੇ ਇੱਥੇ ਇਹ ਵੀਰ ਇੱਥੇ ਪਹੁੰਚਦੇ ਹੈਗੇ ਆ ਸੈਰ ਕਰਕੇ ਜਾਂ ਕੁਛ ਨੇ ਸੈਰ ਤੇ ਜਾਣਾ ਹੁੰਦਾ ਵਾ ਉਹ ਤੋਂ ਪਹਿਲਾਂ ਚਾਹ ਦਾ ਆਨੰਦ ਮਾਣਦੇ ਇੱਥੇ ਆਣ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਵੇਰ ਦਾ ਟਾਈਮ ਹੈਗਾ ਵਾ ਕੀ ਮਾਹੌਲ ਹੈਗਾ ਵਾ ਇਸ ਗਰਮੀ ਦੇ ਵਿੱਚ ਕਿਹਦੀ ਸਰਕਾਰ ਬਣਨ ਜਾ ਰਹੀ ਹੈਗੀ ਆ ਜੇ ਆਪਾਂ ਤਪਸ਼ ਦੀ ਗੱਲ ਕਰਦੇ ਹਾਂ ਤੇ ਅਸਮਾਨ ਵੀ ਤਪ ਰਿਹਾ ਇਸ ਟਾਈਮ ਦੇ ਉੱਤੇ ਤੇ ਜੇ ਜ਼ਮੀਨੀ ਪੱਧਰ ਦੀ ਗੱਲ ਕਰਦੇ ਹਾਂ ਤੇ ਜ਼ਮੀਨੀ ਪੱਧਰ ਤੇ ਇਸ ਟਾਈਮ ਦੇ ਉੱਤੇ ਲੋਕ ਸਭਾ ਇਲੈਕਸ਼ਨ ਨੇ ਪੂਰੇ ਪੰਜਾਬ ਨੂੰ ਭਖਾ ਕੇ ਰੱਖਿਆ ਹੋਇਆ ਵਾ ਦੋਵੇਂ ਪਾਸਿਓਂ ਤਪਸ਼ ਪੂਰੀ ਹੈਗੀ ਆ ਜੇ ਵੋਟਾਂ ਦੀ ਤਪਸ਼ ਪੂਰੀ ਹੈਗੀ ਆ ਤੇ ਕਿਤੇ ਨਾ ਕਿਤੇ ਅਸਮਾਨ ਤੋਂ ਵੀ ਇਸ ਟਾਈਮ ਤਪਸ਼ ਹੈਗੀ ਆ ਇੱਥੇ ਕੁਝ ਸੱਜਣ ਜਿਹੜੇ ਚਾਹ ਦਾ ਆਨੰਦ ਮਾਣਨ ਵਾਸਤੇ ਆਏ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕੀ ਲੱਗਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿ ਕੌਣ ਜਿੱਤੂਗਾ ਹਰਦੀਪ ਸਿੰਘ ਪੁਰੀ ਜੀ ਅੱਗੇ ਆਉਣਗੇ ਜਾਂ ਔਜਲਾ ਸਾਹਿਬ ਦੇਖੋ ਜੀ ਔਜਲਾ ਸਾਹਿਬ ਦਾ ਸਭ ਪਾਸੇ ਜ਼ੋਰ ਚੱਲਦਾ ਪਿਆ ਪੁਰੀ ਸਾਹਿਬ ਵੀ ਆਪਣੀ ਜਗ੍ਹਾ ਲੱਗੇ ਆ ਸਾਨੂੰ ਤਾਂ ਕੋਈ ਆਵੇ ਸਾਨੂੰ ਤਾਂ ਕੰਮ ਚਾਹੀਦਾ ਕੋਈ ਕਰਨ ਕਿਹੋ ਜਿਹਾ ਕੰਮ ਚਾਹੀਦਾ ਤੁਹਾਨੂੰ ਕੰਮ ਸਾਰੇ ਵਾਸਤੇ ਯੂਥ ਵਾਸਤੇ ਸ਼ਹਿਰ ਦਾ ਵਿਕਾਸ ਹੋਵੇ ਸੜਕਾਂ ਦੇਖੋ ਕਿਵੇਂ ਆ ਕੀ ਹਾਲ ਹੈ ਆਟੋਆਂ ਦਾ ਬੱਚੇ ਕਿਸੇ ਨੇ ਐਕਸੀਡੈਂਟ ਹੋ ਰਹੇ ਆ ਸਾਨੂੰ ਤਾਂ ਵਿਕਾਸ ਚਾਹੀਦਾ ਸਾਡੇ ਲੋ ਜਿਹੜਾ ਮਰਜ਼ੀ ਆਵੇ ਸਾਨੂੰ ਤਾਂ ਉਹਦੇ ਕੋਈ ਪ੍ਰੋਬਲਮ ਨਹੀਂ ਬੰਦਾ ਸਹੀ ਹੋਣਾ ਚਾਹੀਦਾ
ਬੰਦਾ ਕਿਹਨੂੰ ਸਹੀ ਮੰਨਦੇ ਦੋਵਾਂ ਦੇ ਵਿੱਚ ਕਿਹੜਾ ਲੱਗਦਾ? ਦੇਖੋ ਇਹ ਜਿੱਤਣ ਤੋਂ ਬਾਅਦ ਸਾਰੇ ਕੋਈ ਪਹਿਲੇ ਸਾਰੇ ਸਹੀ ਲੱਗਦੇ, ਜਿੱਤਣ ਤੋਂ ਬਾਅਦ ਕੋਈ ਪਤਾ ਨਹੀਂ ਲੱਗਦਾ ਕਿੰਨੇ ਆਣਾ ਤੇ ਕਿੰਨੇ ਨਹੀਂ ਆਣਾ। ਬਿਲਕੁਲ ਜੀ, ਮੇਨ ਇਹਨਾਂ ਮੈਸੇਜ ਹੈਗਾ ਕਿ ਜਿੱਤਣ ਤੋਂ ਬਾਅਦ ਅਜੇ ਤੱਕ ਵਿਕਾਸ ਦੀ ਗੱਲ ਤੇ ਛੱਡੋ, ਚੰਗੇ ਮਾੜੇ ਦਾ ਵੀ ਪਤਾ ਨਹੀਂ ਲੱਗਦਾ ਹੈਗਾ। ਜਿੱਤਣ ਤੋਂ ਪਹਿਲਾਂ ਤੇ ਲਗਭਗ ਸਾਰੇ ਚੰਗੇ ਹੁੰਦੇ ਆ, ਪਰ ਜਿੱਤਣ ਤੋਂ ਬਾਅਦ ਦੇ ਵਿੱਚ ਕਿੰਨੇ ਕੀ ਕਰਨਾ ਹੈਗਾ ਵਾ ਕੁਝ ਪਤਾ ਨਹੀਂ ਲੱਗਦਾ। ਕੀ ਲੱਗਦਾ ਤੁਹਾਨੂੰ ਆਉਣੇ ਸਮੇਂ ਤੇ ਜਿਹੜੇ GST ਹੋਈ ਸੀ, ਨੋਟਬੰਦੀ ਹੋਈ ਸੀ, ਉਹਦੇ ਬਾਅਦ ਕੋਈ ਫਰਕ ਪਿਆ ਸ਼ਹਿਰ ਨੂੰ? ਨਹੀਂ, ਸ਼ਹਿਰ ਨੂੰ ਫਰਕ ਕੀ ਪੈਣਾ, ਕਾਰੋਬਾਰ ਚੱਲਦੇ ਪਏ, ਸਭ ਕੁਝ ਹੋ ਰਿਹਾ, ਪਰ ਉਹਦੇ ਮਤਲਬ ਬੈਨੀਫਿਟ ਨਹੀਂ ਨਾ ਕੋਈ ਮਿਲ ਰਿਹਾ। ਜੇ ਆਪਾਂ ਕੋਈ GST ਭਰਨਾ ਪਿਆ ਉਹਦਾ ਬੈਨੀਫਿਟ ਵੀ ਚਾਹੀਦਾ ਨਾ ਪਬਲਿਕ ਨੂੰ, ਬੱਚਿਆਂ ਨੂੰ, ਸਭ ਨੂੰ, ਕੋਈ ਬੈਨੀਫਿਟ ਤਾਂ ਹੈ ਹੀ ਨਹੀਂ ਗਾ। ਤੁਸੀਂ ਆਪ ਹੀ ਦੇਖੋ ਸੜਕਾਂ ਦੇ ਕੀ ਹਾਲ ਹੈ, ਟ੍ਰੈਫਿਕ ਦਾ ਕੀ ਹਾਲ ਹੈ, ਕੋਈ ਕੰਟਰੋਲ ਨਹੀਂ, ਪੁਲਿਸ ਵਾਲੇ ਸਾਈਡ 'ਤੇ ਬੈਠੇ ਆ, ਐਕਸੀਡੈਂਟ ਦੇ ਐਕਸੀਡੈਂਟ ਹੋ ਰਹੇ, ਕੋਈ ਪਰਵਾਹ ਹੀ ਨਹੀਂ। ਆਟੋ ਵਾਲਾ ਜਿੱਥੇ ਖੜ੍ਹਾ ਜਿੱਥੇ ਮਰਜ਼ੀ ਮਾਰਦਾ ਪਿਆ, ਜਿੱਥੇ ਮਰਜ਼ੀ ਕਰਦਾ ਪਿਆ, ਕਿਸੇ ਨੂੰ ਉਹਦਾ ਹੀ ਕੋਈ ਫਰਕ ਨਹੀਂ ਗਾ। ਉਹ ਵੋਟਾਂ ਤੱਕ ਆਪਾਂ ਸੀਮਤ ਹੈਗੇ ਆ, ਲੀਡਰ ਸਾੜਨਾ ਜਦੋਂ ਕਰ, ਵੋਟਾਂ ਦਾ ਕੀ ਆ, ਦੇਖੋ ਘਰ ਘਰ ਆਉਣਗੇ ਵੋਟਾਂ, ਬਾਅਦ ਤੁਸੀਂ ਮਿਲਣ ਜਾਓ, ਅਸੀਂ ਉਹ ਬਾਹਰ ਗਏ ਹੈ ਨਹੀਂ ਜੀ, ਉਹ ਬਾਅਦ 'ਚੋਂ ਆਉਣਾ, ਉਹਨਾਂ ਦੇ PA ਹੀ ਨਹੀਂ ਅੱਗੇ ਜਾਣ ਦਿੰਦੇ, ਬਾਅਦ ਦੀ ਤਾਂ ਗੱਲ ਹੀ ਦੂਰ। ਅੱਜ ਕੱਲ੍ਹ ਮਿਲਦੇ ਹੋ ਤੁਹਾਨੂੰ ਉੱਦਾਂ? ਹਾਂ ਬਿਲਕੁਲ ਮਿਲਣਗੇ, ਹਰ ਜਗ੍ਹਾ ਮੀਟਿੰਗਾਂ ਦੇ ਹੱਥ ਮਿਲਾਉਣਗੇ, ਸਭ ਕੋਈ ਗਿਆਨੀ ਟੀ ਸਟਾਲ 'ਤੇ ਵੀ 2-3 ਵਾਰੀ ਹੋ ਗਏ ਆ। ਚਾਹ ਦਾ ਆਨੰਦ ਮਾਣਨ ਵਾਸਤੇ ਇੱਥੇ ਪਹੁੰਚਦੇ ਆ? ਹਾਂ ਬਿਲਕੁਲ, ਚਾਹ ਦਾ ਆਨੰਦ ਨਹੀਂ ਮਾਣਨ ਆਉਂਦੇ, ਸਿਰਫ ਮਿਲਣ ਆਉਣਾ ਉਹਨਾਂ ਨੇ। ਵੋਟਾਂ ਚਾਹੀਦੀਆਂ? ਹਾਂ ਵੋਟਾਂ ਚਾਹੀਦੀਆਂ। ਕੰਪਨੀ ਭਾਅ ਵੀ ਚੱਕਰ ਲਗਾਉਣਗੇ। ਕੀ ਸ਼ੁਭ ਨਾਮ ਆਪਣਾ ਜੀ? ਸੁਤੰਤਰ ਜੈਨ ਜੀ। ਤੁਹਾਨੂੰ ਕਿਵੇਂ ਲੱਗਦਾ ਇੱਥੋਂ ਦਾ ਸ਼ਹਿਰ ਦੇ ਵਿੱਚੋਂ ਕਿੱਧਰਲੇ ਪਾਸੇ ਵੋਟ ਜਾ ਰਹੀ ਹੈਗੀ ਇਸ ਟਾਈਮ ਦੇ ਉੱਤੇ, ਜੇ ਉੱਪਰ ਦੀ ਗੱਲ ਕਰਦੇ ਹਾਂ ਕਿਹੜੀ ਸਰਕਾਰ ਆ ਸਕਦੀ? ਉੱਪਰ BJP ਮੋਦੀ ਆਵੇ ਤਾਂ ਠੀਕ ਆ, ਬਾਕੀ ਹੈ ਆਵੇ ਤਾਂ ਇਹਨਾਂ ਨੇ ਪੱਪੂ ਕੋ ਕੰਮ ਨਹੀਂ ਹੋਣਾ। ਇਸ ਤਰ੍ਹਾਂ ਕੀ ਲੱਗਦਾ ਅੰਮ੍ਰਿਤਸਰ ਦਾ ਕੀ ਮਾਹੌਲ ਲੱਗਦਾ? ਅੰਮ੍ਰਿਤਸਰ ਦਾ ਮਾਹੌਲ ਦੇਖੋ ਜੀ, ਰਲਿਆ ਮਿਲਿਆ ਹੈਗਾ ਵਾ ਕਿ ਨਵੇਂ ਕੈਂਡੀਡੇਟ ਹੈਗਾ BJP ਦੇ, ਅਤੇ ਜੇ ਹਾਰ ਵੀ ਜਾਂਦੇ ਆ ਤਾਂ ਵੀ ਮੰਤਰੀ ਬਣਨੇ ਇਹਨਾਂ ਨੇ। ਹਾਰਨ ਤੋਂ ਬਾਅਦ ਮੰਤਰੀ ਬਣਦਾ ਜੀ, ਅਰੁਣ ਜੇਤਲੀ ਜੀ ਆਏ ਸੀ, ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਹੜੇ ਮੋਦੀ ਦੇ ਨਾਲ ਸੀਨੀਅਰ ਲੀਡਰ ਹੈ ਨਾ, ਉਹਨਾਂ ਨੇ ਮੰਤਰੀ ਬਣਨਾ ਹੀ ਹੈ, ਭਾਵੇਂ ਰਾਜ ਸਭਾ ਜਲ ਕੇ ਜਾਣ ਤੇ ਭਾਵੇਂ ਹਰਦੀਪ ਪੁਰੀ ਜੀ ਹਾਰ ਕੇ ਜਾਣਗੇ, ਤੁਹਾਨੂੰ ਕੀ ਲੱਗਦਾ? ਮੰਤਰੀ ਆਣਗੇ ਵੀ ਨਹੀਂ, ਹਾਰ ਕੇ ਵੀ ਮੰਤਰੀ ਬਣਨਗੇ? ਹਾਰ ਕੇ ਵੀ ਮੰਤਰੀ ਬਣਨਗੇ, ਤੇ ਹਰਾਉਣਾ ਹੀ ਕਿਉਂ ਆ ਜੇ ਮੰਤਰੀ ਬਣਾਉਣਾ ਤੁਸੀਂ? ਪਤਾ ਕੀ, ਜਨਤਾ ਰੋ ਕੇ ਹੈਗਾ ਵਾ, ਉਹ ਕਹਿੰਦੇ ਆ ਕਿ ਇੱਥੋਂ ਦੇ ਰਹਿਣ ਵਾਲੇ ਨਹੀਂ ਹੈਗੇ, ਦਿੱਲੀਓਂ ਆਏ ਆ, ਮਤਲਬ ਹਾਂ ਬਾਕੀ ਹੈਗਾ ਕਿ ਉਹ ਕਹਿੰਦੇ ਇਹ ਬਾਹਰੋਂ ਆਏ ਹੈ, ਇਹ ਬਾਹਰ ਚਲੇ ਜਾਣਗੇ, ਦੁਬਾਰਾ ਸਾਨੂੰ ਕਿਸ ਨੂੰ ਮਿਲਣ ਜਾਵਾਂਗੇ, ਕਿਸ ਨੂੰ ਮਿਲਾਂਗੇ, ਕਿੱਥੇ ਮਿਲਾਂਗੇ ਇਹਨਾਂ ਨੂੰ? ਆਪਣੇ ਕੋਈ ਟਿਕਾਣਾ ਜਾਂ ਕੁਛ ਵੀ ਹੈ? ਕੋਈ ਹੈ, ਇੱਕ ਇਨਸਾਨ ਦਾ ਟਿਕਾਣਾ ਤਾਂ ਹੁੰਦਾ ਨਾ, ਹੁਣ ਔਜਲਾ ਸਾਹਿਬ ਹੈ ਭਾਵੇਂ ਚਲੋ ਕੰਮ ਕਰਨ ਚਾਹੇ ਨਾ ਕਰਨ, ਟਿਕਾਣਾ ਤਾਂ ਹੈ ਹੀ ਨਾ, ਮਿਲਦੇ ਤਾਂ ਹੈ ਨਾ ਸਾਰੇ। 2 ਸਾਲ ਦੇ ਵਿੱਚ ਔਜਲਾ ਸਾਹਿਬ ਵੀ ਕਹਿੰਦੇ ਹੈਗੇ ਬੜੇ ਕੰਮ ਕੀਤੇ ਸੀ, ਅਕਾਲ ਚੈਨਲ ਦੀ ਟੀਮ ਉਹਨਾਂ ਦੇ ਕੋਲ ਪਹੁੰਚੀ ਸੀ, ਉਹਨਾਂ ਕਿਹਾ ਵਿਕਾਸ ਦੇ ਨਾਮ ਤੇ ਵੋਟਾਂ ਮੰਗਣ। ਯਾਰ ਸਾਰੇ ਹੀ ਕਹਿ ਰਹੇ ਕੰਮ ਤਾਂ ਸਾਰੇ ਕਹਿੰਦੇ ਪਏ, ਹੁਣ ਮੋਦੀ ਸਾਹਿਬ ਵੀ ਕੀਤੇ ਹੈ, ਹੁਣ ਸਾਰਿਆਂ ਨੇੜ ਤੇ ਆਉਂਦਾ ਹੀ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਦੇ ਸਾਹਮਣੇ। ਕੀ ਸ਼ੁਭ ਨਾਮ ਤੁਹਾਡਾ? ਜੋਗਾ ਸਿੰਘ। ਜੋਗਾ ਸਿੰਘ ਜੀ, ਤੁਸੀਂ ਅੰਮ੍ਰਿਤਸਰ ਦੇ ਨਿਵਾਸੀ ਆ, ਚਾਹ ਦਾ ਆਨੰਦ ਮਾਣਨ ਆਏ ਤੁਸੀਂ? ਚਾਹ ਪੀਣ ਆਏ ਆ। ਬਿਲਕੁਲ, ਕਿਵੇਂ ਦਾ ਲੱਗਦਾ? ਸਵੇਰ ਦਾ ਟਾਈਮ ਆ, ਮਾਹੌਲ ਗਰਮਾਇਆ ਹੋਇਆ ਵਾ, ਜੇ ਅਸਮਾਨ ਦੀ ਤਪਸ਼ ਹੈਗੀ ਆ ਨੀਚੇ, ਕਿਤੇ ਨਾ ਕਿਤੇ ਜਿਹੜੀ ਲੋਕ ਸਭਾ ਦੀ ਤਪਸ਼ ਵੀ ਹੈਗੀ ਆ, ਲੋਕਾਂ ਦੇ ਘਰਾਂ ਦੇ ਵਿੱਚ ਵੋਟ ਮੰਗਣ ਜਾਣਾ, ਕਿਵੇਂ ਦੇ ਲੱਗਦੀ ਹੈ ਰਾਜਨੀਤੀ? ਬਹੁਤ ਵਧੀਆ ਜੀ, ਦੇਖ ਕੇ ਸਿਹਤ ਤੰਦਰੁਸਤੀ ਮਿਲਦੀ ਹੈ, ਸਭ ਕੁਝ ਸ਼ੈਲ ਕਰਨ ਦੇ ਨਾਲ। ਇਸ ਟਾਈਮ ਤੇ ਅੰਮ੍ਰਿਤਸਰ ਚੋਂ ਕਿਹਨੂੰ ਜਿਤਾ ਰਹੇ ਤੁਸੀਂ? ਦੇਖੋ ਜੀ, ਹੁਣ ਇਹਦੇ ਬਰਾਬਰ ਦੀ ਟੱਕਰ ਹੈਗੀ ਆ, ਦੇਖੋ ਕਿਹਦੀ ਲਾਟ ਨਿਕਲਦੀ। ਆਈਡੀਆ ਕਿਹਨੂੰ ਲਾਉਂਦੇ ਤੁਸੀਂ ਕਿ ਕੌਣ ਜਿੱਤ ਸਕਦਾ? ਆਈਡੀਆ ਦੇ ਔਜਲੇ ਦਾ ਲੱਗਦਾ, ਔਜਲੇ ਦਾ ਯਾਰ। ਹਰਦੀਪ ਸਿੰਘ ਪੁਰੀ ਨੂੰ ਤੁਸੀਂ ਕਿਵੇਂ ਲੈਂਦੇ ਹੋ? ਉਹ ਬੰਦਾ ਤਾਂ ਬਹੁਤ ਲਾਇਕ ਹੈ, ਬਹੁਤ ਸੁਲਝਿਆ ਬੰਦਾ। ਪਾਰਟੀ ਆਈ ਸੀ ਆਮ ਆਦਮੀ ਪਾਰਟੀ, ਅਤੇ ਪਰ ਇਸ ਆਮ ਆਦਮੀ ਪਾਰਟੀ ਆਈ ਸੀ ਉਹ ਲਗਭਗ ਖਿੰਡ ਚੁੱਕੀ ਆ, ਕਿਵੇਂ ਲੱਗਦਾ ਅੰਮ੍ਰਿਤਸਰ ਤੋਂ ਮਾਹੌਲ ਆਮ ਆਦਮੀ ਪਾਰਟੀ ਦਾ? ਆਮ ਪਾਰਟੀ ਦਾ ਨਹੀਂ, ਕੋਈ ਇੱਥੇ ਹੈਗਾ ਕੋਈ ਨਹੀਂ ਹੈਗਾ ਜੀ ਉਹਦਾ। ਉੱਪਰੋਂ ਸਰਕਾਰ ਕਿਹੜੀ ਦੇਖਣਾ ਚਾਹੁੰਦੇ ਤੁਸੀਂ? ਉੱਪਰੋਂ ਮੋਦੀ ਆਉਣਾ ਚਾਹੀਦਾ। ਮੋਦੀ ਆਊਗਾ? ਮੋਦੀ ਆਏਗਾ। ਅੱਛਾ, ਇੱਥੋਂ ਤੁਸੀਂ ਕਾਂਗਰਸ ਜਿਤਾ ਰਹੇ ਹਾਂ, ਉੱਪਰੋਂ ਕਹਿ ਰਹੇ ਮੋਦੀ ਆਊਗਾ? ਨਹੀਂ, ਮੋਦੀ ਆਏਗਾ ਜੀ, ਮੋਦੀ ਦੀ ਬਹੁਤ ਅਹਿਲੇ ਲਹਿਰ ਆ। ਬਿਲਕੁਲ ਜੀ, ਹੋਰ ਵੀ ਸਾਡੇ ਨਾਲ ਸੱਜਣ ਹੈਗੇ ਆ ਸਰਕਾਰ, ਜੇ ਗੱਲ ਕਰਦੇ ਅੰਮ੍ਰਿਤਸਰ ਸ਼ਹਿਰ ਦੀ, ਤਾਂ ਅੰਮ੍ਰਿਤਸਰ ਸ਼ਹਿਰ ਤੋਂ ਲਗਭਗ ਔਜਲਾ ਵੱਲ ਹੀ ਧਿਆਨ ਜਾ ਰਿਹਾ ਹੈਗਾ ਕਿ ਇੱਕ ਲੋਕਲ ਹੈਗੇ ਆ, ਉਮੀਦਵਾਰ ਦੇ ਦਾਅਵੇਦਾਰ ਵੀ ਹੈਗੇ ਆ, ਹੋਰ ਵੀ ਸੱਜਣ ਸਾੜਨਾ ਹੈਗੇ। ਕੀ ਸ਼ੁਭ ਨਾਮ ਵੀਰ ਜੀ? ਸੌਰਵ ਜੈਨ। ਸੌਰਵ ਜੀ, ਕੀ ਲੱਗਦਾ ਤੁਹਾਨੂੰ ਅੰਮ੍ਰਿਤਸਰ ਦੇ ਵਿੱਚੋਂ ਕੌਣ ਜਿੱਤ ਰਿਹਾ ਇਸ ਟਾਈਮ? ਦੇਖੋ ਜੀ, ਰਲਿਆ ਮਿਲਿਆ ਜ਼ੋਰ ਸ਼ੋਰ ਹੈ, ਬਾਕੀ ਔਜਲੇ ਦਾ ਲੱਗਦਾ ਜੀ, ਗੁਰਜੀਤ ਸਿੰਘ ਔਜਲਾ ਜਿੱਤਣਗੇ। ਕੀ ਸ਼ੁਭ ਨਾਮ ਜੀ? ਵਿਕਾਸ ਜੈਨ। ਵਿਕਾਸ ਜੀ, ਕਿਵੇਂ ਦਾ ਰਿਹਾ ਇਸ ਸਾਲ ਤੁਹਾਡੇ ਵਾਸਤੇ, ਜਦੋਂ ਦੀ GST ਲੱਗੀ ਸੀ ਜਾਂ ਨੋਟਬੰਦੀ ਹੋਈ ਆ, ਕੀ ਲੱਗਦਾ? ਨੋਟਬੰਦੀ ਨੇ ਕੰਮ ਬਿਲਕੁਲ ਖਤਮ ਕਰਤਾ, ਵਪਾਰ ਬਿਲਕੁਲ ਮੰਦਾ ਜਾ ਰਿਹਾ ਪੂਰੇ ਇੰਡੀਆ 'ਚ, ਪੰਜਾਬ ਦੀ ਗੱਲ ਛੱਡੋ, ਵੀ ਮੋਦੀ ਸਾਹਿਬ ਨੇ ਦੋ ਗਲਤੀਆਂ, ਇੱਕ ਗਲਤੀ ਸਭ ਤੋਂ ਵੱਡੀ ਕੀਤੀ ਨੋਟਬੰਦੀ ਕਰਕੇ, ਉਸ ਤੋਂ ਵੱਡੀ ਗਲਤੀ ਕੀਤੀ GST ਕਰਕੇ, ਦੋਨੋਂ ਗਲਤੀਆਂ ਨੂੰ ਇਹਨਾਂ ਨੇ ਸੀਟਾਂ ਹਾਰੀਆਂ ਜਿਹਦੇ ਸਾਡੇ ਪਿੱਛੇ ਇਲੈਕਸ਼ਨ ਹੋਏ
ਕੀ ਲੱਗਦਾ ਤੁਹਾਨੂੰ ਅੰਮ੍ਰਿਤਸਰ ਤੋਂ ਕਿਹੜਾ ਦਾਅਵੇਦਾਰ ਹੈਗਾ? ਕੋਈ ਇਹਦਾ ਕੋਈ ਠੀਕ ਹੈ ਜੀ ਕਹਿ ਨਹੀਂ ਸਕਦੇ ਜੀ, ਕੋਈ ਪਤਾ ਨਹੀਂ ਲੱਗਣ ਡਿਆ। ਕਿਸ ਤਰ੍ਹਾਂ ਮਤਲਬ ਕਿ ਹਰਦੀਪ ਸਿੰਘ ਪੁਰੀ ਜਾਂ ਔਜਲਾ ਦੇ ਵਿੱਚ ਮੁਕਾਬਲਾ ਮੰਨਦੇ ਹੋ ਤੁਸੀਂ? ਨਹੀਂ ਮੁਕਾਬਲਾ ਤਾਂ ਹੈਗਾ ਹੀ ਹੈ, ਨੈਚੁਰਲੀ ਮੁਕਾਬਲਾ ਹਰਦੀਪ ਪੁਰੀ ਹੈ, ਉਹ ਪੜ੍ਹੇ ਲਿਖੇ ਨੇ, ਐਜੂਕੇਟਡ ਨੇ। ਔਜਲਾ ਸਾਹਿਬ ਜਿਹੜਾ ਘੱਟ ਪੜ੍ਹੇ ਲਿਖੇ ਨੇ ਅਤੇ ਸੈਂਟਰ 'ਚ ਵੀ ਰਹੇ ਨੇ ਹਰਦੀਪ ਪੁਰੀ, ਇਸ ਕਰਕੇ ਕੁਝ ਉਹਨਾਂ ਦਾ ਵੀ ਚਾਂਸ ਬਣ ਸਕਦਾ, ਕੋਈ ਐਡੀ ਗੱਲ ਤਾਂ ਹੈ ਨਹੀਂ। ਪੱਕੀ ਸੀਟ ਨਹੀਂ ਹੈਗੀ ਲੱਗਦੀ ਦੋਵਾਂ 'ਚੋਂ ਕਿਸੇ ਨੇ, ਅਜੇ ਕੋਈ ਨਹੀਂ ਕਹਿ ਸਕਦੇ। ਕੋਈ ਜੀ ਐਸ ਟੀ ਨੂੰ ਕਿਵੇਂ ਲੈਂਦੇ ਆ ਜਾਂ ਨੋਟਬੰਦੀ ਹੋਈ ਸੀ ਕਿਵੇਂ ਦਾ ਲੱਗਾ ਵਪਾਰ 'ਤੇ, ਕੀ ਅਸਰ ਹੈ? ਉਹਨਾਂ ਦੇ ਬੇੜਾ ਗਰਕ ਕਰਤਾ ਸਾਡੇ ਵਪਾਰ ਦਾ ਹੀ, ਵਿਚਲੇ ਮੇਲ ਦਾ ਤਾਂ ਬਿਲਕੁਲ ਹੀ ਬੇੜਾ ਗਰਕ ਕਰਤਾ ਨਾ, ਅਤੇ ਖਤਮ ਹੀ ਹੋ ਗਿਆ ਵਪਾਰ, ਛੋਟਾ ਵਪਾਰ ਤਾਂ ਹੈ ਹੀ ਨਹੀਂ। ਅੱਗੇ ਤਾਂ ਕਿਵੇਂ ਲੱਗਦਾ ਵਾ, ਉੱਪਰੋਂ ਸਰਕਾਰ ਕਿਹੜੀ ਆ ਸਕਦੀ ਆ, ਮੋਦੀ ਜਾਂ ਰਾਹੁਲ? ਰੋਲਾ ਤਾਂ ਵੇਖੋ ਜੀ ਮੋਦੀ ਦਾ ਹੀ ਪੈਣ ਰਿਹਾ ਜ਼ਿਆਦਾ। ਇੱਕ ਪਾਸੇ ਤੁਸੀਂ ਕਹਿ ਰਹੇ ਹੈਗਾ ਕਿ ਦੇਸ਼ ਦਾ ਬੇੜਾ ਗਰਕ ਹੋ ਚੁੱਕਾ ਵਾ, ਪਰ ਦੂਜੇ ਪਾਸੇ ਸਰਕਾਰ ਦੇਖੋ ਜੋ ਮੋਦੀ ਨੇ ਸਿਸਟਮ ਬਣਾ ਲਿਆ, ਮੀਡੀਆ ਸਾਰਾ ਕੰਟਰੋਲ 'ਚ ਕਰ ਲਿਆ, ਜਾਂ ਜਿੰਨਾ ਹਾਈ ਕੋਰਟ ਤੱਕ ਦੇ ਜੱਜ ਉਹਨੇ ਕੰਟਰੋਲ 'ਚ ਆਪਣੇ ਕਰ ਲਏ ਨੇ, ਇਹ ਕਦੀ ਹੋਇਆ ਹੀ ਨਹੀਂ ਅੱਜ ਤੱਕ ਨਹੀਂ ਹੋਇਆ। ਜਿਹੜਾ ਇਲੈਕਸ਼ਨ ਕਮਿਸ਼ਨਰ ਆ ਉਹਦੇ ਕੰਟਰੋਲ 'ਚ ਇਸ ਟਾਈਮ ਦੇ ਉੱਤੇ ਸਾਰਾ ਕੰਟਰੋਲ ਕਹਿ ਸਕਦੇ ਹਾਂ ਕਿ ਮੋਦੀ ਸਾਹਿਬ ਦਾ? ਮੋਦੀ ਬਿਲਕੁਲ, ਇਲੈਕਸ਼ਨ ਕਮਿਸ਼ਨ ਨੇ ਦੂਜਿਆਂ 'ਤੇ ਸਾਰਿਆਂ 'ਤੇ ਬੈਨ ਲਾ ਤਾ ਵਾ, 24-24 ਘੰਟੇ ਦਾ, ਕਿਸੇ ਦੇ 72 ਘੰਟੇ ਦਾ। ਮੋਦੀ ਉਹਨਾਂ ਨੇ ਇੰਨਾ ਇੰਨੀ ਬਕਵਾਸ ਕੀਤੀ, ਉਹਨਾਂ 'ਤੇ ਕੋਈ ਨਹੀਂ ਅਸਰ, ਉਹਨਾਂ ਵਾਸਤੇ ਕੋਈ ਨਹੀਂ ਉਹ ਇਲੈਕਸ਼ਨ ਕਮਿਸ਼ਨ ਇਹਦਾ। ਹਾਂ ਬਿਲਕੁਲ, ਹੋਰ ਵੀ ਸਾਡੇ ਨਾਲ ਸੱਜਣ ਹੈਗੇ ਆ, ਉਹਨਾਂ ਨੂੰ ਗੱਲਬਾਤ ਕਰਦੇ ਹੈਗੇ ਆ। ਕੀ ਲੱਗਦਾ ਵੀਰ ਜੀ, ਕੀ ਸ਼ੁਭ ਨਾਮ ਪਹਿਲਾਂ ਤੁਹਾਡਾ? ਮਨਦੀਪ ਜੀ। ਮਨਦੀਪ ਜੀ, ਕੀ ਲੱਗਦਾ ਤੁਹਾਨੂੰ ਜਿਹੜੀਆਂ ਵੀਰ ਜੀ ਨੇ ਗੱਲਾਂ ਕੀਤੀਆਂ, ਸਹਿਮਤ ਹੋ ਤੁਸੀਂ GST ਨੇ ਜਿਹੜਾ ਨੋਟਬੰਦੀ ਨੇ ਕਿਹੋ ਜਿਹਾ ਨੁਕਸਾਨ ਕੀਤਾ? ਦੇਖੋ GST ਨੇ ਵਪਾਰੀਆਂ ਦਾ ਬਹੁਤ ਨੁਕਸਾਨ ਕੀਤਾ ਜੀ। ਹਾਂਜੀ, ਛੋਟੇ ਛੋਟੇ ਦੁਕਾਨਦਾਰ ਜਿਹੜੇ ਤੁਸੀਂ ਮੁਹੱਲਿਆਂ 'ਚ ਦੇਖਦੇ ਜੋ, ਸਾਰੇ ਖਤਮ ਹੋ ਗਏ ਨੇ, ਸਾਰੀਆਂ ਦੁਕਾਨਾਂ ਹੀ ਨਹੀਂ ਬੰਦ ਹੋ ਗਈਆਂ ਨੇ, ਵਪਾਰ ਖਤਮ ਹੋ ਗਿਆ ਸਾਰਾ। ਵੋਟ ਰਾਜਨੀਤੀ ਇਸ ਟਾਈਮ ਚੱਲ ਰਹੀ ਹੈਗੀ ਆ, ਤਪਸ਼ ਉੱਪਰੋਂ ਜੇ ਅਸਮਾਨ ਤੋਂ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਹੈਗੀ ਆ, ਅਤੇ ਇਸ ਟਾਈਮ 'ਤੇ ਜ਼ਮੀਨੀ ਤਪਸ਼ ਵੀ ਕਹਾਂਗੇ ਕਿ ਵੋਟਾਂ ਨੇ ਗਰਮਾਈ ਹੋਈ ਆ, ਇਹਨੂੰ ਕਿਵੇਂ ਲੈਂਦੇ ਆ ਤੁਸੀਂ, ਕਿਹੜੀ ਸਰਕਾਰ ਆ ਸਕਦੀ ਹੈ? ਸਰਕਾਰ ਤਾਂ ਦੇਖੋ ਜੀ ਜੋ ਲੱਗ ਰਿਹਾ ਜੀ ਮੋਦੀ ਸਾਹਿਬ ਦੀ ਆਏਗੀ। ਹਾਂਜੀ, ਅਤੇ ਅੰਮ੍ਰਿਤਸਰ ਤੋਂ ਕਿਹਨੂੰ ਜਿਤਾ ਰਹੇ ਤੁਸੀਂ? ਅੰਮ੍ਰਿਤਸਰ ਤੋਂ ਜੀ ਔਜਲਾ ਸਾਹਿਬ ਹੀ ਜਿੱਤਣਗੇ ਜੀ। ਅੰਮ੍ਰਿਤਸਰ ਤੋਂ ਔਜਲਾ ਸਾਹਿਬ ਆ, ਉੱਪਰੋਂ ਤੁਸੀਂ ਕਹਿ ਰਹੇ ਮੋਦੀ ਆ? ਹਾਂਜੀ ਜੀ, ਅੰਮ੍ਰਿਤਸਰ ਤੋਂ ਔਜਲਾ ਸਾਹਿਬ ਹੀ ਜਾਣਗੇ ਜੀ। ਕੀ ਸ਼ੁਭ ਨਾਮ ਜੀ ਆਪਣਾ? ਅਸ਼ੋਕ ਜੈਨ। ਕੀ ਲੱਗਦਾ ਤੁਹਾਨੂੰ ਇਸ ਟਾਈਮ ਦੇ ਉੱਤੇ ਕਿ ਜਿਵੇਂ ਵੀਰ ਜੀ ਨੇ ਗੱਲਾਂ ਕੀਤੀਆਂ ਹੈਗੀਆਂ ਇਹਨਾਂ ਨੇ ਸਾਰਿਆਂ ਨੇ, ਉਹਨਾਂ ਨਾਲ ਗੱਲਾਂ ਨਾਲ ਸਹਿਮਤ ਹੋ GST ਨੇ ਅਤੇ ਜਿਹੜੀ ਨੋਟਬੰਦੀ ਕੀਤੀ ਸੀ, ਕਿੰਨਾ ਕੁ ਨੁਕਸਾਨ ਭੁਗਤਣਾ ਪਿਆ ਵਪਾਰੀ ਵਰਗ ਨੂੰ? GST ਨੇ ਔਰ ਨੋਟਬੰਦੀ ਨੇ ਨੁਕਸਾਨ ਤਾਂ ਵਪਾਰੀਆਂ ਦਾ ਬਹੁਤ ਨੁਕਸਾਨ ਹੋਇਆ, ਕਾਰੋਬਾਰ ਦਾ ਬਹੁਤ ਫਰਕ ਹੈ, ਇੰਡਸਟਰੀ ਖਤਮ ਹੋ ਗਈ ਹੈ ਇੱਥੇ ਅੰਮ੍ਰਿਤਸਰ, ਤਾਂ ਇੰਡਸਟਰੀ ਨਹੀਂ ਰਹੀ, ਇੰਡਸਟਰੀ ਖਤਮ ਕਰਦੀ ਹੈ। ਬਾਕੀ ਇਹ ਹੈ ਕਿ ਆਉਣਗੇ ਇੱਥੇ ਅੰਮ੍ਰਿਤਸਰ ਤਾਂ ਮੇਰੇ ਖਿਆਲ ਹੈ ਕਿ ਔਜਲਾ ਸਾਹਿਬ ਵੀ ਆਉਣਗੇ, ਉੱਪਰ ਮਾਂ ਮੋਦੀ ਸਰਕਾਰ ਆਵੇ, ਬਾਕੀ ਥੱਲੇ ਔਜਲਾ ਸਾਹਿਬ ਵੀ ਆਉਣਗੇ, ਅੰਮ੍ਰਿਤਸਰ ਦਾ ਜੋ ਸਿਸਟਮ ਹੈ ਉਹ ਔਜਲਾ ਸਾਹਿਬ ਵੀ ਆਉਣਗੇ। ਇੱਕ ਪਾਸਿਓਂ ਤਾਂ ਕਿਹਾ ਜਾ ਰਿਹਾ ਕਿ ਨੁਕਸਾਨ ਹੋਇਆ, GST ਨੇ ਨੁਕਸਾਨ ਕੀਤਾ, ਨੋਟਬੰਦੀ ਨੇ ਕੀਤਾ, ਅਤੇ ਫਿਰ ਸਰਕਾਰ ਵੀ ਉਹੀ ਕਹਿ ਰਹੇ ਸਰਕਾਰ ਦੀ ਗੱਲ ਹੈ ਕਿ ਕਾਂਗਰਸ ਕੋਲ ਬੰਦਾ ਕੋਈ ਨਹੀਂ ਹੈਗਾ ਜਿਹੜਾ ਉਹਨੂੰ ਉੱਧਰ ਖਲੋ ਸਕੇ। ਕਿਹੜਾ ਬੰਦਾ ਤੁਸੀਂ ਸਹਿਮਤ ਹੋ ਰਾਹੁਲ ਤੋਂ ਇਲਾਵਾ, ਹੋਰ ਕਿਹੜਾ ਬੰਦਾ ਕਾਂਗਰਸ ਕੋਲ ਚਾਹੀਦਾ? ਬੰਦਾ ਹੈ ਹੀ ਨਹੀਂ, ਬੰਦਾ ਇਹਨਾਂ ਕੋਲ ਹੈ ਹੀ ਨਹੀਂ ਕਾਂਗਰਸ ਕੋਲ ਬੰਦਾ ਜਿਹੜਾ ਕਿ ਸੀਟ ਲੈ ਸਕੇ, ਇਹ ਆਏਗਾ ਮੋਦੀ ਉਹ, ਬਾਕੀ ਉੱਪਰ ਮੋਦੀ ਦੀ ਸੀਟ ਹੈ, ਥੱਲੇ ਆ ਜਾਏਗੀ ਔਜਲਾ, ਥੱਲੇ ਲੈ ਜਾਏ। ਰਾਹੁਲ ਤੋਂ ਜੈਨ ਸਾਹਿਬ, ਰਾਹੁਲ ਤੋਂ ਬਦਲ ਕਿਹੜਾ ਲੱਗਦਾ ਸੀ ਕਾਂਗਰਸ ਦੇ ਵਿੱਚ, ਹੋਰ ਕਿਹੜਾ ਬਦਲ ਸੀ ਜਿਹੜਾ ਕਿ ਰਾਹੁਲ ਤੋਂ ਸਾਫ਼ ਲੱਗਦਾ? ਮਨਮੋਹਨ ਸਿੰਘ। ਮਨਮੋਹਨ ਸਿੰਘ ਜੀ ਮੇਰਾ ਨਹੀਂ, ਮਨਮੋਹਨ ਸਿੰਘ ਆਏਗਾ ਨਹੀਂ, ਮਨਮੋਹਨ ਸਿੰਘ ਆਏ, ਉਹਨੇ ਤਾਂ ਕੋਈ ਆਉਂਦਾ ਨਹੀਂ। ਕਾਂਗਰਸ ਕੋਲ ਰਾਹੁਲ ਤੋਂ ਇਲਾਵਾ ਕਿਹੜਾ ਬਦਲ ਸੀ ਤੁਸੀਂ ਕੀ ਮੰਨਦੇ ਆ? ਮਨਮੋਹਨ ਸਿੰਘ ਚਾਹੀਦਾ ਸੀ, ਸਰਦਾਰ ਮਨਮੋਹਨ ਸਿੰਘ। ਜੇ ਮਨਮੋਹਨ ਸਿੰਘ ਆਉਂਦੇ ਤੁਹਾਨੂੰ ਲੱਗਦਾ ਸੀ ਕਿ ਟੱਕਰ ਦੇ ਸਕਦੇ ਸੀ? ਹਾਂ ਬਿਲਕੁਲ, ਕੁਛ ਦੇ ਸਕਦੇ ਜ਼ਰੂਰ। ਹਾਂ ਬਿਲਕੁਲ ਜੀ, ਜੇ ਨੋਟਬੰਦੀ ਦੀ ਗੱਲ ਕੀਤੀ ਆ ਅਤੇ ਨੋਟਬੰਦੀ ਅਤੇ GST ਨੇ ਕਿਤੇ ਨਾ ਕਿਤੇ ਉਹ ਕਹਿੰਦੇ ਨੁਕਸਾਨ ਕੀਤਾ, ਪਰ ਰਾਹੁਲ ਤੋਂ ਇਲਾਵਾ ਜੇ ਕਹਿੰਦੇ ਕਿ ਮੋਦੀ ਦਾ ਬਦਲ ਚਾਹੀਦਾ ਸੀ ਅਤੇ ਮਨਮੋਹਨ ਸਿੰਘ ਹੀ ਚਾਹੀਦਾ ਸੀ? ਇਹ ਸਨ ਅੰਮ੍ਰਿਤਸਰ ਦੇ ਨਿਵਾਸੀ, ਆਪਾਂ ਹੋਰ ਵੀ ਗੱਲਬਾਤ ਕਰਾਂਗੇ ਸੱਜਣਾਂ ਨਾਲ। ਅੰਮ੍ਰਿਤਸਰ ਨਿਵਾਸੀਆਂ ਨਾਲ ਗੱਲਬਾਤ ਚੱਲ ਰਹੀ ਹੈ ਇਸ ਟਾਈਮ ਦੇ ਉੱਤੇ, ਕਿਹੜੀ ਦਾਅਵੇਦਾਰੀ ਹੈਗੀ ਆ ਹਰਦੀਪ ਸਿੰਘ ਪੁਰੀ ਜੀ ਦੀ ਜਾਂ ਔਜਲਾ ਸਾਹਿਬ ਕਾਂਗਰਸ ਵੱਲੋਂ ਜਿਹੜੇ ਉਮੀਦਵਾਰ ਹੈਗੇ ਆ ਹਰਦੀਪ ਸਿੰਘ ਪੁਰੀ, ਕੇਂਦਰ ਦੇ ਵਿੱਚ ਮੰਤਰੀ ਹੈਗੇ ਆ, ਕੀ ਲੱਗਦਾ? ਹੋਰ ਵੀਰਾਂ ਨਾਲ ਗੱਲਬਾਤ ਸਾਂਝੀ ਕਰਾਂਗੇ। ਕੀ ਸ਼ੁਭ ਨਾਮ ਜੀ? ਸੰਤੋਖ ਸਿੰਘ ਜੀ। ਭਾਈ ਸੰਤੋਖ ਸਿੰਘ ਜੀ, ਕੀ ਲੱਗਦਾ ਇੱਥੋਂ ਦੀ ਅੰਮ੍ਰਿਤਸਰ ਦੀ ਰਾਜਨੀਤੀ ਦੇ ਵਿੱਚ ਕਿਵੇਂ ਲੱਗਦਾ? ਦੀ ਸੀਟ ਤਾਂ ਔਜਲੇ ਦੀ ਹੈ ਪੱਕੀ ਜੀ, ਹੋਰ ਕਿਸੇ ਨੂੰ ਚਾਹੀਦੀ ਵੀ ਨਹੀਂ, ਮਿਲਣੀ ਤਾਂ ਨਾ ਆਏਗੀ। ਕਿਉਂ ਹਰਦੀਪ ਸਿੰਘ ਪੁਰੀ ਕੇਂਦਰ ਦੇ ਵਿੱਚ ਕਹਿੰਦੇ ਮੰਤਰੀ? ਦੇਖੋ ਜੀ, ਜਿਹੜੇ ਬੰਦੇ ਮੰਦਰਾਂ ਦੇ ਘੰਟੀਆਂ ਵਜਾਉਣ ਵਾਲੇ ਬੰਦੇ ਹੋਣ ਨਾ, ਉਹਨਾਂ ਨੂੰ ਰਾਜਨੀਤੀ 'ਚ ਨਹੀਂ ਆਉਣਾ ਚਾਹੀਦਾ। ਇਹ ਸਾਰੇ ਮੰਦਰਾਂ ਦੇ ਘੰਟੀਆਂ ਵਜਾਉਣ ਵਾਲੇ, ਜਿੰਨੇ ਵੀ ਸੈਂਟਰ 'ਚ ਮੇਨ ਮਿਨਿਸਟਰ ਬੈਠੇ ਆ, ਸਭ ਘੰਟੇ ਘੰਟੀਆਂ ਹਟਕਾਉਣ ਵਾਲੇ ਆ। ਮੋਦੀ ਕੋਲ ਡਰਦੇ ਮਾਰੇ ਉਹਨਾਂ ਦਾ ਮੂਤ ਨਿਕਲਦਾ। ਹਾਂਜੀ, ਉਹ ਉਹਦੇ ਅਗੇਂਸਟ ਬੋਲ ਨਹੀਂ ਸਕਦੇ, ਉਹਨੂੰ ਕੋਈ ਸਲਾਹ ਨਹੀਂ।
ਆਜ਼ਾਦੀ ਸਾਨੂੰ ਬਹੁਤ ਸਮਾਂ ਪਹਿਲਾਂ ਮਿਲ ਚੁੱਕੀ ਆ, ਪਰ ਕਿਤੇ ਨਾ ਕਿਤੇ ਹੁਣ ਵੀ ਜਦੋਂ ਯਾਦ ਕੀਤਾ ਜਾਂਦਾ ਤਾਂ ਸ਼ਾਇਦ ਅਸੀਂ ਕਹਿੰਦੇ ਹਾਂ ਕਿ ਇਹਨਾਂ ਕਾਲੇ ਆ ਗੋਰੇ ਚੰਗੇ ਸਾਨੂੰ ਇਹਨਾਂ ਨਾਲੋਂ। ਦੇਖੋ ਜੀ, ਇਸ ਵੇਲੇ ਜਾਂ ਤਾਂ ਆਜ਼ਾਦੀ ਮਿਲੀ ਆ ਬਿਊਰੋਕਰੇਟ ਨੂੰ ਅਤੇ ਜਾਂ ਮਿਲੀ ਹੈ ਸਿਆਸਤਦਾਨ ਨੂੰ, ਆਮ ਆਦਮੀ ਆਜ਼ਾਦੀ ਕੋਈ ਨਹੀਂ ਮਿਲੀ। ਕਿਉਂ? ਅੱਜ ਕੋਈ ਮੈਂ ਖਿਲਾਫ਼ ਹੋ ਰਿਹਾ ਉਹਦਾ ਗਲਾ ਕੱਲ੍ਹ ਨੂੰ ਮੈਨੂੰ ਅੰਦਰ ਚੁੱਕ ਕੇ ਦੇ ਦੇਣੇ, ਇਹਨਾਂ ਕੋਈ ਇਤਬਾਰ ਨਹੀਂ ਇਹਨਾਂ ਦਾ। ਇਸ ਕਰਕੇ ਇਹਨਾਂ ਅੰਤਰ ਨਹੀਂ ਹੈਗਾ, ਆਮ ਸ਼ਹਿਰੀ ਜਿਹੜਾ ਹੈਗਾ ਕਹਿ ਸਕਦੇ ਸੁਤੰਤਰ ਨਹੀਂ ਹੈਗਾ। ਦੂਜਾ ਗੱਲ ਹੈ, ਜਿਹਨਾਂ ਨੇ ਜਿਹੜੀ ਨੋਟਬੰਦੀ ਕੀਤੀ ਆਪਣੇ ਹੱਥ ਕੀਤੀ ਆ ਪਬਲਿਕ ਦੇ ਵਾਸਤੇ, ਜਿਹੜੇ ਉਹਨੇ ਕਿਹਾ ਸੀ ਨਾ ਤਿੰਨ ਚਾਰ ਨੁਕਸਾਨ ਫਾਇਦੇ ਹੋਣਗੇ, ਉਹ 'ਚ ਕੋਈ ਵੀ ਨਹੀਂ ਹੈ। ਇਹਨਾਂ ਨੇ ਆਪਣੇ ਸਾਰੇ ਨੋਟ ਨਕਲੀ ਬਦਲ ਲਏ, ਇਹਨਾਂ ਕੋਲ ਨਕਲੀ ਨੋਟਾਂ ਦਾ ਭੰਡਾਰ ਸੀ BJP ਵਾਲਿਆਂ ਕੋਲ, ਸਾਰਾ ਇਹਨਾਂ ਨੇ ਬਦਲ ਲਿਆ, ਪਹਿਲਾਂ ਹੀ ਬਦਲ ਲਿਆ ਵਾ ਨੋਟਬੰਦੀ ਤੋਂ ਪਹਿਲਾਂ ਹੀ ਬਦਲ ਲਿਆ। ਹਰਦੀਪ ਸਿੰਘ ਪੁਰੀ ਜੀ ਨਾਲ ਗੱਲਬਾਤ ਕੀਤੀ ਸੀ ਅਕਾਲ ਚੈਨਲ ਦੇ ਮਾਧਿਅਮ ਰਾਹੀਂ, ਅੱਗੇ ਆ ਕੇ ਉਹਨਾਂ ਦੱਸਿਆ ਸੀ ਕਿ GST ਦਾ ਅਤੇ ਜਾਂ ਜਦੋਂ ਨੋਟਬੰਦੀ ਕੀਤੀ ਸੀ ਬਹੁਤ ਵੱਡਾ ਫਾਇਦਾ ਹੋਇਆ ਵਾ, ਜਿਹੜੀ ਕਿ ਬਲੈਕ ਮਨੀ ਬਹੁਤ ਜ਼ਿਆਦਾ ਸਾਡੇ ਕੋਲ ਪਹੁੰਚ ਚੁੱਕੀ ਆ। ਉਹ ਸਾਰੀ ਇਹਨਾਂ ਦੀ ਆ, ਇਹਨਾਂ ਦੀ ਆਪਣੀ ਸੀ ਜਿਹੜੀ ਬਾਹਰ ਕੱਢੀ ਇਹਨਾਂ ਨੇ, ਕਿਸੇ ਦੀ ਨਹੀਂ ਹੈਗੀ। ਬਲੈਕ ਮਨੀ ਇਹਨਾਂ ਨੇ ਜਿੰਨੇ ਵੀ ਲੀਡਰ ਆ ਇਹਨਾਂ ਦੇ ਘਰ ਸਾਰੀ ਬਲੈਕ ਮਨੀ ਆ। ਇਹਨੇ ਕਿਹੜਾ ਕੰਮ ਕਰਦੇ ਆ ਜਿਹਨਾਂ ਦੀ ਆਊਟਪੁੱਟ ਕੱਢਦੇ ਆ? ਇਹਨਾਂ ਕੋਲ ਬਗੈਰ ਬਲੈਕ ਮਨੀ ਤੋਂ ਕੋਈ ਧੰਦਾ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਨੋਟਬੰਦੀ ਹੋਈ ਆ GST ਲਾਈ ਨਾ, ਇਹਨਾਂ GST ਲਾਉਣੀ ਵੀ ਨਹੀਂ ਆਉਂਦੀ, ਹਾਲ ਤੱਕ ਇਹ GST 'ਚ ਫੇਲ ਹੈਗੇ ਆ। ਲੋਕਾਂ ਨੂੰ ਕੋਈ ਫਾਇਦਾ ਨਹੀਂ GST ਦਾ ਹੋਇਆ, ਨੁਕਸਾਨ ਜ਼ਿਆਦਾ ਹੋਇਆ, ਫਾਇਦਾ ਕਿਸੇ ਨੂੰ ਹੋਇਆ, ਬਾਕੀ 90% ਨੂੰ ਨੁਕਸਾਨ ਹੋਇਆ। ਕਿਹੜੇ ਵਰਗ ਨੂੰ ਫਾਇਦਾ ਹੋਇਆ ਆਪਾਂ ਇਹ ਗੱਲ ਕਰ ਸਕਦੇ ਹਾਂ? ਕਾਰਪੋਰੇਟ ਬੰਦਿਆਂ ਨੂੰ, ਜਿਹੜੇ ਵੱਡੇ ਵੱਡੇ ਘਰਾਂ ਨੇ ਉਹਨਾਂ ਨੂੰ ਫਾਇਦਾ ਹੋਇਆ, ਕਿਉਂਕਿ ਉਹ ਆਲਰੇਡੀ ਉਹ ਵੱਡੇ ਵੱਡੇ ਕੰਮ ਆਲਰੇਡੀ ਇੱਕ ਨੰਬਰ 'ਚ ਕਰਦੇ ਸੀ, ਉਹਨਾਂ ਨੂੰ ਹੀ ਫਾਇਦਾ ਮਿਲਿਆ ਵਾ, ਬਾਕੀ ਕਿਸੇ ਨੂੰ ਨਹੀਂ ਮਿਲਿਆ। ਕੀ ਸ਼ੁਭ ਨਾਮ ਜੀ ਆਪਣਾ? ਮਦਰ ਮੋਹਨ ਜੀ। ਮਦਰ ਮੋਹਨ ਜੀ, ਕੀ ਲੱਗਦਾ ਤੁਸੀਂ ਸਹਿਮਤ ਆ ਵੀਰ ਜੀ ਦੇ ਵਿਚਾਰਾਂ ਦੇ ਨਾਲ, GST ਦੇ ਵਿੱਚ ਜਿਹੜਾ ਕਹਿੰਦੇ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ, ਜੇ ਆਪਾਂ ਗੱਲ ਕਰੀਏ ਨੋਟਬੰਦੀ ਦੀ, ਨੋਟਬੰਦੀ ਵੀ ਨੁਕਸਾਨ ਭੁਗਤਿਆ ਵਾ ਆਮ ਵਰਗ ਨੇ? GST ਨੇ ਔਰ ਨੋਟਬੰਦੀ ਨੇ ਬਿਲਕੁਲ ਦੇਸ਼ ਦਾ ਬੇੜਾ ਗਰਕ ਕਰ ਦਿੱਤਾ। ਇੰਡਸਟਰੀ, ਸਮਾਲ ਸਕੇਲ ਇੰਡਸਟਰੀ ਖਤਮ ਹੋ ਗਈ ਹੈ, ਜਿਹੜੇ ਕਿ ਰੋਜ਼ਗਾਰ ਕਰਦੇ ਹੈ। ਸਾਡੇ ਕੋਲ ਜਿੰਨੇ ਸਮਾਲ ਸਕੇਲ ਦੇ ਵਿੱਚ ਬੰਦੇ ਕੰਮ ਕਰਦੇ, ਜੇ 10 ਇੱਕ ਫੈਕਟਰੀ 'ਚ ਕੰਮ ਕਰਦੇ ਸੀ, ਉੱਥੇ ਇੱਕ ਜਾਂ ਦੋ ਬੰਦੇ ਕੰਮ ਕਰਦੇ ਪਏ, ਕੰਮ ਹੀ ਨਹੀਂ ਹੈਗਾ। ਆਉਣ ਵਾਲਾ ਸਮਾਂ ਕਿਹਦਾ ਮੰਨਦੇ ਆ ਤੁਸੀਂ, ਅਕਾਲੀ ਭਾਜਪਾ ਜਾਂ ਕਾਂਗਰਸ? ਨਹੀਂ, ਮੈਂ ਤਾਂ ਇੱਕ ਸਪਸ਼ਟ ਜਿਹੀ ਗੱਲ ਕਰਨਾ ਕਿ ਇਸ ਗੌਰਮੈਂਟ ਤੋਂ ਚੇਂਜ ਚਾਹੀਦੀ ਹੈ, ਜਿਹੜੀ ਮਰਜ਼ੀ ਆਵੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਬਦਲਾਅ ਕੀ ਹੈ। ਕੇਂਦਰ ਦੇ ਵਿੱਚੋਂ ਤੁਸੀਂ ਚੇਂਜ ਮੰਗਦੇ ਆ? ਚੇਂਜ ਮੰਗਦੇ ਆ। ਲੱਗਦਾ ਰਾਹੁਲ ਤੇ ਤੁਸੀਂ ਸਹਿਮਤੀ ਪ੍ਰਗਟ ਕਰਦੇ ਆ ਕਿ ਰਾਹੁਲ ਪ੍ਰਧਾਨ ਮੰਤਰੀ ਬਣਨੇ ਚਾਹੀਦੇ? ਰਾਹੁਲ ਨੂੰ ਵੋਟਾਂ ਨੇ ਪ੍ਰਧਾਨ ਮੰਤਰੀ ਬਣਾਉਣਾ, ਨਾ ਕਿ ਮੈਂ ਬਣਾਉਣਾ ਜਾਂ ਤੁਸੀਂ ਬਣਾਉਣਾ। ਵੋਟ ਤੁਹਾਡੀ ਹੈਗੀ ਆ, ਵੋਟ ਹਰ ਇੱਕ ਇਨਸਾਨ ਦੀ ਆ, ਵੋਟ ਰਾਜਨੀਤੀ ਇਸ ਟਾਈਮ ਕੀਤੀ ਜਾ ਰਹੀ ਆ, ਰਾਜਨੀਤੀ ਗਲਤ ਹੈ। ਤੁਸੀਂ ਦੇਖਦੇ ਹੋ ਕਿ ਕੋਈ ਮੁੱਦੇ ਦੀ ਗੱਲ ਨਹੀਂ ਕਰਦੇ, ਸਿਰਫ ਇੱਕ ਦੂਸਰੇ ਨੂੰ ਗਾਲਾਂ ਕੱਢਦੇ ਪਏ। ਉਹ ਰਾਹੁਲ ਕਹਿੰਦਾ ਉਹ ਚੋਰ ਹੈ, ਉਹ ਕਹਿੰਦਾ ਉਹ ਚੋਰ ਹੈ, ਬਸ ਇਹ ਇੱਕ ਦੂਸਰੇ ਦੀ ਫੈਮਿਲੀ ਨੂੰ ਹੀ ਗਾਲਾਂ ਕੱਢਣ ਡੇ ਆ। ਬਜ਼ੁਰਗੋ, ਕੀ ਲੱਗਦਾ ਤੁਹਾਨੂੰ ਇਹਨਾਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਕਿ ਇੱਕ ਦੂਜੇ ਨੂੰ ਗਾਲਾਂ ਹੀ ਕੱਢੀਆਂ ਜਾਂਦੀਆਂ? ਪਬਲਿਕ ਦੇ ਬਾਰੇ ਕੋਈ ਲੀਡਰ ਨਹੀਂ ਸੋਚਦਾ, ਸਭ ਆਪਣੇ ਸੋਚਦੇ ਨੇ। ਜੋ ਵੀ ਰਾਜਨੀਤਿਕ ਹੈ, ਜੋ ਵੀ ਬੁਰ ਕੱਢ ਆਪਣੇ ਫਸੇ, ਮੁਲਕ ਦੇ ਬਾਰੇ ਕਿਸੇ ਨੂੰ ਨਾ ਪਬਲਿਕ ਦਾ ਕਿਸੇ ਦਾ ਪਿਆਰ ਹੈ, ਨਾ ਆਪਣਾ ਕਿਸੇ ਨਾਲ ਪਿਆਰ, ਉਹਨਾਂ ਆਪਣੇ ਪਿਆਰ ਹੈਗਾ। ਇਹਨਾਂ ਪੁੱਛੋ 13-13 ਕਰੋੜ ਰੁਪਈਆ ਤੁਸੀਂ ਆਪਣਾ ਇਲੈਕਸ਼ਨ 'ਚ ਲਾਉਣਾ ਹੈ ਜਾਂ 10-10 ਕਰੋੜ ਲਾਉਣਾ, ਕਿਉਂ ਲਾਉਣਾ ਹੈ, ਕਿਸ ਪਿੱਛੇ ਲਾਉਣਾ ਹੈ? ਜਾਂ ਮੁਲਕੀ ਸੇਵਾ ਕਰੋਗੇ ਅਤੇ ਜਾਂ ਆਪਣਾ ਧਨ ਬਣਾਓਗੇ, ਡਬਲ ਕਰੋਗੇ ਪੈਸੇ? ਜਿਹੜਾ ਇਹਨਾਂ ਹਰ ਇੱਕ ਆਦਮੀ ਹੈ, ਅੱਜ ਮੋਦੀ ਕਿਹੜਾ 200 ਵੈਲੀਆਂ ਕਰਿਆ, ਕਿਸੇ 200 ਵੈਲੀ ਜਿਸੀ ਕਿਆ ਕੁਛ ਬੋਲਿਆ, ਕੁਛ ਨਹੀਂ, ਨਥਿੰਗ, ਕੁਛ ਵਿਕਾਸ ਨਾ ਵਿਕਾਸ ਹੋਇਆ ਮੁਲਕ ਦਾ, ਨਾ ਕੋਈ ਕਿਹੜਾ ਕੁਛ ਹੋਇਆ, ਕੋਈ ਵੀ ਵਿਕਾਸ ਨਹੀਂ ਕਰ ਰਿਹਾ, ਸਭ ਆਪਣਾ ਮੈਂ ਰੋਣਾ ਰੋ ਰਹੇ ਹੈ। ਕਾਂਗਰਸ ਹੋ ਜਾਂ BJP ਹੋ ਜਾਂ ਆਹ ਪਾਰਟੀ ਹੋ ਅਤੇ ਸਮਾਜ ਪਾਰਟੀ ਹੋ, ਕੋਈ ਵੀ ਹੋ, ਕਿਸੇ ਕੋਲ ਵੀ ਪਬਲਿਕ ਕੇ ਸਾਥ ਕਿਸੇ ਕੇ ਸਾਥ ਪਿਆਰ ਨਹੀਂ ਹੈ, ਸਿਰਫ ਆਪਣਾ ਪਿਆਰ ਹੈ। ਲਾਅ ਆਰਡਰ ਨਹੀਂ ਹੈ, ਕੁਛ ਵੀ ਨਹੀਂ ਹੈ, ਨਾ ਹਮਾਰੀ ਔਰਤੇਂ ਨਾ ਸੇਫ ਹੈ, ਨਾ ਹਮਾਰਾ ਹਮ ਸੇਫ ਹੈ, ਨਾ ਕੋਈ ਸੇਫ ਹੈ। ਮੁਲਕ ਮੇਂ ਕੁਛ ਹੋ ਰਿਹਾ ਹੈ ਜੇ ਹਮੇਂ ਨਹੀਂ ਪਤਾ ਕਿਆ ਹੋਗਾ ਕੱਲ੍ਹ, ਕਿਆ ਨਹੀਂ ਹੋਗਾ। ਲੱਗਦਾ 47 ਤੋਂ ਪਹਿਲਾਂ ਠੀਕ ਸੀ ਜਾਂ ਹੁਣ ਵਾਲਾ ਭਾਰਤ ਠੀਕ ਹੈ? ਆਪਣੇ 47 ਦੇਖੀ ਹੈ ਨਾ, ਹਮਨੇ ਅਭੀ ਦੇਖਾ ਕੁਛ, ਹਮ ਤਾਂ ਅਭੀ ਦੇਖ ਰਹੇ ਹੈ, ਅਭੀ ਤਾਂ ਬੇਰਾ ਗਰ ਕਰ ਦਿਆ ਉਹਨੇ। 47 ਕੇ ਬਾਰੇ ਬਾਤ ਕਰਨੀ ਹੈ ਜੋ ਮਾਰੇ ਉੱਪਰ ਕੇ ਬਜ਼ੁਰਗ ਉਹਨਾਂ ਕੋਲ ਪਤਾ ਹੋਗਾ ਕਿਆ 47 ਕੀ ਪੋਜੀਸ਼ਨ। ਉੱਪਰੋਂ ਸਰਕਾਰ ਕਿਹਦੀ ਵੇਖਣਾ ਚਾਹੁੰਦੇ ਆ? ਸਰਕਾਰ ਕਿਸੇ ਆਉਣੀ ਹੋ ਨਹੀਂ, ਸਰਕਾਰ ਮੁਲਕ ਮੇਂ ਐਸੀ ਕਿਸੇ ਕੀ ਸਰਕਾਰ ਨਹੀਂ ਆਏਗੀ, ਆਉਣੀ ਹੋ ਨਹੀਂ, ਹਮੇਸ਼ਾ ਇਲੈਕਸ਼ਨ ਹੀ ਹੋਗਾ, ਪਤਾ ਨਹੀਂ ਮੁਲਕ ਮੇਂ ਕਿਆ ਹੋਗਾ। ਆਪਣਾ ਸ਼ੁਭ ਨਾਮ ਜੀ? ਚਰਨਜੀਤ ਮੇਰਾ। ਚਰਨਜੀਤ ਜੀ, ਕੀ ਲੱਗਦਾ ਨੋਟਬੰਦੀ ਦੇ ਗੱਲਬਾਤ ਕੀਤੀ ਸੀ, ਕਹਿ ਰਿਹਾ ਕਿ ਬੇੜਾ ਗਰਕ ਕਰ ਦਿੱਤਾ ਨੋਟਬੰਦੀ ਨੇ? ਨੋਟਬੰਦੀ ਨੇ ਸਾਹਿਬ ਵੀ ਨੋਟਬੰਦੀ ਹੈ, GST ਨੇ ਵਪਾਰ ਕਾ ਸਾਰਾ ਬੇੜਾ ਗਰਕ ਕਰ ਦਿਆ। ਹਮ ਸੜਕੋਂ ਬਾਹਰ ਘੁੰਮ ਰਹੇ ਹਾਂ, ਲੱਖਾਂਪਤੀ ਆਦਮੀ ਹੈ, ਮਾਰੀ ਸਮੀਤ ਨਹੀਂ, ਇਤਨੀ ਬੜੀ ਮਿਲ ਥੀ, ਇਤਨੇ ਬੜੇ ਹਮਾਰੇ ਪਾਸ ਯੂਨਿਟ ਥੇ, ਸਭ ਕੁਝ ਚਲਤਾ ਹੀ ਨਹੀਂ ਹੈ, ਬੰਦ ਪੜੇ ਹਾਂ, ਜੋ ਪੈਸਾ ਹਮਾਰੇ ਪਾਸ ਵਹੀ ਖਾਈ ਜਾ ਰਹੇ ਹਾਂ, ਕਿਤਨਾ ਦਿਨ ਹਮ
ये किस लिए दे सब्सिडियाँ देते हैं बताएं हमें, जैसे आज किसानों को जो सब्सिडी देती है व्यापारियों के बारे क्या सोचते हैं, आज ये सब्सिडी सब फोर्थ क्लास को देते हैं, हमारे मिडिल क्लास में बहुत फोर्थ क्लास हैं उसके बारे में क्या ये सोचते हैं, क्या क्या सोचते हैं बताएं ना हमें बताएं, ये 6,000 रुपया या 7200 रुपया दे रहे हैं किस लिए दे रहे हैं भाई बताएं, वोटा लैंड की खातर इस टाइम और वोटा नहीं खातर और कार में घूमने की खातर जहाजों की सैल करने के लिए ये लीडर हमें बेवकूफ़ बना रहे हैं, हमारा ही पैसा खाई जा रहा है, हमारा पैसा खाई जा रहा है, ये आम आदमी का पैसा सारा लुटा रहे हैं, लुटा कितना रहे हैं देखो जी, 200 या 225 रैली करनी है, मतलब एक आदमी एक रैली से 15 लाख रुपया, मतलब 3-4 हज़ार करोड़ रुपया रैलियाँ खर्च कर जाना, हवाई जहाज का पेट्रोल, हवाई जहाज का आन जान का खर्चा, बाहर विदेशों की सैर सैर, यही काम में रह गया इस आदमी, बाकी किसी कोई काम नहीं, किसी को नहीं है, इस आदमी को नहीं है, हर लीडर को है, आज लोगों का आदमी बोल रहा है वो चोर है, वो बोलता वो चोर है, हमें बताए ना क्या है लोगों मुद्दा है, यही है मुद्दा है, 72,000 रुपया उसको दे दो, 6,000 मुद्दा उसको दे दो, इसका बिजली का बिल बंद कर दो, इसका कर दो, क्यों कहाँ से आएगा पैसा, एक मिनट आज सोचो, हम पंजाब में रहते हैं, पंजाब में 100 गज के मकान का पानी का बिल नहीं देते, हम 125 गज में मकान रहते हैं, बिजली के बिल दें, पानी का बिल दें, किसानों को बिजली फ्री देते हैं, हमें बिजली के डबल पैसे देते हैं, क्यों हिंदुस्तान में रहते हैं हम लोग, उनको अधिकार नहीं है वोट का, हमें अधिकार ज़्यादा है, ये सवाल क्यों नहीं किया जाता इस टाइम, हरदीप सिंह पूरी केंद्र मंत्री इस टाइम तो पहली दफ़ा आपने मीडिया के बात की, हमारी मीडिया सुनता ही नहीं है, मीडिया कौन किसका मीडिया, जिनने लोगों ने खरीदा हुआ है, बताओ हाँ कौन कौन बोलता मीडिया के बारे में, मीडिया नु चौथा थंब के आ जाता फिर मीडिया क्यों नहीं बोलता, मीडिया को ये मीडिया वाले पूछो ना, जे मीडिया वाले भी चो हमें कहेंगे कहने के चोर है, ये भी पैसे ले रहे हैं, जी की शुभ नाम तुम्हारा, मेरा नाम दक्षिण पाल जी का, जी की लगता तुसी इन्ना गल्लां नाल सहमत है गए हो, जिहड़ियां गल्लां 100% सहमत है जी, जो इन्होंने GST बारे क्या है बिल्कुल फेल हो गई है, जरा इन्होंने नोटबंदी वह भी फेल हो गई है, पिछे रही मीडिया, मीडिया इस तरह लगता है जिमें सरकार दे मतलब कि इंप्रैशन दे विच हुंदा है, जिस विकया जिस तरह ये मतलब कि आल मैं सारिआं दे ते नहीं कह रहा लेकिन मोस्टली जिहड़े फेमस चैनल हैगे ना वह ये गुणगान करते हैं, बाकियां तुसीं न्यूज़ कढ़ के देख लो कोई इन्हां नूं यानी होर खबर ही कोई नहीं गी, की लगता तुसीं सहमत हैगे हो कि मीडिया बकाऊ आ, बकाऊ मीडिया इस टाइम दे उत्ते इंडिया दे विच, मीडिया बिल्कुल बकाऊ है जी, बिल्कुल बकाऊ है, क्योंकि एक दो चैनल नूं छड़ के सारे बकाऊ है, जो भी है ना गवर्नमेंट की भाषा बोलते हैं, दूसरी कोई भाषा नहीं बोलते, देखो अपोजिशन की तो उन्होंने आवाज़ बिल्कुल दबा के रखी हुई है, पता ही नहीं है भी अपोजिशन है कि नहीं है, बिल्कुल जी मीडिया से भी सवाल चुके जा रहे हैं कितने ना कितने मीडिया वकाऊ हैगा इंडिया दे विच, इन्हां जे आपां गल कीती सी नोटबंदी दी, जे गल कीती सी GST ते उस तों बाद च मेन उन्हां गल कीती आ मीडिया दी, मीडिया भी कितने ना कितने अपनी जिहड़ी भूमिका सथाई भूमिका जिहड़ी सच्चाई भूमिका है वो नहीं निभा रहा इन्हां वीरां दा, कितने ना कितने ये गुस्सा मीडिया वालों भी हैगा वा, क्योंकि चौथे थंब की जदों गल करते हैं तो कहा जाता है कि चौथा थंब हैगा वा मीडिया, पर मीडिया क्यों वकाऊ बनता हैगा वा, राजनीति दे विच आण के मीडिया नूं अपनी सच्चाई पेश करनी हुंदी आ, इस टाइम दे उत्ते अमृतसर दे विच ज्ञानी टी स्टाल वाले को चाह दियां चुस्कियां लै रहे वीरां नाल गलबात की सी, GST मुद्दे उत्ते सरकार लगभग फेल हो चुकी आ, तो नोटबंदी दे फेल हो चुकी आ, खमियाजा जरूर भुगतना पेगा, वेख सकते हैं इस टाइम के उत्ते जिथे कि मीडिया से भी सवाल चुके गए हैं कि कितने कितने मीडिया भी अपना पक्षपाती रवैया ही अख्तियार कर रहा वा, एक पासे की गलबात की जा रही है, शायद विरोधी धिर की गल नहीं की जा रही, ये वीरां नाल गलबात की उन्हां वल्लों, इस टाइम के उत्ते होर भी साडे सज्जण हैगे नाल बैठे जिहड़े कि इस टाइम के उत्ते बेशक सवेर का 7-7:30 बजे का समा हैगा वा, ये जिहड़े कि व्यापारी वर्ग जिहड़ा कि इस टाइम दे किसी हद तक निराश हो चुका वा इस सरकार तो, इस टाइम कांग्रेस की हवा हैगी BJP की ये वीर ही दस सकते हैं, की शुभ नाम जी, नीलू शर्मा, नीलू शर्मा जी किवें दा लगदा माहौल अमृतसर दा तुहानूं, अमृतसर दे विच कांग्रेस ही जितनी है, खासकर पंजाब दे विच कांग्रेस ही जितनी है जी, उपरों किवें लगदा तुहानूं केंद्र दे विच, हर बंदे नूं लोड़ है अपना परिवार चंगा रखे, बच्चों की पालन पोषण सही होवे, आने वाला भविख सही होवे, लेकिन मौजूदा जिहड़ी भाजपा सरकार है इन्हां ने बच्चों का फ्यूचर खराब करता है, हर बंदा अपने आप नूं अनसिक्योर महसूस करता वा, लोगों के रुजगार उड़ गए ने, परिवार दे विच मतलब जिनी कमाई आती है उहदे नालों ज़्यादा खर्चा अनसेफ जिहा महसूस करता है, इस करके कोई भी बंदा भाजपा नाल जाण लई तैयार नहीं है, जिहड़ियां अज तक एक दूसरे के नाल द्वेष भावना सी, लड़ाई झगड़ा सी,
ਉਹ ਵੀ ਜਿਹੜਾ ਲੜਾਈ ਝਗੜਾ ਹੈ ਉਹ ਵੱਧ ਗਿਆ, ਦਵੇਸ਼ ਭਾਵਨਾ ਵੱਧ ਗਈ ਹੈ, ਫਿਰਕਾ ਪ੍ਰਸਤੀ ਦੇ ਵੀ ਲੋਕਾਂ ਨੇ ਆਪਸ ਦੇ ਵਿੱਚ ਲੜਾਈ ਕਰਨਾ ਜਿਹੜਾ ਕਿ ਸਹੀ ਨਹੀਂ ਹੈ। ਇਸ ਕਰਕੇ ਅਸੀਂ ਭਾਜਪਾ ਸਰਕਾਰ ਦੇ ਵਿਰੁੱਧ। ਬਿਲਕੁਲ ਜੀ, ਇਹ ਭਾਜਪਾ ਸਰਕਾਰ ਦੇ ਵਿਰੁੱਧ ਕਿਹੜੀਆਂ ਨੀਤੀਆਂ ਤੁਹਾਨੂੰ ਵਿਰੋਧ ਕੀਤਾ, ਕਿਹੜੀਆਂ ਨੀਤੀਆਂ? ਨੋਟਬੰਦੀ, GST, ਖਾਸ ਕਰ ਲੋਕਾਂ 'ਚ ਜਿਹੜੀ ਆਪਸ ਦੇ ਵਿੱਚ ਇਹਨਾਂ ਨੇ ਨਫ਼ਰਤ ਫੈਲਾਈ ਹੈ, ਉਹ ਸਹਿਮਤ ਹੋ ਤੁਸੀਂ ਕਿ ਨਫ਼ਰਤ ਫੈਲਾਈ ਹੈ? ਸਹਿਮਤ ਹੈਗਾ ਬੜੀਆਂ ਚੀਜ਼ਾਂ ਨਾਲ, ਇਹਨਾਂ ਦੀਆਂ ਗੱਲ ਨਹੀਂ ਹੈਗਾ। ਜਦ ਤੱਕ ਪੰਜਾਬ ਦੀ ਗੱਲ ਆ, ਪੰਜਾਬ 'ਚ ਤਾਂ ਪ੍ਰੋਬੇਬਿਲਿਟੀ ਇਹੀ ਹੈਗੀ ਕਾਂਗਰਸ ਹੈਗੀ, ਕਿਉਂਕਿ ਦੇਰ ਇਜ਼ ਨੋ ਅਦਰ ਆਪਸ਼ਨਸ। ਵੀਰ ਜੀ ਨੇ ਗੱਲ ਕੀਤੀ ਕਿ ਭਾਜਪਾ ਨੇ ਨਫ਼ਰਤ ਫੈਲਾਈ ਆ, ਆਪਸੀ ਕੁੜੱਤਣ ਕਿਤੇ ਨਾ ਕਿਤੇ ਪੈਦਾ ਕੀਤੀ ਆ। ਪਹਿਲੇ ਕਿੰਨਾ ਕੁ ਪਿਆਰ ਹਿੰਦੁਸਤਾਨ 'ਚ ਆਪਸ 'ਚ ਲੋਕਾਂ ਦਾ ਨਜ਼ਰ ਆਉਂਦਾ ਪਿਆ ਸੀ ਤੁਹਾਨੂੰ, ਜਿਹੜਾ ਇਹਨਾਂ ਨੇ ਕਹਿੰਦੇ ਨਫ਼ਰਤ ਫੈਲਾਤੀ ਹੈ। ਇਹਨਾਂ ਦੀ ਆਪਣੀ ਸੋਚ ਹੈ ਨਾ, GST ਹੋਈ, ਨੋਟਬੰਦੀ ਹੋਈ, ਇੱਕ ਵਪਾਰੀ ਦੀ ਆਪਣੀ ਸੋਚ ਹੈ, ਵਪਾਰੀ ਨੂੰ ਦੁੱਖ ਹੋਇਆ, ਵਪਾਰੀ ਨੇ ਆਪਣੇ ਢੰਗ ਨਾਲ ਗੱਲ ਕਹਿਣੀ ਹੈ, ਇੱਕ ਗਰੀਬ ਦੀ ਜਿਹਦੀ ਲੋੜ ਹੈਗੀ ਉਹਨੇ ਆਪਣੇ ਢੰਗ ਨਾਲ ਗੱਲ ਕਹਿਣੀ ਹੈ। ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ। ਟੋਟਲ ਨਰੇਟਿਵ ਹੈ ਕਿ ਹਿੰਦੁਸਤਾਨ 'ਚ ਸਟੇਬਿਲਿਟੀ, ਕੋਈ ਵਰਕ ਕਲਚਰ ਇੰਪਰੂਵ ਹੋਇਆ ਕਿ ਨਹੀਂ ਹੋਇਆ, ਕੋਈ ਚੇਂਜ ਆਈ ਕਿ ਨਹੀਂ ਆਈ, ਲੱਗਦੀ ਤੁਹਾਨੂੰ ਕਿਹੋ ਜਿਹੀ ਚੇਂਜ? ਨਹੀਂ, ਮੈਂ ਕਹਿਣਾ, ਮੈਂ ਆਮ ਇੱਕ ਗੱਲ ਕਰਨਾ ਚਾਹੁੰਦਾ ਕਿ ਆਹ ਉਮੀਦ ਹੈਗੀ ਹੈ ਕਿਸੇ ਕੋਲ ਅੱਗੇ, ਚਲੋ ਮੈਂ ਮੰਨ ਲੈਣਾ BJP ਦੀ ਗੌਰਮੈਂਟ ਗਲਤ ਹੈ, ਇਹਨਾਂ ਨੂੰ ਕੱਢ ਦਿਓ, ਯੇ ਹੈ ਵੋ, ਆਇਆ ਹੋਰ ਕੋਈ ਆਲਟਰਨੇਟਿਵ ਨਜ਼ਰ ਆਉਂਦਾ ਪਿਆ? ਅੱਜ ਜਿਵੇਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਤੁਹਾਡੇ ਵਿੱਚ ਨੇਤਾ ਆਉਂਦੇ ਆ, ਨੇਤਾ ਨੂੰ ਕਿਉਂ ਨਹੀਂ ਸਵਾਲ ਪੁੱਛੇ ਜਾਂਦੇ ਕਿ 5 ਸਾਲ ਤੁਸੀਂ ਸਾਡੇ ਨਾਲ ਆਉਂਦੇ ਆ? ਕਿਸੇ ਨੇਤਾ ਕੋਲ ਕਿਸੇ ਚੀਜ਼ ਦਾ ਕੋਈ ਜਵਾਬ ਨਹੀਂ ਹੁੰਦਾ, ਕਿਉਂਕਿ ਜਿੰਨਾ ਕੋਲ ਕਰ ਸਕਦਾ ਜਾਂ ਜਿੰਨਾ ਕੋਲ ਕਰਤਾ ਹੋਏਗਾ, ਉਹਦੇ ਨਾਲ ਲੋਕਾਂ ਦੀ ਕਦੀ ਸੰਤੁਸ਼ਟ ਨਹੀਂ ਹੁੰਦੇ, ਉਹ ਹੋ ਵੀ ਨਹੀਂ ਸਕਦੇ, ਸੰਤੁਸ਼ਟੀ ਹੋਣੀ ਵੀ ਨਹੀਂ ਚਾਹੀਦੀ, ਕਿਉਂਕਿ ਸਵਾਲ ਡਿਮਾਂਡ ਤਾਂ ਪਬਲਿਕ ਨੇ ਰਹਿਣੀ ਰਹਿਣੀ ਆ ਪਬਲਿਕ ਦੇ ਵਿੱਚ। ਦੇਖੋ ਜੀ, ਜਿਹੜੀ ਇਹਨਾਂ ਨੇ ਨਫ਼ਰਤ ਦੀ ਗੱਲ ਕੀਤੀ ਹੈ ਕਿ ਪਹਿਲੇ ਵੀ ਇੱਦਾਂ ਹੀ ਨਫ਼ਰਤ ਸੀ, ਪਹਿਲੇ ਨਫ਼ਰਤ ਸੀ ਲੇਕਿਨ ਵਿਚਕਾਰ ਆ ਕੇ ਘਟੀ, ਹੁਣ ਦੁਬਾਰਾ ਫਿਰ ਵਧੀ ਹੈ। ਨੰਬਰ 2 ਤੇ ਕਦੋਂ ਘਟੀ, ਕਦੋਂ ਕਹਿ ਸਕਦੇ ਆ? ਅਸੀਂ ਕਹਿ ਸਕਦੇ ਆ ਕਿ 85 ਨੂੰ ਘਟੀ ਹੈ, ਸਮਝਦੇ 1984 'ਚ ਘਟੀ ਹੈ, ਇਹ ਸਮਝਦੇ ਹੋਣਗੇ ਉਸ ਤੋਂ ਪਹਿਲੇ ਹੋਰ ਘਟੀਆਂ, ਉਹ ਲੜੀਆਂ ਝਗੜਿਆਂ 'ਚ ਘਟੀ ਹੈ, ਘਟੀ ਕਦੋਂ? ਹਿੰਦੁਸਤਾਨ ਕਾਸਟ ਬੇਸ ਪੋਲਿਟਿਕਸ ਰਹੀ ਹੈ, ਅੱਜ ਵੀ ਉੱਥੇ ਹੀ ਚੱਲਣ ਰਹੀ ਹੈ। ਚਲੋ ਜਿੱਦਾਂ ਕਹਿੰਦੇ ਮੰਨੀ ਜਾਓ, ਵੈਸੇ 95 ਤੋਂ ਲੈ ਕੇ 2014-15 ਤੱਕ ਘਟੀ ਹੈ, ਉਸ ਤੋਂ ਬਾਅਦ ਅੱਜ ਆਰੋਪ ਲੱਗਦਾ ਪਿਆ ਮੀਡੀਆ 'ਤੇ ਵੀ ਕਿ ਸਰਕਾਰ ਨੇ ਮੀਡੀਆ ਨੂੰ ਖਰੀਦਿਆ, ਅੱਜ ਆਰੋਪ ਲੱਗਦਾ ਪਿਆ ਸੁਪਰੀਮ ਕੋਰਟ ਦੇ ਬੰਦਿਆਂ ਦੇ, ਜੱਜਾਂ ਦੇ ਉੱਪਰ, ਅੱਜ ਆਰੋਪ ਲੱਗਦਾ ਪਿਆ CBI 'ਤੇ, ਅੱਜ ਆਰੋਪ ਲੱਗਦਾ ਪਿਆ ਇਹਨਾਂ ਦੀਆਂ ਦੂਸਰੀਆਂ ਸਰਕਾਰੀ ਏਜੰਸੀਆਂ 'ਤੇ ਕਿ ਇਹਨਾਂ ਨੇ ਕੰਟਰੋਲ ਕਰਤਾ। ਪਹਿਲੇ ਤਾਂ ਨਹੀਂ ਹੋਇਆ, ਜੇ ਹੋਇਆ ਇੰਦਰਾ ਗਾਂਧੀ ਵੇਲੇ, ਉਸ ਵੇਲੇ ਕੋਈ ਕੀ ਪੁਜੀਸ਼ਨ ਰਹੀ, ਅਸੀਂ ਜੰਮੇ ਵੀ ਨਹੀਂ। ਲੇਕਿਨ ਇਸ ਵੇਲੇ ਨਫ਼ਰਤ ਦੀ ਤੁਹਾਨੂੰ ਮੈਂ ਗੱਲ ਦੱਸਦਾ। ਸ਼ੁਭ ਨਾਮ ਤੁਹਾਡਾ? ਨਰਿੰਦਰ ਸ਼ਰਮਾ। ਮੈਂ ਇਹਨਾਂ ਨੇ ਨਫ਼ਰਤ ਦੇ ਉੱਤੇ ਬੜਾ ਬੋਲਿਆ, ਮੈਂ ਨਫ਼ਰਤ ਦਾ ਮੈਂ ਦੱਸਦਾ, ਮੌਜੂਦਾ ਜਿਹੜੀ ਸੈਂਟਰ ਗੌਰਮੈਂਟ ਹੈ, ਜਿੰਨੀ ਨਫ਼ਰਤ ਇਹਨਾਂ ਨੇ ਵਧਾਈ ਹੈ ਆਪਸ ਦੇ ਵਿੱਚ, ਕੌਮਾਂ ਦੇ ਵਿੱਚ, ਧਰਮਾਂ ਦੇ ਵਿੱਚ, ਹਿੰਦੂ ਨੂੰ ਸਿੱਖ ਨਾਲ ਲੜਾ ਰਹੇ ਨੇ ਔਰ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਲੜਾ ਰਹੇ ਨੇ, ਸਾਰੀਆਂ ਸਟੇਟਾਂ ਦੇ ਵਿੱਚ ਇਸ ਵੇਲੇ ਆਪਾਂ ਇੱਕ ਦੂਜੇ ਨਾਲ ਨਫ਼ਰਤ ਪਾਲ ਲਈ ਹੈ। ਉਹਦਾ ਰੀਜ਼ਨ ਹੈ ਕਿ ਇਹ ਗੌਰਮੈਂਟ, ਪਹਿਲੀ ਗੌਰਮੈਂਟ ਆਈ ਜਿਹਨੇ ਸਾਰਾ ਮੀਡੀਆ ਖਰੀਦਣ ਦੀ ਕੋਸ਼ਿਸ਼ ਕੀਤੀ, ਮੀਡੀਆ ਸਾਥ ਦੇ ਰਿਹਾ, ਸੈਂਟਰ ਗੌਰਮੈਂਟ ਦਾ ਇਲੈਕਸ਼ਨ ਕਮਿਸ਼ਨਰ ਹੈ, ਚਾਹੇ ਉਹ ਸੁਪਰੀਮ ਕੋਰਟ ਹੈ, ਚਾਹੇ ਉਹ ED ਹੈ, ਚਾਹੇ ਉਹ CBI ਹੈ, ਇਹਨਾਂ ਨੇ ਸਾਰੇ ਜਿੰਨੇ ਵੀ ਸਵਤੰਤਰ ਸੰਸਥਾਵਾਂ ਸੀ ਉਹਨਾਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ ਨਾਲ ਕੀ ਹੋਇਆ ਕਿ ਲੋਕਾਂ ਦੀ ਜਿਹੜੀ ਸੱਚਾਈ ਦੀ ਆਵਾਜ਼ ਉਹ ਦੱਬਣੀ ਸ਼ੁਰੂ ਹੋ ਗਈ। ਜੇ ਕੋਈ ਆਪਣਾ ਹੱਕ ਲੈ ਕੇ ਗਿਆ ਤਾਂ ਉਹਨੂੰ ਫੈਸਲਾ ਉਹਦੇ ਹੱਕ 'ਚ ਨਹੀਂ ਆਇਆ, ਔਰ ਲੋਕ ਕੜਪ ਗਏ, ਔਰ ਮੌਜੂਦਾ ਸਰਕਾਰ ਨੇ ਇਹੋ ਜਿਹੇ ਕੰਮ ਕੀਤੇ ਨੇ ਕਿ ਜਿਹਦੇ ਨਾਲ ਲੋਕ ਡਰਨੇ ਸ਼ੁਰੂ ਹੋ ਗਏ। ਨੋਟਬੰਦੀ ਇੱਕ ਮਹਾਂਮੂਰਖਾਂ ਵਾਲਾ ਫੈਸਲਾ ਸੀ ਸੈਂਟਰ ਗੌਰਮੈਂਟ ਦਾ, ਜਿਹੜਾ ਬਿਨਾਂ ਕਿਸੇ ਨੂੰ ਗੱਲਬਾਤ ਕੀਤਿਆਂ, ਬਿਨਾਂ ਟਾਈਮ ਦਿੱਤਿਆਂ, ਰਾਤੀ 8 ਵਜੇ ਆ ਕੇ ਤੁਸੀਂ ਅਨਾਊਂਸ ਕਰਨ ਡੇ ਹੋ ਜੀ ਸਾਡੇ ਨੋਟ ਬੰਦ ਹੋ ਗਏ, ਇਹ ਮਿੱਟੀ ਦਾ ਢੇਰ ਹੋ ਗਿਆ। ਹਰਦੀਪ ਸਿੰਘ ਪੁਰੀ ਜੀ ਨਾਲ ਅਕਾਲ ਚੈਨਲ ਨੇ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਜਦੋਂ ਨੋਟਬੰਦੀ ਦੀ ਗੱਲ ਕੀਤੀ ਗਈ, ਉਹਨਾਂ ਨੇ ਕਿਹਾ ਕਿ ਕਾਲੇ ਧਨ ਦੀ ਗੱਲ ਕੀਤੀ, ਵਿਦੇਸ਼ਾਂ ਤੋਂ ਬਾਹਰਲੇ ਕਾਲੇ ਧਨ ਦੀ, ਪਰ ਉਹਨਾਂ ਕਿਹਾ ਕਿ ਦੇਸ਼ ਵਿੱਚੋਂ ਕਾਲਾ ਧਨ ਇਕੱਠਾ ਹੋ ਚੁੱਕਾ, ਵਿਦੇਸ਼ੀ ਧਨ ਦੀ ਉਹਨਾਂ ਗੱਲ ਹੀ ਨਹੀਂ ਕੀਤੀ। ਨਹੀਂ ਜੀ, ਉਹ ਬਿਲਕੁਲ ਗਲਤ ਕਹਿ ਰਹੇ ਨੇ। 16 ਲੱਖ ਕਰੋੜ ਰੁਪਏ ਦੀ ਅਗਰ ਕਰੰਸੀ ਗੌਰਮੈਂਟ ਨੇ ਡਿਕਲੇਅਰ ਕੀਤੀ ਸੀ ਕਿ ਸਾਡੀ ਇਹਦੀ ਸਰਕਲ ਦੇ ਵਿੱਚ ਹੈ, ਅਤੇ 16 ਲੱਖ ਕਰੋੜ ਰੁਪਈਆ ਬੈਂਕ ਦੇ 'ਚ ਵਾਪਸ ਆ ਗਿਆ, ਫਿਰ ਕਾਲਾ ਧਨ ਕਿੱਥੇ ਗਿਆ? ਅਗਰ 2016 ਦੇ ਵਿੱਚ ਨੋਟਬੰਦੀ ਹੋਈ ਹੈ ਅਤੇ 2016 ਦੇ ਵਿੱਚ ਅਗਰ ਗੌਰਮੈਂਟ ਨੂੰ ਕਾਲਾ ਧਨ ਪਤਾ ਲੱਗਦਾ ਤਾਂ ਅੱਜ ਹਿੰਦੁਸਤਾਨ ਦੇ ਹਰ ਸ਼ਹਿਰ, ਹਰ ਕਸਬੇ ਦੇ 'ਚ ਵੱਡੇ ਵੱਡੇ ਬੋਰਡ ਲੱਗੇ ਹੋਣੇ ਜੀ। 15 ਲੱਖ ਦੇ ਵੀ ਸਾਡੇ ਨਾਲ ਵਾਅਦੇ ਹੋਏ ਸੀ, ਇਸ ਟਾਈਮ 72,000 ਗਰੀਬ ਪਰਿਵਾਰਾਂ ਨਾਲ ਵਾਅਦੇ ਹੋ ਰਹੇ ਆ, ਕਿਵੇਂ ਲੱਗਦਾ ਤੁਹਾਨੂੰ 15 ਲੱਖ ਤਾਂ ਆਇਆ ਨਹੀਂ, 72,000 ਦੀ ਆਸ ਹੈਗੀ ਕਾਂਗਰਸ ਵੱਲੋਂ? ਅਸੀਂ ਸਮਝਦੇ ਹਾਂ ਜੀ, ਇਹ ਘੁੰਮਾ 'ਚ ਆਉਣ ਲਈ ਇਹ ਜਿੰਨੇ ਵੀ ਪੋਲੀਟੀਕਲ ਲੋਕ ਨੇ ਇਹ ਝੂਠੇ ਵਾਅਦੇ ਕਰਦੇ ਨੇ, ਲੇਕਿਨ ਅਸੀਂ ਆਸ ਕਰਦੇ ਹਾਂ ਜੇ ਉਹ ਗੌਰਮੈਂਟ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਤਾਂ ਜੇ ਰਾਹੁਲ ਗਾਂਧੀ ਹੋਣੀ, ਇੱਕ ਮਿੰਟ, ਜਾਂ ਤੁਸੀਂ ਬੋਲੋ ਜਾਂ ਮੈਂ ਬੋਲਦਾ, ਤੁਹਾਡੀ ਬੋਲੀ ਮੈਂ ਵੇਖ ਲਈ ਜਿੱਦਾਂ ਤੁਸੀਂ ਨਫ਼ਰਤ ਦੀ ਬੋਲੀ ਬੋਲਦੇ ਹੋ। ਮੈਂ ਇਹ ਕਹਿ ਰਿਹਾ ਬਈ, ਜੇ
ਉਹਨਾਂ ਨੂੰ 72,000 ਰੁਪਇਆ ਸਾਲ ਦਾ ਉਹਨਾਂ ਦੇ ਖਾਤੇ ਜਾਵੇਗਾ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਆਏਗਾ, ਅਸੀਂ ਇਹ ਕਹਿੰਦੇ ਆਉਣਾ ਚਾਹੀਦਾ। ਜੇ ਤੁਸੀਂ ਅਨਾਊਂਸ ਕੀਤਾ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਇੱਕ ਕਾਨੂੰਨ ਬਣਾ ਦੇਣਾ ਚਾਹੀਦਾ ਵੀ ਜਿਹੜਾ ਮੈਨੀਫੈਸਟੋ ਹੋਵੇ ਉਹ ਲੀਗਲਾਈਜ਼ ਹੋਵੇ। ਜਿਹੜਾ ਮੈਨੀਫੈਸਟੋ ਤੁਸੀਂ ਬਣਾਉਂਦੇ ਹੋ ਅਗਰ ਉਹ ਤੁਸੀਂ ਪੂਰਾ ਨਹੀਂ ਕਰਦੇ ਤਾਂ ਸੁਪਰੀਮ ਕੋਰਟ ਇਹੋ ਜਿਹੀ ਗਵਰਨਮੈਂਟ ਨੂੰ ਬਰਖਾਸਤ ਕਰ ਦੇਵੇ। ਸ਼ਰਮਾ ਜੀ, ਸਾਡੇ ਵੀ ਕੁਛ ਅਧਿਕਾਰ ਹੁੰਦੇ ਆ, ਵੋਟ ਦਾ ਅਧਿਕਾਰ ਬੜਾ ਵੱਡਾ ਅਧਿਕਾਰ ਹੈਗਾ ਸ਼ਰਮਾ ਜੀ ਦਾ ਵੀ ਤੇ ਸਾਰੇ ਸੱਜਣਾਂ ਦਾ। ਜਦੋਂ ਅਸੀਂ ਵੋਟ ਦਾ ਅਧਿਕਾਰ ਦਿੰਦੇ ਹਾਂ ਉਦੋਂ ਅਸੀਂ ਇਹਨਾਂ ਲੀਡਰਾਂ ਨੂੰ ਨਹੀਂ ਪੁੱਛ ਸਕਦੇ ਕਿ ਤੁਹਾਡਾ ਮੈਨੀਫੈਸਟੋ ਜਿਹੜਾ ਤੁਸੀਂ 2 ਸਾਲ ਪਹਿਲਾਂ, ਬੇਸ਼ੱਕ ਇਸ ਟਾਈਮ ਕਾਂਗਰਸ ਸੱਤਾ ਦੇ ਵਿੱਚ ਆ, 2 ਸਾਲ ਪਹਿਲਾਂ ਦਾ ਮੈਨੀਫੈਸਟੋ ਬਾਰੇ ਗੱਲ ਜਦੋਂ ਕੀਤੀ ਜਾਂਦੀ ਆ ਕਿਤੇ ਨਾ ਕਿਤੇ ਸਟੇਜਾਂ ਤੋਂ ਥੱਪੜ ਮਾਰੇ ਜਾਂਦੇ ਆ, ਜਦੋਂ ਸਵਾਲ ਕੀਤੇ ਜਾਂਦੇ ਆ ਉਦੋਂ ਥੱਪੜ ਵੱਜਦੇ ਆ। ਰਜਿੰਦਰ ਕੌਰ ਭੱਠਲ ਵੱਲੋਂ ਇੱਕ ਨੌਜਵਾਨ ਨੂੰ ਥੱਪੜ ਮਾਰਿਆ ਗਿਆ ਕਿਉਂਕਿ ਉਹਨੇ ਸਵਾਲ ਕੀਤੇ ਸੀ। ਜੇ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਹਾਂ, ਇਸ ਟਾਈਮ ਦੇ ਉੱਤੇ ਰਾਜ ਭਾਗ ਦੇ ਵਿੱਚ ਗਲਤੀਆਂ ਹੋਈਆਂ, ਖਮਿਆਜ਼ਾ ਭੁਗਤਣਾ ਪਿਆ, ਇਸ ਟਾਈਮ 'ਤੇ ਦੌੜ ਲੱਗੀ ਹੈਗੀ ਇਹਨਾਂ ਦੀ? ਇਹ ਦੇਖੋ ਜੀ, ਇਹ ਜਦੋਂ ਆਪਣੀਆਂ ਜਿਹੜੀਆਂ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰਦੇ ਔਰ ਪਬਲਿਕ ਜਿਸ ਵੇਲੇ ਇਹਨਾਂ ਨੂੰ ਪੁੱਛਦੀ ਹੈ, ਚਿੜਚਿੜੇ ਹੋ ਜਾਂਦੇ ਨੇ, ਹੱਥ ਉਦੋਂ ਹੀ ਚੁੱਕਿਆ ਜਾਂਦਾ ਪਬਲਿਕ ਦੇ ਉੱਤੇ ਜਦੋਂ ਉਹਦਾ ਪ੍ਰੋਪਰ ਜਵਾਬ ਇੰਨਾ ਕੋਈ ਨਹੀਂ ਹੁੰਦਾ। ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਭਾਜਪਾ ਹੈ, ਚਾਹੇ ਅਕਾਲੀ, ਤਿੰਨੇ ਪਾਰਟੀਆਂ ਨੇ ਅਲੱਗ ਅਲੱਗ ਸਮੇਂ ਦੇ ਉੱਤੇ ਇਹੋ ਜਿਹੀਆਂ ਵਾਹਜਾਤ ਹਰਕਤਾਂ ਕੀਤੀਆਂ ਨੇ। ਆਮ ਪਬਲਿਕ ਜਿਹੜੀ ਹੈ ਉਹ ਸਹੂਲਤਾਂ ਜਾਂਦੀ ਹੈ, ਸਹੂਲਤਾਂ ਇਹ ਦੇ ਨਹੀਂ ਪਾਉਂਦੇ। ਜਦੋਂ ਤੁਸੀਂ ਪ੍ਰੋਮਿਸ ਵੱਡੇ ਕਰਦੇ ਹੋ ਉਹ ਸਹੂਲਤਾਂ ਦੇ ਨਹੀਂ ਪਾਉਂਦੇ। ਮੇਰੀ ਇਹੋ ਹੀ ਡਿਮਾਂਡ ਹੈਗੀ ਗੌਰਮੈਂਟ ਕੋਲ ਕਿ ਜਿਹੜਾ ਵੀ ਇਹ ਮੈਨੀਫੈਸਟੋ ਬਣਾਉਂਦੇ ਨੇ ਉਹ ਮੈਨੀਫੈਸਟੋ ਸੈਂਟਰ ਗੌਰਮੈਂਟ ਵੱਲੋਂ ਲੀਗਲਾਈਜ਼ ਹੋਵੇ ਤਾਂ ਕਿ ਉਹਦੇ ਉੱਤੇ ਸੁਪਰੀਮ ਕੋਰਟ ਇਹਨਾਂ ਨੂੰ ਨੋਟਿਸ ਭੇਜ ਸਕੇ ਔਰ ਪੁੱਛ ਸਕੇ ਕਿ ਤੁਸੀਂ ਇਹ ਵਾਅਦੇ ਕੀਤੇ ਤਾਂ 2 ਸਾਲਾਂ ਹੀ ਪੂਰੇ ਕਿਉਂ ਨਹੀਂ ਕੀਤੇ? ਕੋਈ ਟਾਈਮ ਨਿਸ਼ਚਿਤ ਹੋਣਾ? ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ ਵੀਰ ਜੀ, ਇਹੋ ਹੀ ਦੱਸ ਰਿਹਾ ਕਿ ਕਿਤੇ ਨਾ ਕਿਤੇ ਆਮ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ। 72,000 ਦਾ ਵਾਅਦਾ ਕੀਤਾ ਜਾਂਦਾ, 15 ਲੱਖ ਦਾ ਵਾਅਦਾ ਕੀਤਾ ਜਾਂਦਾ, ਜੇ ਇਹ ਵਾਅਦਾ ਪੂਰਾ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਕੋਰਟ ਵੱਲੋਂ ਇਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰਨਾ ਚਾਹੀਦਾ। ਕੀ ਲੱਗਦਾ ਜੀ ਤੁਹਾਨੂੰ? ਬਿਲਕੁਲ ਕਰਨਾ ਚਾਹੀਦਾ ਜੀ, ਜਿੰਨੇ ਵਾਅਦੇ ਕੀਤੇ ਇਹਨਾਂ ਨੇ ਪੂਰੇ ਕਰਨੇ ਚਾਹੀਦੇ ਆ, ਨਹੀਂ ਕਰਦੇ ਤਾਂ ਲੋਕ ਜਨਤਾ ਨੂੰ ਵੀ ਚਾਹੀਦਾ ਇਹਨਾਂ ਨੂੰ ਅਗਲੀ ਵਾਰੀ ਬਾਹਰ ਦਾ ਰਸਤਾ ਦਿਖਾਉਣ। ਅੰਮ੍ਰਿਤਸਰ ਤੋਂ ਕੀ ਲੱਗਦਾ ਤੁਹਾਨੂੰ, ਔਜਲਾ ਸਾਹਿਬ ਅੱਗੇ ਆਉਣਗੇ ਜਾਂ ਹਰਦੀਪਪੁਰੀ ਜੀ? ਅੰਮ੍ਰਿਤਸਰ ਤੋਂ ਤਾਂ ਔਜਲਾ ਸਾਹਿਬ ਹੀ ਲੱਗਦੇ ਜੀ ਅੱਗੇ ਆਉਣਗੇ। ਕੇਂਦਰ ਤੋਂ ਚਾਹੀਦਾ ਵੀ ਹੈ ਕਿਉਂਕਿ ਲੋਕਲ ਕੈਂਡੀਡੇਟ ਹੈ, ਕੱਲ੍ਹ ਨੂੰ ਦੁੱਖ ਸੁੱਖ ਦੇ ਭਾਗੀਦਾਰ ਹੈ। ਪੂਰੀ ਸਾਹਿਬ ਨੇ ਜਿੱਤਣਾ ਤਾਂ ਮੁੜ ਕੇ 5-7 ਨੇਰ ਵੀ ਨਹੀਂ ਆਉਣਾ, ਬਾਕੀ ਸਾਡੇ ਨਾਲ ਬਾਬਾ ਹੀ ਗਏ ਆ ਜਿਹੜੇ ਹੈ ਬਹੁਤ ਪੱਕੇ ਮੋਦੀ ਭਗਤ। ਕੀ ਸ਼ੁਭ ਨਾਮ ਜੀ? ਮੇਰਾ ਨਾਂ ਰਿਸ਼ੀ ਕਪੂਰ ਜੀ। ਰਿਸ਼ੀ ਕਪੂਰ ਜੀ, ਕੀ ਲੱਗਦਾ ਤੁਹਾਨੂੰ ਇਸ ਟਾਈਮ ਦੇ ਉੱਤੇ ਸਿਆਸਤ ਕਿੱਧਰ ਨੂੰ ਜਾ ਰਹੀ ਹੈਗੀ ਆ, ਕਿਵੇਂ ਦਾ ਮਾਹੌਲ ਹੈ? ਜੇ ਤੁਸੀਂ ਪਿਛਲੇ 60-70 ਸਾਲ ਤੋਂ ਦੇਖੋ ਨਾ, ਜਿੰਨਾ ਇਸਲੇ ਗੰਦੀ ਹੋ ਗਈ ਨਾ ਪੋਲੀਟਿਕਸ, ਇਹੋ ਹੀ ਗੰਦੀ ਪੋਲੀਟਿਕਸ ਕਦੀ ਨਹੀਂ ਹੋਈ। ਉੱਪਰ ਕਿਸੇ ਨੂੰ ਮੜੇ ਨੂੰ ਖਿੱਚਿਆ ਜਾ ਰਿਹਾ, ਕਿਸੇ ਨੂੰ ਵਿਚਲਿਆ ਜਾ ਰਿਹਾ, ਇਹੋ ਹੀ ਗੰਦੀ ਪੋਲੀਟਿਕਸ ਅਸੀਂ ਅੱਜ ਤੱਕ ਨਾ ਦੇਖੀ ਹੈ ਨਾ ਸੁਣੀ ਹੈ। ਰਾਜ ਜੇ ਆਪਾਂ ਜੇ ਅਕਾਲੀ ਭਾਜਪਾ ਦਾ ਰਾਜ ਸੀ ਤਾਂ ਅਕਾਲੀ ਦਲ ਨੇ ਕੈਲੀਫੋਰਨੀਆ ਕਿਹਾ ਸੀ ਕਿ ਕੈਲੀਫੋਰਨੀਆ ਬਣਾਉਂਦਾ, ਕੀ ਲੱਗਦਾ ਤੁਹਾਨੂੰ ਕੀ ਬਣ ਚੁੱਕਾ ਇਸ ਟਾਈਮ ਪੰਜਾਬ? ਅਕਾਲੀ ਦਲ ਨੇ 2 ਜਿਹੜੇ ਕਿ ਸਹੀ ਕੀਤੇ ਕੰਮ, ਇੱਕ ਤਾਂ ਸੁਵਿਧਾ ਕੇਂਦਰ ਖੋਲ੍ਹੇ ਸੀ, ਇੱਕ ਜਿਹੜਾ ਦਰਬਾਰ ਸਾਹਿਬ ਦੇ ਜਿਹੜੇ ਆਲਰਾਊਂਡ ਬਣਾਇਆ ਉਹ ਬਹੁਤ ਵਧੀਆ ਬਣਾਇਆ, ਨੋ ਡਾਊਟ 2 ਕੰਮ ਉਹਨਾਂ ਦੇ ਬਹੁਤ ਵਧੀਆ ਗਏ ਸੀ। ਬਾਕੀ ਅੰਮ੍ਰਿਤਸਰ ਦਾ ਹਾਲਾਤ ਕਿਵੇਂ ਆ? ਅੰਮ੍ਰਿਤਸਰ ਤਾਂ ਸਰ ਇੰਡਸਟਰੀ ਡੰਪ ਹੋਈ ਹੋਈ ਹੈ, ਕਾਰੋਬਾਰ 'ਚ ਖਤਮ ਹੋ ਗਿਆ ਹੋਇਆ, ਪੂਰੇ ਆਲ ਓਵਰ ਇੰਡੀਆ ਜੀ ਇਹੋ ਹੀ ਹਾਲ ਆ, ਪਰ ਅੰਮ੍ਰਿਤਸਰ 'ਚ ਬਹੁਤ ਬੁਰਾ ਹਾਲ ਹੋਇਆ ਹੋਇਆ। ਅੰਮ੍ਰਿਤਸਰ 168 ਟੈਕਸਟਾਈਲ ਯੂਨਿਟ ਸੀ ਅਤੇ ਟੈਕਸਟਾਈਲ ਹੱਬ ਹੈਗਾ ਸੀ ਅੰਮ੍ਰਿਤਸਰ, ਅੱਜ ਜੈਨੂਅਲ 18 ਨਹੀਂ ਰਹੇ, ਯੂਥ ਨੂੰ ਮਿਲਦਾ ਨਹੀਂ ਪਿਆ, ਮੁੰਡੇ ਬਾਹਰ ਜਾਂਦੇ ਪੈਣ ਬੱਚੇ, ਕੀ ਹੋ ਇਹ ਤੁਹਾਡੇ ਸਾਹਮਣੇ ਇਹਦੇ 'ਤੇ ਸੇਜ ਲਿਆਉਣ ਜਾਂ ਇੰਡਸਟਰੀਅਲ ਕੋਈ ਹੱਬ ਲਿਆਉਣ ਜਾਂ ਕੋਈ ਇਹੋ ਜਿਹੀ ਚੀਜ਼ ਲਿਆਉਣ ਜਿਹਦੇ ਨਾਲ ਕਿ ਯੂਥ ਇੱਥੇ ਕਲਚਰ ਡਿਵੈਲਪ ਹੋਵੇ। ਯੂਥ ਵਾਅਦੇ ਕੀਤੇ ਸੀ 2 ਸਾਲ ਪਹਿਲਾਂ ਕਾਂਗਰਸ ਸਰਕਾਰ ਨੇ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਰੁਜ਼ਗਾਰ ਦੇਵਾਂਗੇ, ਨਾਲ ਲੈਪਟੋਪ ਦੇਵਾਂਗੇ, ਫੋਨ ਦੇਵਾਂਗੇ, ਕੀ ਲੱਗਦਾ ਉਸ ਚਾਹੇ ਬੀਜੇਪੀ ਹੈ ਜਾਂ ਕਾਂਗਰਸ, ਜਸਟ ਜੁਮਲੇਬਾਜ਼ੀ ਹੈ, ਸਿੱਧੀ ਸਟੇਟ ਫਾਰਵਰਡ ਗੱਲ ਹੈ ਜੀ। 72,000 ਦਾ ਜੁਮਲਾ ਹੀ ਲੱਗਦਾ, 15 ਲੱਖ ਦਾ ਜੁਮਲਾ ਤੇ ਨਿਕਲ ਚੁੱਕਾ। 72,000 ਇਸ ਤਰ੍ਹਾਂ ਨਹੀਂ ਆਉਣਾ ਕਹਿਣਾ, ਜਿਹਦੇ ਕੋਲ 6,000 ਰੁਪਇਆ ਮਹੀਨਾ ਹੈਗਾ ਨਾ ਉਹਦੀ। ਸਰ ਜੁਮਲੇਬਾਜ਼ੀ ਉਹ ਤਾਂ ਜਿਸਲੇ ਆਏਗੀ ਉਸ ਤੋਂ ਬਾਅਦ ਹੈ ਨਾ, ਉਹਦੇ ਹਾਲੇ ਅਸੀਂ ਫਰੰਟ ਫੁੱਟ ਤਾਂ ਕੁਛ ਕਹਿੰਦੇ ਨਹੀਂ ਪਏ ਕਿ ਹਾਲੇ ਜਿਸਲੇ ਆਏਗੀ, ਹਾਲੇ ਕੀ ਪਤਾ ਮੋਦੀ ਸਰਕਾਰ ਨੇ ਆਉਣਾ ਕਿ ਰਾਹੁਲ ਗਾਂਧੀ ਨੇ ਆਉਣਾ, ਸਾਨੂੰ ਤਾਂ ਵੀ ਨਹੀਂ ਪਤਾ। GST ਦਾ ਕਿਵੇਂ ਲੈਂਦੇ ਤੁਸੀਂ? GST ਨੋਟਬੰਦੀ ਸਰ, ਨੋਟਬੰਦੀ ਦਾ ਬਿਲਕੁਲ ਹੀ ਬਲੰਡਰ ਮਿਸਟੇਕ ਸੀ ਜੀ, ਸੈਂਟਰ ਗੌਰਮੈਂਟ ਵੱਲੋਂ ਬਲੰਡਰ। ਕਈ ਵਪਾਰੀਆਂ ਦੇ ਆਪਸ 'ਚ ਰਿਸ਼ਤੇ ਖਰਾਬ ਹੋ ਗਏ ਜਿਹਨਾਂ ਦੇ ਕਿ ਬੜੇ ਅੱਛੇ ਰਿਲੇਸ਼ਨ ਚੱਲਦੇ ਸੀ, ਇਸ ਕਰਕੇ ਸਾਨੂੰ ਖੁਦ ਸਾਡੇ ਵਪਾਰੀਆਂ ਨੇ ਨੁਕਸਾਨ ਹੋ ਚੁੱਕਾ, ਬਹੁਤ ਜ਼ਿਆਦਾ ਹੋਇਆ ਸਰ, ਸਾਡੀ ਸੇਲਸ ਵਗੈਰਾ ਟੁੱਟ ਗਈਆਂ। ਨੋਟ GST ਜਿਹੜੀ ਇਹਨਾਂ ਨੇ ਨਾ ਲਗਾਈ ਗਈ ਹੈ ਉਹ ਬੜੀ ਇੱਕ ਗਲਤ ਅਨ ਯਾਨੀ ਕਿ ਨਾ ਕਹਿ ਸਕਦੇ ਹੋ ਪ੍ਰੋਗਰੈਸ ਮਾਇੰਡ ਨਾਲ ਲਗਾਈ ਗਈ ਹੈ, ਅਨਡਿਵੈਲਪ ਮਾਇੰਡ ਨਾਲ। ਕੋਈ ਐ ਨਹੀਂ ਇਹਨਾਂ ਨੇ ਕਿਹਾ 1 ਯੂਨੀਫਾਰਮ 1 ਟੈਕਸ, ਕਿਤੇ 5% ਹੈ, ਕਿਤੇ 12% ਹੈ, ਕਿਤੇ 18% ਹੈ,
ਜਿਹੜੀ ਨੋਟਬੰਦੀ ਕੀਤੀ ਸੀ ਜਾਂ GST ਲੱਗੀ ਹੈਗੀ ਆ ਕਿਤੇ ਨਾ ਕਿਤੇ ਵਪਾਰੀ ਵਰਗ ਨੂੰ ਬਹੁਤ ਵੱਡਾ ਖਮਿਆਜਾ ਭੁਗਤਣਾ ਪਿਆ, ਜਿਵੇਂ ਕਿ ਦੱਸ ਰਿਹਾ ਵੀਰ ਜੀ ਕਿ ਕਰੋੜਾਂ ਦੇ ਵਿੱਚ ਜਿਹੜੇ ਕਿ ਬੇਰੁਜ਼ਗਾਰ ਨੌਜਵਾਨ ਦੀ ਸੰਖਿਆ ਵੱਧ ਚੁੱਕੀ ਆ, ਵਾਅਦੇ ਵੱਡੇ ਵੱਡੇ ਕੀਤੇ ਜਾਂਦੇ ਆ, ਵਫਾ ਨਹੀਂ ਕੀਤੇ ਜਾਂਦੇ। ਇੱਕ ਸਵਾਲ ਹੈਗਾ ਵਾ ਕਿ ਜੇ ਬਾਕੀ ਸਾਰਿਆਂ ਨੂੰ ਚੈਲੰਜ ਹੋ ਸਕਦਾ ਵਾ ਤਾਂ ਕਿਤੇ ਨਾ ਕਿਤੇ ਕੋਰਟ ਵੱਲੋਂ ਇਹਨਾਂ ਨੂੰ ਵੀ ਚੈਲੰਜ ਹੋਣਾ ਚਾਹੀਦਾ ਵਾ, ਇਹਨਾਂ ਨੂੰ ਕਟਹਿਰੇ 'ਚ ਖੜ੍ਹੇ ਹੋਣੇ ਚਾਹੀਦੇ ਆ, ਜਿਵੇਂ ਕਿ ਵਾਅਦੇ ਕੀਤੇ ਜਾਂਦੇ ਆ। ਜਿਹੜੀ ਸਰਕਾਰ ਆਉਂਦੀ ਹੈਗੀ ਆ ਸੱਤਾ ਦੇ ਵਿੱਚ, ਜੋ ਵਾਅਦੇ ਵਫਾ ਨਹੀਂ ਕਰਦੀ ਤਾਂ ਉਹਨੂੰ ਕਟਹਿਰੇ 'ਚ ਖਲੋ ਕੇ ਜਵਾਬ ਦੇਣਾ ਚਾਹੀਦਾ ਵਾ। ਆਪਾਂ ਹੋਰ ਵੀਰਾਂ ਨਾਲ ਗੱਲਬਾਤ ਕਰਦੇ ਕਿ ਇਹਨਾਂ ਗੱਲਾਂ ਤੋਂ ਸਹਿਮਤ ਹੋ ਤੁਸੀਂ, ਕੀ ਲੱਗਦਾ ਤੁਹਾਨੂੰ? ਗੱਲ ਆ ਜੀ, ਮੈਂ ਤਾਂ ਇਸ ਗੱਲ ਦੇ ਵਿੱਚ ਸਹਿਮਤ ਹਾਂ ਕਿ ਜਿਹੜਾ ਬੰਦਾ ਵੀ ਆਪਣੇ ਟਾਈਮ ਦੇ ਵਿੱਚ ਜੋ ਵੀ ਕੰਮ ਕਰਦਾ ਨਾ, ਉਹ ਆਪਣੀ ਅਕਲ ਦੇ ਮੁਤਾਬਕ ਜਨਤਾ ਵਾਸਤੇ ਵਧੀਆ ਹੀ ਕਰਦਾ। ਪਰ ਇਹ ਹੁਣ ਗੌਰਮੈਂਟ ਦਾ ਹਾਲ ਉਸ ਨਲਾਇਕ ਪੁੱਤਰ ਵਕਨ ਹੋ ਗਿਆ ਜਿਹੜਾ ਆਪਣੇ ਪਿਓ ਨੂੰ ਕਹਿੰਦਾ ਕਿ ਤੂੰ ਮੇਰੇ ਵਾਸਤੇ ਕੀ ਕੀਤਾ, ਜਿਸ ਤਰ੍ਹਾਂ ਕਿ ਇਹ ਗੌਰਮੈਂਟ ਕਹਿ ਰਹੀ ਹੈ ਕਿ ਤੂੰ ਸਾਰੀ ਉਮਰ ਕੀ ਕੀਤਾ, ਸਾਰੀ ਉਮਰ ਕਾਂਗਰਸ ਨੇ ਕੀ ਕੀਤਾ, ਕੋਸਿਆ ਜਾ ਰਿਹਾ ਵਾ। ਬਿਲਕੁਲ ਇੱਕ ਦੂਸਰੇ ਨੂੰ ਕੋਸਿਆ ਜਾ ਰਿਹਾ ਜੀ, ਅੰਦਰੋਂ ਸਾਰੇ ਇੱਕੋ ਹੀ ਹੈ, ਕੋਈ ਪੋਲੀਟੀਕਲ ਪਾਰਟੀ ਪਬਲਿਕ ਦਾ ਭਲਾ ਕਰਨ ਨੂੰ ਤਿਆਰ ਨਹੀਂ ਜੇ ਹੈਗੀ। ਕੀ ਲੱਗਦਾ ਤੁਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਜੋ ਵੀਰ ਜੀ ਨੇ ਕੀਤਾ ਕਿ ਇਨਸਕਿਓਰ ਹਰ ਇੱਕ ਮਹਿਸੂਸ ਕਰ ਰਿਹਾ ਵਾ ਇਸ ਟਾਈਮ 'ਤੇ ਕੋਈ ਵੀ ਭਾਰਤੀ? ਦੇਖੋ ਜੀ, ਸਾਰੇ ਦੁਖੀ ਹੈਗੇ GST ਲੱਗਣ ਤੋਂ ਬਾਅਦ ਅਤੇ ਨੋਟਬੰਦੀ ਤੋਂ ਬਾਅਦ ਇਹ ਵਪਾਰ ਤਾਂ ਸਮਝ ਲਓ ਤੁਸੀਂ 80% ਤਬਾਹ ਹੋ ਗਿਆ ਹੈ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਹੋ ਰਹੀਆਂ ਵਾ, ਬੇਸ਼ੱਕ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰ ਰਹੇ ਹਾਂ, ਕਿਤੇ ਨਾ ਕਿਤੇ ਕੇਂਦਰ ਦੇ ਵਿੱਚ ਸਰਕਾਰ ਆਉਣੀ ਆ, ਨੌਜਵਾਨੀ ਵਾਸਤੇ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਇਹਨਾਂ ਨੂੰ? ਮੈਂ ਨੌਜਵਾਨ ਸਾਡੇ ਨਾਲ ਹੈਗੇ ਆ, ਕੀ ਸ਼ੁਭਨਾਮ ਵੀਰ ਜੀ? ਸਰ ਮੁਨੀਸ਼ ਸ਼ਰਮਾ ਮੇਰਾ ਨਾਂ ਆ। ਦੇਖੋ ਇਸ ਵੇਲੇ ਅੰਮ੍ਰਿਤਸਰ ਦੇ ਹਾਲਾਤ ਜਿਹੜੇ ਹੈਗੇ ਆ ਨਿਊਟਰਲ ਆ, ਨਾ ਅਸੀਂ ਕਹਿ ਸਕਦੇ ਕਾਂਗਰਸ ਵਧੀਆ ਲੈ ਕੇ ਰਹੀ, ਨਾ ਕਹਿ ਲੈ BJP ਵਧੀਆ ਲੈ ਕੇ ਆ ਰਹੀ ਆ, ਲੇਕਿਨ ਸਾਡੀ ਸੋਚ ਨੌਜਵਾਨਾਂ ਦੀ ਆਹੀ ਆ ਕੁਛ ਚੰਗਾ ਆਵੇ ਔਰ ਅਸੀਂ ਅੱਗੇ ਵਧੀਏ। ਕਿਸ ਤਰ੍ਹਾਂ ਅੱਗੇ ਵਧਣਾ ਚਾਹੁੰਦੇ ਹੋ? ਸਰਕਾਰਾਂ ਤਾਂ ਮੈਨੂੰ ਲੱਗਦੀਆਂ ਵਾਅਦੇ ਕਰਕੇ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਬਿਲਕੁਲ ਜੀ, ਬਿਲਕੁਲ ਇਹ ਤੋਂ ਅਸੀਂ ਡਿਨਾਈ ਨਹੀਂ ਕਰ ਸਕਦੇ, ਸਰਕਾਰਾਂ ਵਾਅਦੇ ਕਰਕੇ ਪਿੱਛੇ ਮੁੜ ਜਾਂਦੀਆਂ। ਜਿਸ ਤਰ੍ਹਾਂ ਤੁਸੀਂ ਦੇਖਦੇ ਹਰ ਦੂਸਰੇ ਦਿਨ ਕੋਈ ਸੜਕ ਟੁੱਟ ਜਾਂਦੀ ਆ, ਠੀਕ ਆ, ਅਸੀਂ ਸਿਕਿਉਰਟੀ, ਅਸੀਂ ਗੱਡੀ ਚਲਾਉਣੀ ਆ, ਠੀਕ ਆ, ਅਸੀਂ ਸਹੀ ਤਰੀਕੇ ਨਾਲ ਗੱਡੀ ਨਹੀਂ ਚਲਾ ਸਕਦੇ, ਠੀਕ ਆ ਸਰ। ਤੁਸੀਂ ਆਪਣਾ ਦੇਖੋ ਪੋਲਿਊਸ਼ਨ ਕਿੰਨਾ ਹੈਗਾ, ਗੱਡੀਆਂ ਦਾ ਜਿਹੜਾ ਪੋਲਿਊਸ਼ਨ ਬਹੁਤ ਜ਼ਿਆਦਾ ਇੱਥੇ ਹੈਗਾ, ਠੀਕ ਹੈ ਸਰ। ਕਾਰਾਂ ਜਿਹੜੀਆਂ ਹੈਗੀਆਂ ਆਪਣੀਆਂ ਪੁਰਾਣੇ ਮਾਡਲ ਦੀਆਂ ਕਾਫੀ ਚੱਲਦੀਆਂ ਪਈਆਂ, ਉਹ ਵੀ ਬਹੁਤ ਜ਼ਿਆਦਾ ਇੱਥੇ ਹੈਗੀਆਂ। ਜਾਣੀ ਕਿ ਹਰ ਚੀਜ਼ ਛੋਟੀ ਛੋਟੀ ਗੱਲਾਂ ਕਰਕੇ ਜਿਹੜੀਆਂ ਤੁਸੀਂ ਕਰ ਰਹੇ ਹੋ ਕਿ ਬਿਜ਼ਨਸ 'ਤੇ ਜਿਹੜਾ ਉਹਦਾ ਇਫੈਕਟ ਆ ਰਿਹਾ ਹੌਲੀ ਹੌਲੀ, ਜਿੱਦਾਂ ਟੈਕਸ ਹੋ ਗਿਆ ਤੁਹਾਡਾ, ਆਪਣਾ ਉਹਨੂੰ ਕਹਿੰਦੇ ਆ ਸੇਫਟੀ ਵੱਸੋਂ ਗੱਲ ਕਰੋ, ਆਪਾਂ ਸੇਫਟੀ ਵੱਲੋਂ ਤੁਸੀਂ ਲੜਕੀਆਂ ਦੀ ਸੇਫਟੀ ਲੈ ਲਓ ਸਰ ਤੁਸੀਂ, ਠੀਕ ਆ। ਲੋ ਐਂਡ ਆਰਡਰ ਤੁਸੀਂ ਦੇਖੋ, ਹਰ ਦੂਸਰੇ ਦਿਨ ਕਿਤੇ ਨਾ ਕਿਤੇ ਗੋਲੀ ਚੱਲ ਜਾਂਦੀ, ਜਿਸ ਦਾ ਹੁਣ ਵੀ ਤੁਸੀਂ ਦੇਖੋ ਅਖਬਾਰਾਂ 'ਚ ਆਇਆ ਰਿਹਾ ਕਿ ਉਹਨੂੰ ਲੁੱਟ ਰਿਹਾ, ਕੋਈ ਉਹਨੂੰ ਲੁੱਟ ਰਿਹਾ, ਹਰ ਮਹੱਲੇ 'ਚ, ਹਰ ਸ਼ਹਿਰ 'ਚ। ਜਦੋਂ ਆਪਾਂ ਹਰ ਇੱਕ ਥਾਂ ਤੋਂ ਅਸਲਾ ਤਾਂ ਲਗਭਗ ਵਾਪਸ ਲੈ ਲਿਆ ਜਾਂਦਾ, ਜਮਾ ਕਿੱਥੋਂ ਆ ਜਾਂਦਾ ਅਸਲਾ? ਹਾਂ, ਲੇਕਿਨ ਫਿਰ ਵੀ ਇਹ ਚੀਜ਼ਾਂ ਹੋ ਰਹੀਆਂ। ਇਹ ਚੀਜ਼ਾਂ ਜਿਹੜੀਆਂ ਸਾਡੇ ਮਨ 'ਚ ਇੱਕ ਡਰ ਪੈਦਾ ਕਰਦੀਆਂ ਕਿ ਅਸੀਂ ਕਿਹਨੂੰ ਵੋਟ ਦਈਏ। ਕੀ ਲੱਗਦਾ ਤੁਹਾਨੂੰ ਅੰਮ੍ਰਿਤਸਰ ਤੋਂ ਕਿਹਨੂੰ ਜਿਤਾ ਰਿਹਾ ਇਸ ਟਾਈਮ ਦੇ ਲੋਕ? ਸਰ ਦੇਖੋ, ਇਹ ਤਾਂ ਹੁਣ ਹਵਾ ਦੇ ਹਿਸਾਬ ਨਾਲ ਪਤਾ ਚੱਲੇਗਾ ਜੀ, ਇਹ BJP ਇਹ ਕਾਂਗਰਸ, ਲੇਕਿਨ ਦੇਖੋ ਸਾਡੀ ਸੋਚ ਇਸ ਵੇਲੇ ਆਹੀ ਹੈ ਕਿ ਸ਼ਾਇਦ ਅਸੀਂ BJP ਨੂੰ ਵੋਟ ਪਾ ਕੇ ਅੱਛਾ ਕਰ ਸਕਦੇ, ਕਿਉਂਕਿ ਆਉਣ ਵਾਲੇ ਜਿਹੜੇ 5 ਸਾਲ ਜਿਹੜੇ ਆ, ਪਿਛਲੇ 5 ਸਾਲ ਜਿਹੜੇ ਆ, ਸਾਨੂੰ ਲੱਗਾ ਕੁਛ ਨਾ ਕੁਛ ਚੰਗਾ ਹੋਇਆ ਉਹਦੇ 'ਚ। GST ਵਧੀਆ ਕਦਮ ਸੀ ਤੁਸੀਂ? GST ਸਰ ਵਧੀਆ, ਕਿਉਂਕਿ ਮੈਂ ਆਲਰੇਡੀ ਪਹਿਲਾਂ ਵੈਟ ਦੇ ਰਿਹਾ ਸੀ 14.5%, ਹੁਣ ਮੈਂ GST ਦੇ ਰਿਹਾ, ਮੈਨੂੰ ਤਾਂ ਉਹ 'ਚ ਕੋਈ ਫਰਕ ਨਹੀਂ ਪਿਆ ਸਰ। ਨੋਟਬੰਦੀ ਨੂੰ ਕਿਵੇਂ ਲੈਣੇ ਅਸੀਂ? ਨੋਟਬੰਦੀ 'ਚ ਥੋੜ੍ਹਾ ਫਰਕ ਜ਼ਰੂਰ ਪਿਆ, ਕਿਉਂਕਿ ਜਿਨ੍ਹਾਂ ਕੋਲ ਕਾਲਾ ਧਨ ਹੈਗਾ ਸੀ ਉਹ ਵਾਈਟ ਹੋ ਗਿਆ, ਉਹਦੇ 'ਚ ਥੋੜ੍ਹੀ ਫਰਕ ਪਿਆ ਸੀ। ਨੋਟਬੰਦੀ ਆਮ ਲੋਕਾਂ ਦਾ ਕਾਲਾ ਧਨ ਵਾਈਟ ਹੋਇਆ ਜਾਂ ਲੀਡਰਾਂ ਦਾ ਵੀ, ਕਿ ਇੱਕ ਸਵਾਲ ਵੀਰਾਂ ਨੇ ਕੀਤਾ? ਬਿਲਕੁਲ ਬਿਲਕੁਲ ਸਰ, ਕਾਲਾ ਧਨ ਵਾਈਟ ਹੋ ਗਿਆ ਉਸ ਲਈ, ਉਹ ਥੋੜ੍ਹਾ ਸਟੈਪ ਜਿਹੜਾ ਥੋੜ੍ਹਾ ਬਲੈਕ ਮਨੀ ਬਾਹਰੋਂ ਆਉਣੀ ਸੀ, 15-15 ਲੱਖ ਹਰ ਇੱਕ ਅਕਾਊਂਟ 'ਚ ਆਉਣਾ ਸੀ, ਸਰਕਾਰ ਅੱਗੇ ਆਉਂਦੀ ਆ, ਸਰਕਾਰ ਬਣ ਜਾਂਦੀ ਆ, ਇਸ ਟਾਈਮ ਦੇ ਉੱਤੇ ਰਾਹੁਲ ਜੀ ਵੀ ਵਾਅਦਾ ਕਰ ਰਹੇ ਕਿ 72,000 ਗਰੀਬ ਪਰਿਵਾਰਾਂ ਨੂੰ ਦਿੱਤਾ ਜਾਊਗਾ, ਤੁਹਾਨੂੰ ਕੀ ਲੱਗਦਾ 15 ਲੱਖ ਜਿਹੜੇ ਹੋਏ ਆ? ਦੇਖੋ ਸਰ, ਇਹ ਤਾਂ ਪੋਸੀਬਲ ਨਹੀਂ ਹੈ, ਅਤੇ ਗੱਲਾਂ ਹੀ ਸਾਰੀਆਂ ਜੀ, ਇਹ ਤਾਂ ਪਹਿਲਾਂ ਪਾਸੇ ਆਏ ਆ ਵੋਟਾਂ ਦੀ ਖਾਤਰ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਅੱਛਾ ਵੀਰ ਜੀ, ਹਰ ਇੱਕ ਚੀਜ਼ ਦਾ ਜਦੋਂ ਆਪਾਂ ਮੈਨੀਫੈਸਟੋ ਬਣਦਾ ਬਣ ਜਾਂਦਾ, ਕਿਤੇ ਵਾਤਾਵਰਨ ਦੀ ਗੱਲ ਨਹੀਂ ਹੁੰਦੀ ਇਸ ਟਾਈਮ ਦੇ ਉੱਤੇ? ਵਾਤਾਵਰਨ ਪ੍ਰਦੂਸ਼ਣ ਹੈਗਾ ਵਾ, ਜੇ ਪਾਣੀ ਦੀ ਗੱਲ ਕਰ ਰਹੇ ਹਾਂ, ਪੀਣ ਵਾਲਾ ਪਾਣੀ ਬੇਸ਼ੱਕ ਅਸੀਂ ਬੋਤਲਾਂ 'ਚ ਪਾ ਕੇ ਤਾਂ ਜ਼ਰੂਰ ਰੱਖੇ ਆ, ਪਰ ਕਿਤੇ ਨਾ ਕਿਤੇ ਸਾਨੂੰ ਵੇਖਣਾ ਪੈਂਦਾ ਕਿ ਬੋਤਲ 'ਚ ਪਾਣੀ ਪੀਣ ਲਾਇਕ ਹੈਗਾ। ਤੁਸੀਂ ਟੂਟੀ ਤੋਂ ਪਾਣੀ ਨਹੀਂ ਪੀ ਸਕਦੇ, ਆਮ ਦੁਕਾਨ ਤੋਂ ਪਾਣੀ ਨਹੀਂ ਪੀ ਸਕਦੇ, ਸ਼ਾਇਦ ਇਹ ਗੱਲਾਂ ਜਿਹੜੀਆਂ ਹੈਗੀਆਂ ਮੈਨੀਫੈਸਟੋ 'ਚ ਨਹੀਂ ਕੀਤੀਆਂ ਜਾਂਦੀਆਂ। ਬਿਲਕੁਲ ਸਰ, ਇਹ ਗੱਲਾਂ ਮੈਨੀਫੈਸਟੋ 'ਚ ਨਹੀਂ ਕੀਤੀਆਂ ਜਾਂਦੀਆਂ, ਇਹ ਸਾਡੀ ਜ਼ਿੰਮੇਵਾਰੀ ਹੈ, ਸਾਰੀ ਆਮ ਲੋਕਾਂ ਦੀ ਵੀ ਬਣਦੀ ਹੈ ਔਰ ਗੌਰਮੈਂਟ ਦੀ ਵੀ ਬਣਦੀ ਆ। ਤਾਂ ਕਿਤੇ ਨਾ ਕਿਤੇ ਜਾ ਕੇ ਬੂਟੇ ਵਰਿਕਸ਼ ਅਸੀਂ ਲਈਏ, ਜਿਹਦਾ ਸਾਡਾ ਆਪਣਾ ਵਾਤਾਵਰਨ ਦੂਸ਼ਿਤ
ਸਰ ਮੈਂ ਤਾਂ ਦੇਖੋ ਜੀ ਵਪਾਰੀ ਆਦਮੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਗੌਰਮੈਂਟ ਜਿਹਦੀ ਮਰਜ਼ੀ ਹੋਵੇ ਸਾਨੂੰ ਸਾਡੀਆਂ ਬੇਸਿਕ ਜਿਹੜੀਆਂ ਸਹੂਲਤਾਂ ਨਾ ਉਹ ਮਿਲਣੀਆਂ ਚਾਹੀਦੀਆਂ ਵਾ ਇੱਕ ਰੁਜ਼ਗਾਰ ਮਿਲਣਾ ਚਾਹੀਦਾ ਵਾ ਮੈਡੀਕਲ 'ਤੇ ਕੰਮ ਹੋਣਾ ਚਾਹੀਦਾ ਮੈਡੀਕਲ ਬਹੁਤ ਮਹਿੰਗੀ ਹੈ ਐਜੂਕੇਸ਼ਨ 'ਤੇ ਕੰਮ ਹੋਣਾ ਚਾਹੀਦਾ ਐਜੂਕੇਸ਼ਨ ਬਹੁਤ ਮਹਿੰਗੀ ਹੈ ਅਗਰ ਸਾਨੂੰ ਸਾਡੀਆਂ ਬੇਸਿਕ ਨੀਡਸ ਮਿਲ ਜਾਵੇ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਪਾਣੀ ਗੰਦਾ ਵੈ ਸੜਕਾਂ ਸੀਵਰੇਜ ਸਪਲਾਈ ਛੋਟੇ ਛੋਟੇ ਮੁੱਦੇ ਨੇ ਅਗਰ ਇਹੀ ਸਾਡੇ ਕੰਮ ਹੋਈ ਜਾਣ ਤਾਂ ਸਾਨੂੰ ਤਾਂ ਦਿੱਕਤ ਹੀ ਕੋਈ ਨਹੀਂ ਹੈਗੀ ਗੌਰਮੈਂਟ ਨੇ ਜਿਹੜਾ ਵਪਾਰੀਆਂ ਦੇ ਉੱਤੇ 18% ਟੈਕਸ ਲਾਇਆ ਜੀ ਐਸ ਟੀ ਦੇ ਤੌਰ 'ਤੇ ਉਹ ਟੈਕਸ ਜਿਹੜਾ ਘਟਣਾ ਚਾਹੀਦਾ ਵੈ ਤਾਂ ਕਿ ਵਪਾਰੀ ਜਿਹੜਾ ਵਾ ਆਰਾਮ ਨਾਲ ਕੰਮ ਕਰ ਸਕੇ ਜੀ ਹਰ ਇੱਕ ਬੰਦਾ ਟੈਕਸ ਦੇਣ ਨੂੰ ਤਿਆਰ ਅਗਰ ਟੈਕਸ ਉਹ ਘੱਟ ਹੋਵੇ ਅਤੇ ਬੇਸਿਕ ਸਾਨੂੰ ਸਾਡੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਟੈਕਸ ਤਾਂ ਚਲੋ ਆਪਾਂ ਵੀਰ ਜੀ ਨੇ ਕਿਹਾ ਆਪਾਂ ਦੇਣ ਨੂੰ ਤਿਆਰ ਹੈਗੇ ਆ ਪਰ ਟੈਕਸ ਦਾ ਪੈਸਾ ਕਿੱਧਰ ਨੂੰ ਜਾਂਦਾ ਵਾ ਉਹ ਆਮ ਜਨਤਾ ਦੇ ਵਿੱਚ ਆਣ ਕੇ ਉਸ ਪੈਸੇ ਨੂੰ ਫਿਰ ਵਰਤਣਾ ਕਿਵੇਂ ਆ ਲਗਭਗ ਸਰਕਾਰਾਂ ਵੱਲੋਂ ਇਹ ਸ਼ੈਅ ਤੈਅ ਨਹੀਂ ਕੀਤਾ ਜਾਂਦਾ ਨਹੀਂ ਸਰ ਜਿਹੜਾ ਟੈਕਸ ਦਾ ਪੈਸਾ ਨਾ ਪ੍ਰੋਪਰ ਜਨਤਾ ਦੇ ਖਰਚ ਹੋਣਾ ਚਾਹੀਦਾ ਨਹੀਂ ਹੋ ਰਿਹਾ ਕਿਉਂਕਿ ਐਕਚੁਅਲੀ ਜਿਹੜਾ ਅਸੀਂ ਟੈਕਸ ਦਿੰਦੇ ਹਾਂ ਸਾਨੂੰ ਉਹ ਜਿੰਨਾ ਕੁ ਅਸੀਂ ਟੈਕਸ ਦਿੰਦੇ ਹਾਂ ਉਹਦੇ ਬਦਲੇ ਸਾਨੂੰ ਜਿਹੜੀਆਂ ਬੇਸਿਕ ਸਹੂਲਤਾਂ ਮਿਲਣੀਆਂ ਚਾਹੀਦੀਆਂ ਨਹੀਂ ਮਿਲ ਰਹੀਆਂ ਵਿਕਾਸ ਬਿਲਕੁਲ ਜੀ ਬੰਦੇ ਨੂੰ ਬੁਨਿਆਦੀ ਸਹੂਲਤਾਂ ਚਾਹੀਦੀਆਂ ਟੈਕਸ ਦੇਣ 'ਚ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਨੂੰ ਪਰ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਸਾਡੀਆਂ ਅਤੇ ਉਹ ਨਹੀਂ ਪੂਰੀਆਂ ਹੋ ਰਹੀਆਂ ਗਵਰਨਮੈਂਟ ਵੱਲੋਂ ਚਲੋ ਇਹ ਤਾਂ ਟਾਈਮ ਦੱਸੇਗਾ ਇਹ 'ਚ ਅਸੀਂ ਕੁਛ ਨਹੀਂ ਕਹਾਂਗੇ ਪਰ ਫਿਰ ਵੀ ਇੱਕ ਚੀਜ਼ ਹੈ ਜਿਹੜਾ ਕ੍ਰਾਈਮ ਹੈ ਜੇ ਉਹ ਜਿਹੜਾ ਮਤਲਬ ਜਿਸ ਤੋਂ ਕਾਂਗਰਸ ਆਈ ਸੀ ਮੇਨ ਮੁੱਦਾ ਜਿਹੜਾ ਨਸ਼ੇ ਦਾ ਸੀਗਾ ਉਹਦੇ ਤੋਂ ਸਾਰੇ ਕ੍ਰਾਈਮ ਸ਼ੁਰੂ ਹੁੰਦੇ ਹੈ ਅਤੇ ਅੱਜ ਤੱਕ ਉਸ ਮੁੱਦੇ 'ਤੇ ਕੁਛ ਵੀ ਨਹੀਂ ਹੋਇਆ ਸਰਕਾਰ ਵੱਲੋਂ ਤੁਸੀਂ ਵੀ ਪਿੰਡਾਂ 'ਚ ਘੁੰਮਦੇ ਜੇ ਅਸੀਂ ਵੀ ਜਾਂਦੇ ਹਾਂ ਪਿੰਡਾਂ 'ਚ ਅਸੀਂ ਦੇਖਦੇ ਹਾਂ ਬੁਰੇ ਹਾਲ ਹੈ ਪਿੰਡਾਂ ਦੇ ਵਿੱਚ ਅੱਜ ਕੋਈ ਸਮਝਦਾਰ ਬੰਦਾ ਆਪਣੇ ਬੱਚਿਆਂ ਨੂੰ ਇਸ ਦੇਸ਼ 'ਚ ਰੱਖ ਕੇ ਰਾਜ਼ੀ ਹੈ ਨਹੀਂ ਬੜਾ ਵੱਡਾ ਸਵਾਲ ਹੈਗਾ ਕਿ ਸਮਝਦਾਰ ਆਦਮੀ ਜਿਹੜਾ ਵਿਦੇਸ਼ਾਂ ਵੱਲ ਆਪਣੇ ਬੱਚਿਆਂ ਨੂੰ ਭੇਜ ਰਿਹਾ ਮਜਬੂਰੀ ਬਿਲਕੁਲ ਮਜਬੂਰੀ ਸਰ ਇਹੀ ਹੈ ਜਿਹੜੀ ਬੇਸਿਕ ਨੀਡ ਸਾਨੂੰ ਮਿਲਦੀ ਨੇ ਸਾਨੂੰ ਸਹੂਲਤਾਂ ਜਦੋਂ ਮਿਲੇ ਅਸੀਂ ਸੋਚਦੇ ਹਾਂ ਅਸੀਂ ਲੋਕ ਸੋਚਦੇ ਹਾਂ ਜੇ ਅਸੀਂ ਗੌਰਮੈਂਟ ਨੂੰ ਟੈਕਸ ਨਹੀਂ ਦੇਣਾ ਕਿ ਫੋਰਨ 'ਚ ਕਿ ਇੱਕ ਰੂਲ ਹੈ ਕਿ 18 ਸਾਲ ਤੱਕ ਖਰਚਾ ਚੱਲਦੇ ਆ ਔਰ 50 ਸਾਲ ਤੋਂ ਬਾਅਦ ਫਿਰ ਸਰਕਾਰ ਖਰਚਾ ਚੱਲਦੀ ਆ ਜਦ ਅਸੀਂ ਗੌਰਮੈਂਟ ਨੂੰ ਕੁਛ ਦੇਣਾ ਹੀ ਨਹੀਂ ਆ ਠੀਕ ਹੈ ਅਤੇ ਉਹ ਗੌਰਮੈਂਟ ਸਾਡੇ ਵਾਸਤੇ ਕੀ ਕਰੇਗੀ ਉਹ ਗੌਰਮੈਂਟ ਨੂੰ ਜਿਹੜੇ ਬੰਦੇ ਟੈਕਸ ਦਿੰਦੇ ਆ ਉਹਨਾਂ ਨੂੰ ਬੇਸਿਕ ਨੀਡਸ ਮਿਲਦੀਆਂ ਨਹੀਂ ਆ ਨਸ਼ਿਆਂ ਦਾ ਕਿਵੇਂ ਲੱਗਦਾ ਤੁਹਾਨੂੰ ਨਸ਼ਿਆਂ 'ਤੇ ਇੱਕ ਸਵਾਲ ਕੀਤਾ ਵੀਰ ਜੀ ਨੇ ਕਿ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਅਤੇ ਫੇਲ ਹੁੰਦੀਆਂ ਨਹੀਂ ਉਹ ਫੇਲ ਹੈ ਜੀ ਸਰ ਬਿਲਕੁਲ ਟੋਟਲੀ ਫੇਲ ਹੈ ਜੀ ਸਾਨੂੰ ਵਾਅਦੇ ਕੀਤੇ ਜਾਂਦੇ ਆ ਜਨਤਾ ਨਾਲ ਵਾਅਦੇ ਵਫਾ ਨਹੀਂ ਹੁੰਦੇ ਜੇ ਨੋਟਬੰਦੀ ਅਤੇ ਜੀ ਐਸ ਟੀ ਦੀ ਗੱਲ ਕੀਤੀ ਸੀ ਕਿਤੇ ਨਾ ਕਿਤੇ ਹਰ ਇੱਕ ਬੰਦੇ ਨੇ ਉਹਨੂੰ ਫੇਲ ਦੱਸਿਆ ਹੈਗਾ ਕਿ ਉਹ ਜਿਹੜਾ ਕਿ ਇੱਕ ਵੱਡਾ ਫੈਸਲਾ ਸੀ ਵਪਾਰੀ ਵਰਗ ਨੂੰ 15 ਲੱਖ ਦੀ ਗੱਲਬਾਤ ਕੀਤੀ ਸੀ ਅਤੇ 15 ਲੱਖ ਅਜੇ ਤੱਕ ਨਹੀਂ ਆਇਆ 72,000 ਦੀ ਆਸ ਰੱਖਦੇ ਹੋਏ ਕਿ ਸ਼ਾਇਦ ਜਿਹੜਾ ਕਿ ਰਾਹੁਲ ਵੱਲੋਂ ਦਿੱਤਾ ਜਾ ਰਿਹਾ ਇਹ ਵੀ ਜੁਮਲਾ ਹੀ ਹੈਗਾ ਵਾ ਜੇ ਪਿਛਲੀ ਸਰਕਾਰ ਜੁਮਲਾ ਕਰਦੀ ਆਈ ਹੈਗੀ ਆ ਅਤੇ ਇਹ ਵੀ ਸ਼ਾਇਦ ਜੁਮਲਾ ਹੀ ਜਿਹੜਾ 72,000 ਦਾ ਵੇਖਦੇ ਹਾਂ ਆਉਣੇ ਸਮੇਂ ਦੇ ਵਿੱਚ ਗਰੀਬ ਨੂੰ ਜਾਂ ਵਪਾਰੀ ਵਰਗ ਨੂੰ ਜਾਂ ਕਿਸਾਨ ਵਰਗ ਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਾਡੇ ਨਾਲ ਕੋਈ ਸੱਜਣ ਮੌਜੂਦ ਹੈ ਇਸ ਟਾਈਮ 'ਤੇ ਕੀ ਸ਼ੁਭਨਾਮ ਜੀ ਪਵਨ ਕੁਮਾਰ ਪਵਨ ਜੀ ਕੀ ਲੱਗਦਾ ਅੰਮ੍ਰਿਤਸਰ ਦੀ ਕਿਹੋ ਜਿਹੀ ਸਥਿਤੀ ਆ ਬਹੁਤ ਵਧੀਆ ਵਾ ਬਾਬਾ ਬੰਦਾ ਲਿਆ ਕੇ ਜਿਤਾਉਣਾ ਬਹੁਤ ਮੁਸ਼ਕਲ ਹੈ ਕਿਹਨੂੰ ਜਿਤਾ ਰਹੇ ਇਸ ਟਾਈਮ ਅੰਮ੍ਰਿਤਸਰ ਕਿਹਨੂੰ ਜਿਤਾ ਰਹੇ ਕਿਸੇ ਵੀ ਪਾਰਟੀ ਦਾ ਨਾਂ ਲੈਣਾ ਗਲਤ ਹੈ ਲੇਕਿਨ ਅਸੀਂ ਤਾਂ ਕਹਿੰਦੇ ਜਿਹੜਾ ਵੀ ਸਾਡਾ MP ਆਵੇ ਉਹ ਇੱਥੋਂ ਅੰਬਰਸਰ ਦਾ ਹੋਵੇ ਨਾ ਕਿ ਬਾਹਵਾਂ ਕੋਈ ਆਵੇ ਜੇ ਕੋਈ ਕੰਮ ਲੈਣਾ ਬਾਹਰ ਥੋੜ੍ਹਾ ਜਾਏਗਾ ਕੰਮ ਲੈਣ ਵਾਸਤੇ ਅੰਬਰਸਰ ਬੰਦਾ ਹੋਣਾ ਚਾਹੀਦਾ ਪੁਲਿਸ ਸਾਹਿਬ ਵੀ ਵਧੀਆ ਔਜਲਾ ਸਾਹਿਬ ਬਹੁਤ ਵਧੀਆ ਵਾ ਉਹਦਾ ਨਾਲ 2.5 ਸਾਲ 'ਚ ਕੰਮ ਕੀਤਾ ਕੋਈ ਦਾਗ ਨਹੀਂ ਹੈ ਬੇਦਾਗ ਹੈ ਲੋਕ ਪਸੰਦ ਕਰਦੇ ਆ ਪੁਲਿਸ ਸਾਹਿਬ ਸੈਂਟਰ 'ਚ ਰਹੇ ਆ ਹੁਣ ਇੱਥੇ ਆਣ ਕੇ ਕੰਮ ਕਰਨਗੇ ਤਾਂ ਲੋਕ ਪਸੰਦ ਕਰਨ ਲੇਕਿਨ ਜੇ ਇੱਥੇ ਆ ਕੇ ਜਿੱਤ ਕੇ ਪਹਿਲਾਂ ਵੇਖਣਾ ਚਾਹੁੰਦੇ ਆ ਕਿ ਪੁਰੀ ਸਾਹਿਬ ਨੂੰ ਫਿਰ ਦੇਣੇ ਆ 5 ਸਾਲ ਪਹਿਲਾਂ ਅਸੀਂ ਤਾਂ ਕੋਈ ਸਾਨੂੰ ਜਾਣਦੇ ਨਹੀਂ ਪਹਿਲੇ 5 ਸਾਲ ਕਿੱਥੇ ਸੀ ਕਿੱਥੋਂ ਨਹੀਂ ਅੰਮ੍ਰਿਤਸਰ ਬੰਦਾ ਹੋਵੇ ਤਾਂ ਜਾਣੀਏ ਸੈਂਟਰ 'ਚ ਆਇਆ ਹੋਇਆ ਸੈਂਟਰ ਕਦੀ ਕਦੀ ਨਾ ਸੁਣਦੇ ਜਦੋਂ ਕਿਤੇ ਅਖਬਾਰ 'ਚ ਆਇਆ ਹੋਊਗਾ ਫੇਸ ਟੂ ਫੇਸ ਤਾਂ ਫੈਲੀ ਹੋਈ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਦੀਆਂ ਕਿਹੋ ਜਿਹੀਆਂ ਮੰਗਾਂ ਹੈਗੀਆਂ ਜਿਹਨੂੰ ਅਜੇ ਤੱਕ ਸਰਕਾਰਾਂ ਪੂਰੀਆਂ ਨਹੀਂ ਕਰ ਸਕੀਆਂ ਇੱਕ ਤਾਂ ਨਸ਼ਾ ਬੰਦ ਕਰਨ ਦੀਆਂ ਇਹ ਗਰੀਬ ਬੰਦੇ ਨੂੰ ਆਟਾ ਦਾਲ ਸਕੀਮ ਦੀਆਂ ਜੁਮਲੇ ਬੰਦ ਕੀਤੇ ਜਾਣ ਮੁਫਤ ਚੀਜ਼ਾਂ ਬੰਦ ਕੀਤੀਆਂ ਜਾਣ ਜਿਹੜਾ ਕਹਿ ਦਿੰਦੇ ਕਿ ਅਸੀਂ ਆਹ ਮੁਫਤ ਦੇ ਦਿਆਂਗੇ ਉਹ ਮੁਫਤ ਦੇ ਦਿਆਂਗੇ ਸਾਨੂੰ ਲੋਕਾਂ ਨੂੰ ਮੁਫਤ ਦੇ ਕੇ ਦੂਜਿਆਂ ਦੇ ਟੈਕਸ ਲਾਣਗੇ ਟੈਕਸ ਅਸੀਂ ਦਿੰਦੇ ਹਾਂ ਮੁਫਤ ਦੂਜੇ ਲੋਕੇ ਖਾ ਜਾਂਦੇ ਆ ਮੁਫਤ ਕਿਉਂ ਦੇਣਾ ਗਰੀਬ ਵਰਗ ਨੂੰ ਦੇਣਾ ਮੁਫਤ ਦੇਣਾ ਸਿਕਸ਼ਾ ਦੇਣ ਕੋਈ ਇਹੋ ਜਿਹੀ ਚੀਜ਼ ਦੇਣ ਜਿਹਦੇ ਨਾਲ ਉਹ ਇਹ ਨਾ ਮਹਿਸੂਸ ਕਰੇ ਕਿ ਭੰਗ ਹੋ ਗਿਆ ਵਾ ਬਿਜਲੀ ਮੁਫਤ ਦੇ ਦਿਓ ਦੂਜੇ ਦੇ ਉੱਤੇ 10 ਵੀ ਯੂਨਿਟ ਲਾ ਦਿਓ ਦੂਜੇ ਨੂੰ ਮਾਫ਼ ਕਰ ਦਿਓ ਕਿਉਂ 1 ਵੀ ਯੂਨਿਟ ਲਵੋ ਜ਼ਰੂਰ ਬਿਲਕੁਲ ਜੀ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਨੂੰ ਐਜੂਕੇਸ਼ਨ ਫ੍ਰੀ ਕਰ ਦੇਣੀ ਚਾਹੀਦੀ ਆ ਅਤੇ ਹੈਲਥ ਫ੍ਰੀ ਕਰ ਦੇਣੀ ਚਾਹੀਦੀ ਆ ਬੇਸ਼ੱਕ ਹਰ ਇੱਕ ਪਾਸਿਓਂ ਉਹ ਭਾਵੇਂ ਗਰੀਬ ਹੈਗਾ ਵਾ ਜਾਂ ਕਿਸਾਨ ਵਰਗ ਹੈਗਾ ਵੀਰ ਜੀ ਕਹਿ ਰਹੇ ਕਿ ਉਹਨਾਂ ਕੋਲ ਬੇਸ਼ੱਕ ਥੋੜ੍ਹੇ ਪੈਸੇ ਲੈ ਜਾਣ ਪਰ ਲਗਭਗ ਪਲੜਾ ਭਾਰੀ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਦਾ ਹੋਰ
ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਉਹਨਾਂ ਨੇ ਬਣਾਈ ਸੀ ਉਹਨਾਂ ਦੇ ਤੁਸੀਂ ਬੈਕਗ੍ਰਾਊਂਡ ਦੇਖੋ, 5 ਦੇ 5 ਹੀ ਸਾਰੇ MLA ਖਿਲਰ ਬਿਲਰ ਗਏ। ਆਮ ਆਦਮੀ ਪਾਰਟੀ ਖਤਮ ਹੋ ਕੇ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ। ਗਾਂਧੀ ਜਿਹੜਾ MP ਜਿੱਤਿਆ ਸੀ ਪਟਿਆਲੇ ਤੋਂ, ਉਹ ਵੀ ਆਮ ਪਾਰਟੀ ਛੱਡ ਕੇ ਉਹਨੇ ਆਪਣੀ ਪਾਰਟੀ ਬਣਾਉਣੀ। ਉਹਨਾਂ ਦਾ ਪੰਜਾਬ 'ਚ ਅਸਤਿਤਵ ਖਤਮ ਹੈ। ਇਸ ਟਾਈਮ 'ਤੇ ਅੰਮ੍ਰਿਤਸਰ ਦੀ ਸਥਿਤੀ ਕਿਵੇਂ ਲੈਂਦੇ ਆ ਤੁਸੀਂ? ਔਜਲਾ ਸਾਹਿਬ ਅੱਗੇ ਆ ਜਾਂ ਹਰਦੀਪ ਸਿੰਘ ਪੁਰੀ? ਦੇਖੋ, ਮੇਰੇ ਕੋਲ ਤੁਸੀਂ ਪਰਸਨਲ ਪੁੱਛੋਗੇ ਤਾਂ ਮੇਰੇ ਹਿਸਾਬ ਨਾਲ ਪਬਲਿਕ ਨੇ ਅੱਗੇ ਵੀ ਪਹਿਲਾਂ ਜੇਤਲੀ ਸਾਹਿਬ ਨੂੰ ਹਰਾ ਕੇ ਇੱਥੇ ਬੜੀ ਵੱਡੀ ਗਲਤੀ ਕੀਤੀ। ਜੇ ਅੱਜ ਜੇਤਲੀ ਸਾਹਿਬ ਇੱਥੇ ਕਿਤੇ ਜਿੱਤੇ ਹੁੰਦੇ, ਅੱਜ ਅੰਮ੍ਰਿਤਸਰ ਦਾ, ਪੰਜਾਬ ਦਾ ਨਕਸ਼ਾ ਚੇਂਜ ਹੋਇਆ ਹੋਣਾ ਸੀ। ਉਹਨਾਂ ਨੂੰ ਅੱਜ ਹੋਣਾ ਕੀ ਚਾਹੀਦਾ, ਜਿਹਦੀ ਗੌਰਮੈਂਟ ਉੱਪਰ ਹੋਵੇ ਉਹਦੀ ਗੌਰਮੈਂਟ ਥੱਲੇ ਬੰਨੀ ਚਾਹੀਦੀ ਹੈ ਤਾਂ ਕਿ ਕੋਈ ਕੰਮ ਹੋਵੇ ਹੁੰਦਾ। ਅਤੇ ਸਾਡੀ ਕਿਸਮਤ ਮਾੜੀ ਹੈ ਕਿ ਉੱਤੇ ਗੌਰਮੈਂਟ ਹੁੰਦੀ ਕਾਂਗਰਸ ਦੀ, ਥੱਲੇ ਬਣ ਜਾਂਦੀ BJP ਦੀ। ਉੱਤੇ ਸਰਕਾਰ ਹੁੰਦੀ BJP ਦੀ, ਥੱਲੇ ਬਣ ਜਾਂਦੀ ਕਾਂਗਰਸ ਦੀ। ਨਾ ਕਾਂਗਰਸ ਹੀ ਜਿੱਤ ਕੇ MP ਕੋਈ ਕੰਮ ਕਰਾ ਸਕਦਾ, ਨਾ ਉਹਨੂੰ ਕੋਈ ਫੰਡਿੰਗ ਹੁੰਦੀ, ਨਾ ਕੁਛ ਹੁੰਦੀ ਹੈ। ਇਹ ਚੀਜ਼ਾਂ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ। ਹੁਣੇ ਇੱਥੇ ਇੱਕ ਸੱਜਣ ਬੋਲ ਰਹੇ ਸੀ ਜੀ ਕਿ ਮੈਂ ਤਾਂ ਜਾਣਦਾ ਹੀ ਨਹੀਂ ਹਰਦੀਪ ਪੁਰੀ ਕੌਣ ਹੈ। ਉਹ ਇਹਨਾਂ ਦੀ ਲੈਕ ਆਫ ਐਜੂਕੇਸ਼ਨ ਹੈ, ਜਿਹਨੂੰ ਇਹ ਨਹੀਂ ਪਤਾ ਕਿ ਹਿੰਦੁਸਤਾਨ ਦਾ ਇੱਕ ਮੰਤਰੀ ਐਡਾ ਵੱਡਾ ਮੰਤਰੀ ਹੈ। ਜੇ ਇਹਨਾਂ ਦੀ ਜਨਰਲ ਨੌਲੇਜ 'ਚ ਇਹ ਨਹੀਂ ਹੈਗਾ ਕਿ ਉਹ ਮੰਤਰੀ ਹੈ, ਫਿਰ ਇਹਨਾਂ ਨੂੰ ਇਸ ਬਾਰੇ ਕੁਛ ਨਹੀਂ ਪਤਾ। ਮੇਰੀ ਸੋਚ ਹੈ ਕਿ ਇੱਕ ਬੰਦੇ ਨੂੰ, ਉਹ ਅੱਜ ਤੁਹਾਡੇ ਹਾਊਸਿੰਗ ਬੋਰਡ ਦੇ ਮਿਨਿਸਟਰ ਨੇ, ਸੈਂਟਰ ਦੇ ਵਿੱਚ ਮਿਨਿਸਟਰ ਨੇ, ਜੇ ਅੱਜ ਉਹ ਹਰਦੀਪ ਪੁਰੀ ਇੱਥੇ ਜਿੱਦਾਂ ਤਾਂ ਉਹ ਹੋ ਸਕਦਾ ਪੰਜਾਬ ਵਾਸਤੇ ਜਿਹੜਾ ਕੁਛ ਨਾ ਕੁਛ ਅੰਮ੍ਰਿਤਸਰ ਵਾਸਤੇ ਖਾਸ ਪੈਕੇਜ ਦੇ ਦੇ ਜਾਂ ਕੁਛ ਦੇ ਦੇ। ਜਿਹੜੇ ਅੱਜ ਪ੍ਰੋਪਰਟੀਆਂ ਦਾ ਰੇਟਾਂ ਦਾ ਬੇੜਾ ਗਰਕ ਹੋਇਆ ਪਿਆ, ਲੋਕ ਫਾਈਨੈਂਸ ਕਰਕੇ ਬੈਠੇ, ਪ੍ਰੋਪਰਟੀ ਕੋਟਿਆਂ ਭਾਅ ਵੀ ਪਈ ਹੈ, ਹੋ ਸਕਦਾ ਮੇਰੀ ਸੋਚ ਹੈ ਕਿ ਉਹਨਾਂ ਦੇ ਜਤਨ ਕਰਕੇ ਪ੍ਰੋਪਰਟੀ ਦੇ ਰੇਟ ਜਾਂ ਹੋਰ ਕੰਮ ਜਿਹੜੇ ਸਾਡੇ ਠੀਕ ਹੋਣ। ਕੇਂਦਰ ਦੇ ਵਿੱਚ ਕਿਸ ਤਰ੍ਹਾਂ ਲੈਂਦੇ ਆ ਤੁਸੀਂ? ਕਿਹੜੀ ਸਰਕਾਰ ਅੱਗੇ ਆ ਸਕਦੀ ਆ, ਭਾਜਪਾ ਜਾਂ ਕਾਂਗਰਸ? BJP ਆਏਗੀ, ਭਾਜਪਾ ਆਏਗੀ, ਮੋਦੀ ਆਏਗਾ। ਪ੍ਰਾਈਮ ਮਿਨਿਸਟਰ ਇਜ਼ ਬਿਕਮ ਏ ਪ੍ਰਾਈਮ ਮਿਨਿਸਟਰ ਵਿਲ ਬਿਕਮ ਮੋਦੀ। ਅਤੇ ਕਿਵੇਂ ਦਾ GST ਦਾ ਬਿਲਕੁਲ ਬਹੁਤ ਵੱਡਾ ਵਿਰੋਧ ਕੀਤਾ ਜਾ ਰਿਹਾ ਅੰਮ੍ਰਿਤਸਰ ਦੇ ਵਪਾਰੀ ਵਰਗ ਵੱਲੋਂ? ਅੱਜ ਸਵੇਰ ਦੀ ਜਿਹੜੀ ਗੱਲਬਾਤ ਆਪਾਂ ਕੀਤੀ ਹੈਗੀ ਆ GST 'ਤੇ, ਜਿਹੜੀ ਨੋਟਬੰਦੀ ਦੀ ਗੱਲਬਾਤ ਕੀਤੀ ਸੀ, ਇਸ ਤਰ੍ਹਾਂ ਜੀ GST ਦੀ ਸੋਚ ਬਹੁਤ ਵਧੀਆ ਸੀ, ਉਹਦੀ ਜਿਹੜੀ ਉਹਨਾਂ ਨੂੰ ਲਾਗੂ ਕੀਤਾ ਗਿਆ ਉਹ ਠੀਕ ਤਰੀਕੇ ਨਾਲ ਨਹੀਂ ਕੀਤਾ ਗਿਆ। ਜੇ ਅੱਜ ਕਿਸੇ ਕਿਸਮ ਦਾ GST, ਦੇਖੋ ਤੁਸੀਂ ਫੋਰਨ 'ਚ ਜਾਓ, ਕੋਈ ਐਸੀ ਕੰਟਰੀ ਨਹੀਂ ਹੈਗੀ ਜਿਹਦੇ 'ਤੇ GST ਨਹੀਂ ਹੈਗਾ। GST ਦਾ ਮਤਲਬ ਹੁੰਦਾ ਕਿ 1 point tax। ਇਹਦਾ ਇਹਨਾਂ ਨੇ ਜਿਹੜਾ ਥੱਲੇ ਲਾਗੂ ਕੀਤਾ ਉਹਦੇ 'ਚ ਸਿਸਟਮ 'ਚ ਕੋਈ ਲੈਕ ਆਫ ਹੈਗਾ ਕਿ ਜੀ ਉੱਥੇ ਵੀ ਟੈਕਸ ਦਿਓ ਇੱਥੇ ਵੀ ਦਿਓ? 1 time GST ਹੋਣਾ ਚਾਹੀਦਾ। ਇੱਕ ਜਿਹੜਾ 28% ਲਾਇਆ ਉਹਦੀ ਰੇਸ਼ੋ ਜ਼ਿਆਦਾ। GST ਬਿਲਕੁਲ ਬੰਦ ਨਹੀਂ ਹੋਣਾ ਚਾਹੀਦਾ, GST ਜ਼ਰੂਰ ਹੋਣੀ ਚਾਹੀਦੀ ਹੈ, ਪਰ ਉਹਦੀ ਜਿਹੜੀ ਹੈ ਐਵਰੇਜ ਜਿਹੜੀ 28% ਜਿਹੜੀ ਮੈਕਸੀਮਮ ਹੈ ਉਹ ਘਟਾ ਕੇ 14% ਹੋਣੀ ਚਾਹੀਦੀ ਹੈ। GST ਹੋਏਗਾ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣਗੀਆਂ। ਜੇ GST ਨਹੀਂ ਹੋਏਗਾ ਤਾਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਜਿਹੜੀਆਂ ਮਿਲਣਗੀਆਂ ਉਹ ਤੁਹਾਡੇ ਤੋਂ ਹੀ ਫਿਰ ਲੈ ਕੇ ਦਿੱਤੀਆਂ ਜਾਣਗੀਆਂ। GST 'ਤੇ ਹਰ ਕੋਈ ਦੇਣ ਨੂੰ ਤਿਆਰ ਹੈਗਾ, ਪਰ ਉਹ ਵਾਪਸ ਜਦੋਂ ਆਉਂਦੀ ਆ ਉਹ ਸ਼ਾਇਦ ਆਮ ਲੋਕਾਂ ਤੱਕ ਨਹੀਂ ਪਹੁੰਚਦੀ। ਹੈਲਥ ਅਤੇ ਐਜੂਕੇਸ਼ਨ ਦਾ ਲਗਭਗ ਮੈਂ ਕਹੂੰਗਾ ਪੰਜਾਬ ਦੇ ਵਿੱਚ ਤਾਂ ਬੇੜਾ ਗਰਕ ਹੋ ਚੁੱਕਾ। ਸਰਕਾਰੀ ਹਸਪਤਾਲ ਬੰਦ ਹੋਣ ਕਿਨਾਰੇ ਆ, ਸਰਕਾਰੀ ਸਕੂਲ ਬੰਦ ਹੋਣ ਕਿਨਾਰੇ ਆ, ਜਿਹੜੇ ਕਿ ਸਰਕਾਰੀ ਟੀਚਰ ਆ ਉਹ ਠੇਕਿਆਂ 'ਤੇ ਰੱਖ ਕੇ ਉਹਨਾਂ ਨੂੰ ਥੋੜ੍ਹੀ ਥੋੜ੍ਹੀ ਤਨਖਾਹ ਦਿੱਤੀ ਜਾਂਦੀ ਆ, ਫਿਰ ਸਰਕਾਰਾਂ ਇਸ ਬਾਰੇ ਕਿਉਂ ਨਹੀਂ ਸੋਚਦੀਆਂ? ਦੂਜੇ ਪਾਸੇ ਪ੍ਰਾਈਵੇਟ ਸਕੂਲ ਦਾ ਇਸ ਟਾਈਮ ਗਲਬਾ ਹੋ ਚੁੱਕਾ ਵਾ, ਪ੍ਰਾਈਵੇਟ ਹਸਪਤਾਲ ਦਾ ਇਸ ਟਾਈਮ ਗਲਬਾ ਹੋ ਚੁੱਕਾ। ਮੈਂ ਤੁਹਾਨੂੰ ਪਹਿਲਾਂ ਵੀ ਇਹੋ ਹੀ ਸਵਾਲ ਦਾ ਜਵਾਬ ਦਿੱਤਾ ਸੀਗਾ ਕਿ ਸਾਡੇ ਲੋਕਾਂ ਦੀਆਂ ਹੀ ਪ੍ਰੋਬਲਮਸ ਨੇ ਕਿ ਥੱਲੇ ਸਰਕਾਰ ਹੋਰ ਉੱਤੇ ਸਰਕਾਰ ਹੋਰ। ਇਹ ਸਿਰਫ ਪੰਜਾਬ ਦੇ ਵਿੱਚ ਕਿਉਂ ਬੇੜਾ ਗਰਕ ਹੋਇਆ, ਬਾਕੀ ਸਟੇਟਾਂ 'ਚ ਕਿਉਂ ਨਹੀਂ ਹੋਇਆ? ਬਾਕੀ ਸਟੇਟਾਂ ਦੇ ਵਿੱਚ ਐਡਾ ਹੰਗਾਮਾ ਕਿਉਂ ਨਹੀਂ ਗਾ? ਇੱਥੇ ਕਿਉਂ ਇੰਨਾ ਹੰਗਾਮਾ? ਕਿਉਂ? ਜੇ ਇਹ ਸਰਕਾਰ ਬਣਿਆ ਜਿੰਨੇ ਸਾਲ ਹੋ ਗਏ ਤਾਂ ਇਹਨਾਂ ਨੇ ਕੀ ਕਰ ਲਿਆ? ਜੇ ਪਹਿਲਾਂ ਅਕਾਲੀਆਂ ਨੇ ਨਹੀਂ ਕੁਛ ਕੀਤਾ ਤਾਂ ਇਹਨਾਂ ਨੇ ਵੀ ਕਿਹੜਾ ਕੁਛ 2 ਸਾਲ 'ਚ ਕਰ ਲਿਆ? ਆਮ ਪਬਲਿਕ ਤਾਂ ਫਿਰ ਵੀ ਤੰਗ ਹੀ ਹੈ। ਐਜੂਕੇਸ਼ਨ ਫਰੀ ਹੋਣੀ ਚਾਹੀਦੀ ਹੈ। ਫੋਰਨ ਬਾਹਰਲੇ ਮੁਲਕਾਂ 'ਚ ਐਜੂਕੇਸ਼ਨ ਫਰੀ ਹੈ ਕਿਉਂਕਿ ਉਹ GST ਦੇ ਵਿੱਚੋਂ ਹੀ ਪੈਸੇ ਕੱਢਦੇ। ਇੱਥੇ GST ਜੇ ਇਹਨਾਂ ਨੂੰ ਨਹੀਂ ਰਿਫੰਡ ਹੁੰਦਾ ਪਿਆ ਤਾਂ ਉਹਦੇ ਉੱਤੇ ਇਹਨਾਂ ਨੂੰ ਐਜੀਟੇਸ਼ਨ ਕਰਨੀ ਚਾਹੀਦੀ ਹੈ। ਉਹਦੇ ਬਾਰੇ ਮੰਤਰੀ ਕਿਉਂ ਨਹੀਂ ਇਕੱਠੇ ਹੋ ਕੇ ਧਰਨਾ ਦਿੰਦੇ ਕਿ ਜੀ GST ਰਿਫੰਡ ਦਿਓ ਤਾਂ ਕਿ ਪਬਲਿਕ ਠੀਕ ਹੋਵੇ? ਮੈਂ ਤਾਂ ਨਹੀਂ ਕੋਈ ਸੜਕਾਂ 'ਤੇ ਧਰਨਾ ਦੇਖਿਆ ਕਿ ਜੀ GST ਰਿਫੰਡ ਨਹੀਂ ਹੋ ਰਿਹਾ। ਵਿਰੋਧ ਵਾਸਤੇ ਅਸੀਂ ਸੜਕਾਂ 'ਤੇ ਵੀ ਆ ਜਾਂਦੇ ਹਾਂ, ਜੇ ਅਕਾਲੀ ਭਾਜਪਾ ਦਾ ਵਿਰੋਧ ਕਰਨਾ ਹੈਗਾ ਤਾਂ ਕਾਂਗਰਸ ਸੜਕਾਂ 'ਤੇ ਹੁੰਦੀ ਹੈ, ਕਾਂਗਰਸ ਦਾ ਵਿਰੋਧ ਕਰਨਾ ਤਾਂ ਅਕਾਲੀ ਭਾਜਪਾ ਸੜਕਾਂ 'ਤੇ ਹੁੰਦਾ, ਪਰ ਲੋਕ ਮੰਗਾਂ ਵਾਸਤੇ ਨਹੀਂ। ਸ਼ਾਇਦ ਆਪ ਨੂੰ ਜਦੋਂ ਟੀਕਾ ਲੱਗਦਾ ਉਹ ਸੜਕਾਂ 'ਤੇ ਪਹੁੰਚ। ਬਿਲਕੁਲ ਠੀਕ ਸਵਾਲ ਹੈ। ਆਮ ਪਬਲਿਕ ਜਿਹੜੀ ਪਬਲਿਕ ਤੰਗ ਹੈ, ਤੁਸੀਂ ਕਦੀ ਵੇਖਿਆ ਕਿ ਉਹਨੇ ਕਿਹਾ ਹੋਇਆ ਕਿ ਜੀ ਇਸ ਬੰਦੇ ਦੀ ਫੀਸ ਮਾਫ਼ ਕਰ ਦਿਓ ਅਤੇ ਧਰਨਾ ਦੇ ਦਈਏ? ਉਹਨਾਂ ਨੂੰ ਤਾਂ ਆਪਣੀ ਹੀ ਹੁੰਦੀ ਹੈ ਕਿ ਮੇਰੇ ਏਰੀਏ 'ਚ ਇਹ ਕਰ ਦਿਓ, ਮੇਰੇ ਏਰੀਏ 'ਚ ਕਰ ਦਿਓ। ਜਿਹੜਾ ਜਿੱਤ ਕੇ ਇੱਥੋਂ ਬਹਿ ਜਾਂਦਾ ਉਹ 5 ਸਾਲ ਕੁਛ ਨਹੀਂ ਕਰਦਾ। ਤੁਸੀਂ ਦੇਖੋ ਕੀ ਹੋਇਆ, ਸੜਕਾਂ ਦਾ ਬੁਰਾ ਹਾਲ ਹੈ। ਜੇ ਪਿੱਛੇ ਕੋਈ ਪਹਿਲੀ ਗੌਰਮੈਂਟ ਸੜਕਾਂ ਠੀਕ ਕਰਾ ਕੇ ਜਾਂਦੀ, ਦੂਜੀ ਆ ਕੇ ਪਟਵਾ ਦਿੰਦੀ ਹੈ। ਤੁਸੀਂ ਅੱਜ ਮੈਨੂੰ ਦੱਸੋ ਕਿ ਇਹ ਕਿੱਥੋਂ ਦਾ ਹੈਗਾ? ਇੱਕ ਪਹਿਲਾਂ ਸਮਾਰਟ ਸਿਟੀ ਅਨਾਊਂਸ ਕੀਤੀ ਹੋਈ ਹੈ ਅੰਮ੍ਰਿਤਸਰ ਨੂੰ, ਸਮਾਰਟ ਸਿਟੀ ਹੈ। ਸਮਾਰਟ ਸਿਟੀ
ਇੱਥੇ ਮੀਲੋ ਮੀਲ ਸੜਕ ਪੁੱਟ ਕੇ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਪਤਾ ਨਹੀਂ ਕਦੋਂ ਚਾਲੂ ਹੋਣੀ ਹੈ। ਪਹਿਲੀ ਸਰਕਾਰ ਚਲੇ ਜਾਣੀ ਹੈ, ਦੂਜੀ ਆਉਣੀ ਹੈ, ਉਹਨੇ ਫਿਰ ਪ੍ਰੋਜੈਕਟ ਬੰਦ ਕਰ ਦੇਣਾ। ਸਵੇਰ ਦਾ ਸਮਾਂ ਹੈਗਾ ਵਾ ਅਤੇ ਅੰਮ੍ਰਿਤਸਰ ਦੇ ਵਿੱਚ ਇਸ ਟਾਈਮ ਦੇ ਉੱਤੇ ਗਿਆਨੀ ਟੀ ਸਟਾਲ ਵਾਲੇ ਕੋਲ ਇਸ ਟਾਈਮ ਦੇ ਉੱਤੇ ਚਾਹ ਪੀਣ ਵਾਲਿਆਂ ਦਾ ਤਾਂਤਾ ਲੱਗਾ ਹੈਗਾ ਵਾ। ਚਾਹ ਦੀਆਂ ਚੁਸਕੀਆਂ ਦੇ ਨਾਲ ਪਤਾ ਕਰਦੇ ਹੈਗੇ ਕਿ ਸਰਕਾਰ ਦੇ ਵਿੱਚ ਕਿਹੜੀ ਸਰਕਾਰ ਅੱਗੇ ਆ ਸਕਦੀ ਆ, ਅੰਮ੍ਰਿਤਸਰ 'ਚ ਕਿਹਦੀ ਜਿੱਤ ਯਕੀਨੀ ਆ। ਸਾਡੇ ਨਾਲ ਕੁਛ ਵੀਰ ਆਈਟਮ ਮੌਜੂਦ ਹੈਗੇ ਕੀ, ਸ਼ੁਭਨਾਮ ਜੀ? ਮੇਰਾ ਨਾਮ ਸੁਰਜੀਤ ਸਿੰਘ ਹੈ, ਪੱਪਾ ਪ੍ਰਧਾਨ ਕਹਿੰਦੇ ਮੈਨੂੰ ਜੀ। ਪ੍ਰਧਾਨ ਸਾਹਿਬ, ਕੀ ਲੱਗਦਾ ਹੁਣ ਵਾਲੇ ਸਮੇਂ ਦੀ ਕਿਹੜੀ ਸਰਕਾਰ ਉੱਪਰ ਕੇਂਦਰ ਦੇ ਵਿੱਚ ਆਊਗੀ ਅਤੇ ਅੰਮ੍ਰਿਤਸਰ ਤੋਂ ਕਿਹਦੀ ਦਾਅਵੇਦਾਰੀ ਹੈਗੀ ਹੈ? ਦੇਖੋ ਜੀ, ਦਾਅਵੇਦਾਰੀ ਅੰਮ੍ਰਿਤਸਰ ਤੋਂ ਤਾਂ ਖੈਰ ਜਦੀ ਵੀ ਹੋਵੇ, ਪਰ ਚਾਹੀਦਾ ਤਾਂ ਸਭ ਤੋਂ ਪਹਿਲਾਂ ਪਾਰਟੀ ਹਾਈਕਮਾਂਡ ਨੂੰ ਵੀ ਹੈ, ਜਿਹੜੀ ਮਰਜ਼ੀ ਪਾਰਟੀ ਹੋਵੇ, ਕਿ ਇੱਕ ਲੋਕਲ ਬੰਦਾ ਦਿੱਤਾ ਜਾਏ ਕਿਸੇ ਨੂੰ ਵੀ। ਕਿਉਂ ਸਹਿਮਤ ਨਹੀਂ ਤੁਸੀਂ? ਨਹੀਂ, ਪੂਰੀ ਸਰ ਤੋਂ ਦੇਖੋ ਜੀ, ਦਿੱਲੀ ਕੌਣ ਜਾਣਾ ਆਉਣਾ? ਵੈਸੇ ਵੀ ਮੈਂਬਰ ਪਾਰਲੀਮੈਂਟ ਦਾ ਕੰਮ ਜ਼ਿਆਦਾ ਦਿੱਲੀ ਹੁੰਦਾ ਹੈ, ਅੰਮ੍ਰਿਤਸਰ ਦਾ ਵੀ ਮੈਂਬਰ ਪਾਰਲੀਮੈਂਟ ਹੋਵੇ ਤਾਂ ਉਹਦਾ ਕਾਫੀ ਟਾਈਮ, ਸ਼ੁੱਕਰ ਸ਼ਨੀ ਐਤਵਾਰ 3 ਦਿਨ ਹੁੰਦੇ ਆ ਜਿਹੜੇ ਅੰਮ੍ਰਿਤਸਰ ਹੋਣ, ਬਾਕੀ ਦਿੱਲੀ ਹੁੰਦੇ ਆ। ਜਿਹੜਾ ਬੰਦਾ ਹੈ ਹੀ ਦਿੱਲੀ ਦਾ, ਉਹਨੂੰ ਆਪਣੇ ਘਰ ਦੇ ਰਜੇਵੇਂ, ਜੇ ਉਹ ਇੱਕ ਬੰਦਾ ਲੋਕਲ ਹੋਏਗਾ, ਜੇ ਉਹਦੇ ਘਰ ਦੇ ਰਜੇਵੇਂ ਹੈ, ਅਤੇ ਸ਼ੁੱਕਰ ਸ਼ਨੀ ਐਤਵਾਰ ਘੱਟੋ ਘੱਟ ਰਜੇਵੇਂ ਦੇ ਨਾਲ ਨਾਲ ਪਬਲਿਕ ਨੂੰ ਵੀ ਮਿਲ ਸਕਦਾ, ਸਭ ਕੁਛ ਹੋ ਸਕਦਾ। ਜੇ ਪੂਰੀ ਸਾਹਿਬ ਦਿੱਲੀ ਦੇ ਹੈ, ਦਿੱਲੀ ਜਾ ਕੇ ਬਹਿ ਜਾਣਗੇ, ਘਰ ਦੇ ਰਜੇਵੇਂ ਪੂਰੇ ਕਰਨਗੇ ਕਿ ਅੰਮ੍ਰਿਤਸਰ ਆਉਣਗੇ? ਅੰਮ੍ਰਿਤਸਰ ਕੋਈ ਨਹੀਂ ਜੇ ਵੜਦਾ ਦੁਬਾਰਾ, ਅੰਮ੍ਰਿਤਸਰ 'ਚ ਘਰ ਬਣਾ ਕੇ ਘਰ ਦਾ ਪੱਕੀ ਤੌਰ 'ਤੇ ਸਥਾਈ ਕਰਨਾ ਪੈਂਦਾ ਜੇ, ਫਿਰ ਅੰਮ੍ਰਿਤਸਰ ਦਾ ਮੈਂਬਰ ਪਾਰਲੀਮੈਂਟ ਬਣਦਾ ਜੇ, ਵਰਨਾ ਇਹ ਪ੍ਰਵਾਸੀ ਪੰਛੀ ਹੈਗੇ। ਕੈਪਟਨ ਸਾਹਿਬ ਨੇ ਵੀ ਇੱਥੋਂ ਚੋਣ ਜਿੱਤੀ ਸੀ, ਉਹ ਤੋਂ ਬਾਅਦ ਚੌਜਲਾ ਸਾਹਿਬ ਆਏ ਇੱਥੋਂ, ਕੀ ਲੱਗਦਾ ਤੁਹਾਨੂੰ ਕੁਛ ਬਦਲਾਅ ਲੱਗਾ ਕੈਪਟਨ ਸਾਹਿਬ ਤੋਂ ਬਾਅਦ? ਨਹੀਂ, ਕੈਪਟਨ ਸਾਹਿਬ ਇੱਕ ਤਾਂ ਹੈਗਾ ਪੰਜਾਬ, ਜੇ ਪੰਜਾਬ ਦਾ ਬੰਦਾ ਉਹ ਪੰਜਾਬ ਦੇ ਵਿੱਚ ਘੁੰਮ ਫਿਰ ਸਕਦਾ। ਬਦਲਾਅ ਔਜਲਾ ਸਾਹਿਬ ਆਏ, ਕੈਪਟਨ ਸਾਹਿਬ ਆਏ, ਕੈਪਟਨ ਔਜਲਾ ਇੱਕੋ ਹੀ ਚੀਜ਼ ਹੈ, ਔਜਲਾ ਕੈਪਟਨ ਇੱਕੋ ਹੀ ਚੀਜ਼ ਹੈ। ਜੇ ਕੈਪਟਨ ਸਾਹਿਬ ਗਏ, ਔਜਲਾ ਸਾਹਿਬ ਨੂੰ ਟਿਕਟ ਮਿਲੀ, ਔਜਲਾ ਸਾਹਿਬ ਦਾ ਇਹ ਤਾਂ ਹੈਗਾ ਜੋ ਕੁਛ ਕੀਤਾ ਪਬਲਿਕ ਦੇ ਸਾਹਮਣੇ ਆ, ਪਬਲਿਕ ਦੇ ਵਿਚ ਰਹੇ ਆ। ਮੈਂ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗੱਲ ਕਰਦਾ, ਜਿਸ ਤਰ੍ਹਾਂ ਕੋਈ ਵੀ ਲੈ ਲਓ, ਕਿਸੇ ਦੇ ਸੁੱਖ 'ਚ, ਕਿਸੇ ਦੇ ਦੁੱਖ 'ਚ, ਖਾਸ ਕਰਕੇ ਹਰ ਅਖਬਾਰ ਦਾ ਇੱਕ ਕੇਸਰੀ ਆਉਂਦਾ ਜਾਂ ਅੰਮ੍ਰਿਤਸਰ ਦਾ ਪੇਜ ਆਉਂਦਾ, ਉਹ 'ਚ ਜਦੋਂ ਵੇਖ ਲਓ ਔਜਲਾ ਸਾਹਿਬ ਛਾਏ ਹੁੰਦੇ ਆ। ਉਹਦਾ ਕਾਰਨ ਆ, ਜੇ ਕੋਈ ਆਪਣਾ ਹਜ਼ੂਰ ਸਾਹਿਬ ਦੀ ਫਲਾਈਟ ਚੱਲੀ ਹੈ, ਮੈਂ ਉਦਣ ਬੜਾ ਵਧੀਆ ਸੁਣਿਆ ਉਹਨਾਂ ਕੋਲ ਕਿ ਕਿੰਨਾ ਯਤਨ ਕਰਨੇ ਪੈਂਦੇ ਆ ਉਹਨਾਂ ਦੇ ਇੱਕ ਘਰੇਲੂ ਘਰ ਦੇ ਵਿੱਚ, ਭੂਆ ਜੀ ਦੇ ਲੜਕੇ ਦੀ, ਔਜਲਾ ਸਾਹਿਬ ਕਹਿੰਦੇ ਸੀ ਪਿਓ ਦੇ ਨਾਲ, ਭਰਾ ਵੀ ਕਹਿੰਦਾ ਪਿਆ ਸੀ ਕਿ ਉਹਨਾਂ ਦੀ ਡੈਥ ਹੋ ਗਈ, ਉਹ ਡੈਥ 'ਤੇ ਨਹੀਂ ਜਾ ਸਕੇ, ਸੰਸਕਾਰ 'ਤੇ ਨਹੀਂ ਜਾ ਸਕਿਆ, ਕਿਉਂਕਿ ਉਸ ਦਿਨ ਲਾਸਟ ਮੀਟਿੰਗ ਸੀ ਉਸ ਫਲਾਈਟ ਦੀ ਦਿੱਲੀ। ਉਹਨਾਂ ਨੇ ਦਿੱਲੀ ਜਾਣਾ ਪਹਿਲਾਂ ਮਨਜ਼ੂਰ ਸਮਝਿਆ, ਕਿਉਂਕਿ ਬੜੀ ਮਿਹਨਤ ਕੀਤੀ ਸੀ ਆਪਣੇ ਭੂਆ ਜੀ ਦੇ ਲੜਕੇ ਦੀ, ਡੈਥ 'ਤੇ ਨਹੀਂ ਜਾ ਸਕੇ। ਇਹੋ ਜਿਹਾ ਮੈਂਬਰ ਪਾਰਲੀਮੈਂਟ ਚਾਹੀਦਾ ਜਿਹੜਾ ਕਿ ਪਬਲਿਕ ਨੂੰ ਪਹਿਲਾਂ ਵੇਖੇ, ਘਰ ਬਾਅਦ 'ਚੋਂ ਵੇਖੇ, ਉਹਦੇ ਵਾਸਤੇ ਔਜਲਾ ਸਾਹਿਬ। 5 ਸਾਲ ਦੀ ਸਰਕਾਰ ਆਈ ਸੀ ਮੋਦੀ ਸਾਹਿਬ ਦੀ, ਕੀ ਲੱਗਦਾ ਤੁਹਾਨੂੰ 5 ਸਾਲ ਦੇ ਵਿੱਚ ਵਧੀਆ ਰਿਹਾ, ਅਗਲਾ ਕਾਰਜਕਾਲ ਉਹਨਾਂ ਨੂੰ ਦੇਣਾ ਚਾਹੋਗੇ ਤੁਸੀਂ? ਦੇਖੋ ਜੀ, ਜਿਹੜੀ ਸਰਕਾਰ ਮੋਦੀ ਸਾਹਿਬ ਦੀ ਆਈ ਸੀ, ਬੜੇ ਸੁਪਨਿਆਂ ਦੇ ਨਾਲ ਆਈ ਸੀ, ਐਵੇਂ ਝੂਠ ਗਈਏ, ਲੱਗਦਾ ਸੀ ਕਿ ਬੜਾ ਕੁਝ ਬਣੇਗਾ, ਦੇਸ਼ ਦਾ ਬਣੇਗਾ, ਸ਼ਹਿਰ ਦਾ ਬਣੇਗਾ, ਦੇਸ਼ ਦੇ ਵਿਕਾਸ ਦੀ ਤਾਂ ਚਲੋ ਠੀਕ ਹੈ, ਜੇ ਸਾਡੇ ਵਰਗੇ ਕੋਲ ਜੇ ਅੱਜ ਦੀ ਤਰੀਕ 'ਚ ਕੋਈ ਗੱਲਬਾਤ ਹੈ, ਜੇ ਕਿਸੇ ਬੰਦੇ ਕੋਲ ਵੀ ਖਾਣ ਨੂੰ ਰੋਟੀ ਨਹੀਂ ਗਈ, ਉਹ ਦੇਸ਼ ਨੂੰ ਕੀ ਕਰੇਗਾ? ਰਹਿਣੇ ਕੋ ਘਰ ਨਹੀਂ ਹੈ, ਔਰ ਹਿੰਦੁਸਤਾਨ ਹਮਾਰਾ, ਸੜਕਾਂ 'ਤੇ ਰੁਲਦੇ ਫਿਰਦੇ ਪਏ ਆ, ਭੁੱਖੇ ਲੋਕ ਸੌਂਦੇ ਪਏ ਆ। ਜੇ ਅੰਮ੍ਰਿਤਸਰ 'ਚ, ਪੰਜਾਬ 'ਚ, ਗੁਰੂ ਦੀ ਨਗਰੀ 'ਚ ਗੁਰੂ ਦੇ ਲੰਗਰ ਨਾ ਚੱਲਣ, ਇੱਥੇ ਵੀ ਖਬਰਾਂ 'ਚ ਆਵੇ, ਭੁੱਖ ਨਾਲ 5 ਬੰਦੇ ਮਰ ਗਏ, 10 ਮਰ ਗਏ, 20 ਮਰ ਗਏ, 1.5 ਲੱਖ ਬੰਦਾ ਲੋਏ ਰੋਟੀ ਖਾ ਰਿਹਾ, ਔਰ ਜਿਹੜਾ ਖਾ ਰਿਹਾ ਉਹਦੇ ਉੱਤੇ ਵੀ ਉਹਨਾਂ ਨੇ GST ਲਾ ਦਿੱਤਾ। ਬੜੀ ਬੇਸ਼ਰਮੀ ਵਾਲੀ ਗੱਲ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਕਿ ਇੱਕ ਬੰਦਾ ਮਾਲ ਵੇਚਦਾ ਉਹ 'ਤੇ GST ਲੱਗ ਗਿਆ, ਜਿਹੜਾ ਮਾਲ ਪੈਸੇ ਦੇ ਕੇ ਖਰੀਦ ਕੇ ਫ੍ਰੀ ਵੰਡਦਾ ਹੈ, ਫ੍ਰੀ ਰੋਟੀ ਆ ਲੰਗਰ ਗੁਰੂ ਦਾ, ਉਹਦੇ ਉੱਤੇ ਵੀ GST ਲਾ ਦਿੱਤੀ। ਮੋਦੀ ਸਰਕਾਰ ਕੋਈ ਆਸਾਂ ਨਹੀਂ ਸੀ, ਜਾਂ ਖੈਰ ਮੋਦੀ ਤਾਂ ਮੋਦੀ ਇਕੱਲਾ ਨਹੀਂ ਗਾ, ਉਹਦੀ ਜਿਹੜੀ ਮੰਡਲੀ ਹੈ ਨਾ, ਸਾਰੀ ਭ੍ਰਿਸ਼ਟ ਹੈ, ਨਕੰਮੀ ਹੈ, ਪਬਲਿਕ ਨੂੰ ਨਹੀਂ ਦਿਸਦੀ। GST ਕਿੱਥੇ ਕਿੱਥੇ ਨਹੀਂ ਮਾਰਿਆ। ਮੈਂ ਕਹਿੰਦਾ ਤੁਸੀਂ ਵੱਡਿਆਂ ਨੂੰ ਛੱਡੋ, ਵੱਡੇ ਤਾਂ ਪਹਿਲਾਂ ਇੱਕ ਨੰਬਰ ਦਾ ਕੰਮ ਕਰਦੇ ਸੀ, ਮੇਰੇ ਕੋਲ ਇੱਕ ਦੁਕਾਨ ਹੈ, ਉਹਦੇ ਕੋਲ ਪਹਿਲਾਂ ਹੀ 3 ਸਵਾਈ ਮਸ਼ੀਨਾਂ ਸੀ, 1 ਨੰਬਰ ਦਾ ਕੰਮ ਸੀ ਉਹਨੂੰ ਉਸ ਦੌਰਾਨ, ਨੋਟਬੰਦੀ ਦੇ ਦੌਰਾਨ, ਜਾਂ GST ਦਾ ਫਰਕ ਹੀ ਨਹੀਂ ਪਿਆ, ਕਿਉਂਕਿ ਉਹਦੇ ਕੋਲ ਪਹਿਲਾਂ ਹੀ ਕੰਮ ਚੱਲਦਾ ਪਿਆ ਸੀ। ਮਰੇ ਤਾਂ ਛੋਟਾ ਗਰੀਬ ਜਿਹਦੇ ਕੋਲ ਕਿੱਥੇ ਵੀ ਸਵਾਈ ਮਸ਼ੀਨ, ਜਿਹੜੇ 10,000 ਦਾ ਅੰਦਰ ਮਾਲ ਪਾਇਆ, 3,000 ਦਾ ਵਟਿਆ, ਉਹ ਕਿਹੜਾ ਟੈਕਸ ਭਰੇਗਾ? ਟੈਕਸਾਂ ਭਰਨ ਦੇ ਵਿੱਚ ਹੀ ਲੱਗਾ ਰਹੇਗਾ। ਇੱਕੋ ਹੀ ਕੰਮ ਰਹਿ ਗਿਆ, ਸਰਕਾਰ ਨੂੰ ਰੁਪਈਆ ਦੇਈ ਜਾਓ, ਫ੍ਰੀ ਦੀ ਭਾਈਵਾਲ ਬਣ ਗਈ ਸਰਕਾਰ, 28% ਟੈਕਸ ਇੱਕ ਨੇ ਲਿਆ, ਕੁੱਲ 53-54% ਐਸੇ ਟੈਕਸ ਬਣਦੇ ਆ, ਸਰਕਾਰ ਅੱਧੋ ਅੱਧੀ ਭਾਈਵਾਲ ਬਣ ਗਈ ਬਗੈਰ ਪੈਸੇ ਲਾਏ, ਅਤੇ ਲੋਕ ਖੁਦਕੁਸ਼ੀਆਂ ਕਰਦੇ ਪਏ ਆ, ਵਿਆਜੀ ਰੁਪਈਏ ਲੈਣ ਡੇ ਆ, ਕਿਸਾਨ ਦੇਖੋ ਰੋਜ਼ ਦੇ ਰੋਜ਼ ਮਰਦੇ, ਮੁੰਡੇ ਖੁੰਡੇ ਵੀ ਮਰਦੇ ਪਏ ਆ, ਜਿਹਨੂੰ ਪਤਾ ਲੱਗ ਗਿਆ ਕਿ ਬੈਂਕ ਵਾਲੇ ਦਾ ਮੇਰੇ 'ਤੇ 10 ਲੱਖ ਰੁਪਇਆ ਚੜ੍ਹ ਗਿਆ, ਮੈਂ ਨਹੀਂ ਦੇ ਸਕਦਾ, ਮਰੇਗਾ, ਇਹ ਲੋਕ ਰੋਜ਼ ਕਰਦੇ ਪਏ ਆ। ਪੂਰੀ ਸਾਹਿਬ, IAS ਅਫਸਰ,
सब तो वड्डा काम है IAS अफसर एक अनपढ़ मिनिस्टर दियां जुतियां पाता पे कोई लोड़ नहीं पढ़न पढ़ा दी लीडर दे मगर लग जाओ उन्होंने बस करी जो इतने अमृतसर के कई बंदे है पातशाह कर करके जो केंद्र की राजनीति के छाए है दो दो हज़ार गई दियाँ कोठियाँ बंदियाँ पीया लोगों के रुपये देने होंगे की शुभ नाम जी अपना अपना सुरेंद्र कुमार जी सुरेंद्र कुमार जी वीर जी ने जो गल्ला कीतियां की लगता तो आम वर्ग जिहड़ा हैगा वो चिंतित हैगा अपनी रोटी तो भी जिहड़े शाहूकार आ वड्डियां वड्डियां कोठियां दे विच राजनीतिक साडे जिहड़े हैगे आ बेशक आम परिवारां चों सी पर वड्डियां वड्डियां कोठियां दे विच रह रहे देखो जी जिहड़े इन्हां ने विचार रखे आ मेरे ख्याल ते मेरे सहमति ते गल छड्ड दो तुसीं भी सहमत होवोगे इस गल तो क्योंकि इन्हां ने बड़े वैसे भी पोलिटिक्स ने प्रधान ने साडे और इन्हों इनी नॉलेज है तो इस मुतलक मेरे ख्याल से इन्हों एक भी शब्द क्या होया कोई गलत नहीं है कि जोड़ा भुखा मरता पाया गरीब ही मरता पाया और बगैर पैसे लाया सरकार देखो मोह की भाईवाल बनी है ठीक है तुम टैक्स लाओ देश टैक्स ना ही चलते हैं लेकिन यह नहीं कि पब्लिक का गला ही घोट दौ ये नहीं चाहिए मैं एक गल होर तुहाडे करना चाहूँगा बड़े बड़े मुद्दे रख ले जाते हैं कि वातावरण की गल नहीं की जाती पानी की गल नहीं की जाती सानू बोतलों से पानी पीण वास्ते जिथे कि पंजाब सोने की चिड़ी सी जिथे मर्जी खूह पुट के पानी पी लिया जाता सी जितों मर्जी टूटी तो पानी पी के असी अपनी प्यास बुझा सकते सी शायद अभी टूटी खोलण दे विच ही सानू डर महसूस होंदा कि यह पानी खतरनाक हो चुका वा वातावरण की गल करदे आ वातावरण प्रदूषित हो चुका वा हैल्थ की कोई गल नहीं की जाती एजुकेशन की गल नहीं की जाती तो पंजाब नू कैलीफोर्निया बनाउण दी जरूर गल की जाती है देखो जी जिहड़ी सब तो वड्डी समस्या है ਸਾਡੇ ਤੱਕ ਤੇ ਨਿਭ ਜਾਏਗੀ ਪਰ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਬੜੀ ਦਿੱਕਤ ਆਏਗੀ ਤੁਸੀਂ ਦੇਖਦੇ ਹੋ ਕਈ ਕੇਰਲਾ 'ਚ ਇੱਧਰ ਉੱਧਰ ਮਹਾਰਾਸ਼ਟਰ 'ਚ ਮੈਂ ਵੀ ਫੋਟੋਆਂ ਵੇਖਦਾ ਯੂਟਿਊਬ 'ਚ ਵੇਖਦਾ ਕਿ ਮੈਂ ਕਹਿੰਦਾ ਜੀ ਇੱਕ ਇੱਕ ਕਿਲੋਮੀਟਰ ਖੂਹ 'ਚ ਉਤਰ ਕੇ ਅਤੇ ਅੱਧੇ ਅੱਧੇ ਘੰਟੇ ਬਾਅਦ ਇੱਕ ਬਾਲਟੀ ਭਰਦੀ ਹੈ ਅਤੇ ਪੰਜਾਹ ਪੰਜਾਹ ਲੋਕ ਖੂਹ ਦੇ ਵਿੱਚ ਉਤਰੇ ਆ ਇਹ ਮੁਸੀਬਤ ਪੰਜਾਬ 'ਚ ਵੀ ਆਉਣ ਵਾਲੀ ਹੈ ਇਹਦਾ ਹੱਲ ਕੱਢਣਾ ਚਾਹੀਦਾ ਸਭ ਤੋਂ ਵੱਡਾ ਹੱਲ ਇੱਕੋ ਹੀ ਹੈ ਜਿਹੜਾ ਕੁਦਰਤੀ ਪਾਣੀ ਹੈ ਕੁਦਰਤੀ ਪਾਣੀ ਨੂੰ ਧਰਤੀ ਦੇ ਹੇਠਾਂ ਕਿਵੇਂ ਲਿਆ ਸਕਦੇ ਇਹਦੀ ਮੈਂ ਸੁਣਿਆ ਸੀ ਅੱਜ ਤੋਂ ਜਦੋਂ 10 ਸਾਲ ਸਰਕਾਰ ਚੱਲੀ ਸੀ ਸਰਦਾਰ ਹਰਦੀਪ ਸਿੰਘ ਸੀ ਮੇਰੇ ਥੋੜ੍ਹੇ ਜਿਹੇ ਕਲੋਜ਼ ਸੀ ਉਹ ਵੀ 6 ਮੈਂਬਰੀ ਕਮੇਟੀ 'ਚ ਹੈਗੇ ਸੀ ਜਿਹੜੇ ਇਹ ਰਿਸਰਚ ਕਰਦੇ ਸੀ ਕੁਦਰਤੀ ਪਾਣੀ ਜ਼ਮੀਨ ਦੇ ਥੱਲੇ ਇਹ ਸਰਕਾਰਾਂ ਨੂੰ ਚਾਹੀਦਾ ਜਿਸ ਤਰ੍ਹਾਂ ਹੁਣ ਲਾਈਟ ਹੈ ਬੱਤੀ ਹੈ ਪਾਣੀ ਹੈ ਸ਼ੌਚਾਲਿਆ ਬਣਾ ਦਿਓ ਬਿਲਕੁਲ ਤੁਸੀਂ ਸਵਾਲ ਠੀਕ ਕੀਤਾ ਵਾ ਕਿ ਜਿਹੜਾ ਇੱਕ ਵਾਤਾਵਰਨ ਹੈ ਦੇਖੋ ਇੱਕ ਹੈ ਸਾਡਾ ਅੰਮ੍ਰਿਤਸਰ ਲੈ ਲਓ ਇਹ BRTS ਬਣਾਇਆ ਪਿਛਲੀ ਸਰਕਾਰ ਨੇ ਮੈਂ ਕਹਿੰਦਾ ਜੀ ਤੁਸੀਂ ਅੱਜ ਉਹ ਦੇਖ ਲਓ ਜੇ ਇੱਕ ਉਹਨੂੰ ਚਲਾਉਣ ਵਾਸਤੇ ਸਿੱਧੂ ਸਾਹਿਬ ਨੇ 3 ਮਹੀਨਿਆਂ ਵਾਸਤੇ ਬੱਸ ਫ੍ਰੀ ਕੀਤੀ ਅਤੇ ਲੋਕਾਂ ਦਾ ਬਹਿਣ ਦਾ ਰੁਝਾਨ ਹੋਇਆ ਵਰਨਾ ਉਹਦੇ ਵਿੱਚ ਅਰਬਾਂ ਰੁਪਏ ਲੱਗੇ ਆ ਅਤੇ ਕਰੋੜਾਂ ਰੁਪਏ ਖਾਧੇ ਗਏ ਆ ਅਤੇ ਹੋਇਆ ਕਿ ਉਹਦੀ ਆੜ ਦੇ ਵਿੱਚ ਲਕਸ਼ਮੀਕਾਂਤ ਦਾ ਚਾਵਲਾ ਜੀ ਹੈ BJP ਦੇ ਉਹਨਾਂ ਨੇ ਆਵਾਜ਼ ਚੁੱਕੀ ਸੀ ਇਹਨਾਂ ਲੋਕਾਂ ਨੇ ਇਹਨਾਂ ਦੀ ਸਰਕਾਰ ਨੇ ਅਕਾਲੀ BJP ਨੇ ਲੱਖਾਂ ਵਰਿਸ਼ ਜਿਹੜੇ GT ਰੋਡ 'ਤੇ ਹੁੰਦੇ ਦੇਖੇ ਸੀ ਜਾਂ ਜਿਹੜੇ ਮੇਨ ਰੋਡ 'ਤੇ ਦੇਖੇ ਸੀ ਇਹਨਾਂ ਨੇ ਵੱਡੇ ਧੜਾ ਧੜ ਵੱਡੇ ਵੱਢ ਕੇ ਸੜਕ ਚੋਰੀ ਕਰਤੀ BRTS ਉਹ ਫੇਲ ਹੋ ਗਿਆ ਅੱਗੇ ਜੈਪੁਰ ਵੀ ਫੇਲ ਹੋਇਆ ਬੰਬੇ ਵੀ ਫੇਲ ਹੋਇਆ ਇੱਥੇ ਵੀ ਫੇਲ ਹੋ ਗਿਆ ਕਿਹੜੀ ਸਰਕਾਰ ਵੇਖਣੀ ਚਾਹੁੰਦੇ ਆ ਅਕਾਲੀ ਭਾਜਪਾ ਸਮਰਥਨ ਦੇ ਨਾਲ ਜਿਹੜੀ ਆ ਭਾਜਪਾ ਸਰਕਾਰ ਜਾਂ ਕਾਂਗਰਸ ਦੀ ਦੇਖੋ ਕਾਂਗਰਸ ਦੀ ਸਰਕਾਰ ਹੈ ਆਏਗੀ ਤਾਂ ਕਾਂਗਰਸ ਦੀ ਕੇਂਦਰ ਦੇ ਵਿੱਚ ਦੇਖੋ ਉਹਦਾ ਇਹ ਹੈ ਨਾ ਕਿ ਤੁਸੀਂ ਕਹੋ ਮੋਦੀ ਦੀ ਸਰਕਾਰ ਤੋਂ ਜਿਹੜੇ BJP ਮੇਰੇ ਅਸੀਂ ਸਾਡਾ ਗਰੁੱਪ ਹੈ ਬੜਾ ਵੱਡਾ ਉਹਦੇ ਵਿੱਚ ਵੀ 10-12 ਬੰਦੇ BJP ਦੇ ਵੀ ਆ ਬਾਕੀ ਕਾਂਗਰਸੀ ਵੀ ਆ ਸਹੀ ਮੈਂ ਅੰਦਰੋਂ ਜਦੋਂ ਗੱਲਾਂ ਕਰੀ ਦੀਆਂ ਖੁੱਲ੍ਹ ਕੇ ਵਿਚਾਰ ਕਰੀ ਦੇ ਆ ਅੰਦਰੋਂ ਵੀ ਸ਼ਰਮਿੰਦੇ ਨੇ ਉਹਨਾਂ ਨੂੰ ਪਤਾ ਬੜੀ ਵੱਡੀ ਮਾਰ ਵੱਜੀ ਹੈ ਸਾਨੂੰ GST ਨਾਲ ਸਭ ਤੋਂ ਪਹਿਲਾਂ ਨੋਟਬੰਦੀ ਨਾਲ ਵੱਜੀ ਤੁਸੀਂ ਦੇਖੋ ਉਦੋਂ ਦੀਆਂ ਵੀਡੀਓ ਵੇਖੋ 140 ਬੰਦੇ ਲੈਣਾਂ ਦੇ ਵਿੱਚ ਮਰ ਗਏ ਉਦੋਂ ਦੀਆਂ ਵੀਡੀਓ ਵੇਖੋ ਮੇਰੇ ਵਰਗੇ ਨੂੰ ਵੀ ਮੈਨੂੰ ਪਤਾ ਮੈਂ ਮੈਨੇਜਰ ਦੇ ਤਰਲੇ ਕੱਢੇ ਯਾਰ ਮੈਂ ਕਿੱਥੇ ਲੈਣ 'ਚ ਖਲੋਵਾਂਗਾ ਭੈਣ ਜੋ ਮੈਂ ਮੇਰੇ 3 ਅਕਾਊਂਟ ਹੈ ਮੈਂ ਲੈਣ 'ਚ ਖਲੋਵਾਂ 4000 ਰੁਪਇਆ ਲੈਣ ਵਾਸਤੇ ਲੇਕਿਨ ਉਦੋਂ ਮੈਨੇਜਰ ਵਾਲੀ ਚੰਦਿਆ ਨਹੀਂ ਉਹਦੇ 'ਚ ਨੁਕਸਾਨ ਹੋਇਆ ਜਨਤਾ ਦਾ ਚਾਂਦੀ ਵੀ ਹੋਈ ਹੈ ਬੜੇ ਲੋਕਾਂ ਦੀ ਚਾਂਦੀ ਹੋਈ ਬੈਂਕ ਮੈਨੇਜਰਾਂ ਦੀ ਜਿਨ੍ਹਾਂ ਨੇ ਕੋਠੀਆਂ ਪਾ ਲਈਆਂ ਅੰਦਰੋਂ ਭੈਣ ਚੋ 20-20 ਲੱਖ ਰੁਪਇਆ ਬੈਂਕ ਮੈਨੇਜਰ ਸ਼ੋਅ ਦੀਆਂ ਦੁਕਾਨਾਂ 'ਚ ਜਾ ਕੇ ਮੀਟਿੰਗਾਂ ਕਰਦੇ ਪਏ ਜਦਕਿ ਉਹਦੀ ਨੌਕਰੀ ਬੈਂਕ ਦੇ ਅੰਦਰ ਹੈ ਮੈਂ ਵੀਡੀਓ ਲਾਈ ਸੀ ਮੈਂ ਵਾਇਰਲ ਕਰਨ ਲੱਗਾ ਸੀ ਫਿਰ ਉਹਨੇ ਸੋਰੀ ਫੀਲ ਕਰਕੇ ਚਲੋ ਉਹਦੀ ਆੜ 'ਚ ਇਹ ਲਓ ਜੀ ਤੁਸੀਂ ਆਪਣਾ 18000 ਰੁਪਇਆ ਲੈ ਲਓ 2-3 ਘੰਟਿਆਂ ਦੇ ਵਿੱਚ ਤੁਸੀਂ ਸਹਿਮਤ ਹੋ ਗਏ ਕਿ ਮੈਂ ਵੀਡੀਓ ਵਾਇਰਲ ਨਹੀਂ ਕਰ ਲਈ 18000 ਰੁਪਇਆ ਲੈ ਲਿਆ ਨਹੀਂ 18000 ਰੁਪਇਆ ਮੇਰਾ ਬੰਦਾ ਸੀ 3 ਘੰਟਿਆਂ 'ਚ ਫਿਰ ਵੀਡੀਓ ਵਾਇਰਲ ਕਰਨ ਦੇ ਨਾਲ ਹੋ ਸਕਦਾ ਹੋਰ ਲੋਕਾਂ ਦਾ ਫਾਇਦਾ ਹੋ ਜਾਂਦਾ ਉਹਦਾ ਇਹ ਸੀ ਉਹਦਾ ਵੀਡੀਓ ਵਾਇਰਲ ਦੇ ਵਿੱਚ ਸਾਰਾ ਬਾਜ਼ਾਰ ਇਕੱਠਾ ਹੋ ਗਿਆ ਹਲ ਬਾਜ਼ਾਰ ਗੋਲਡੀ ਚੌਂਕ ਦੇ ਵਿੱਚ ਯੈਸ ਬੈਂਕ ਦੀ ਗੱਲ ਹੈ ਮੈਂ ਉਹਦਾ ਕਲਾਇੰਟ ਹੈ ਮੇਰੇ 2 ਕੋਟ ਹੈ ਜਦੋਂ ਸਾਰਾ ਬਾਜ਼ਾਰ ਇਕੱਠਾ ਹੋ ਗਿਆ ਔਰ ਬਾਜ਼ਾਰ ਦੇ ਵਿੱਚ ਜਦੋਂ ਇੱਕ ਬੰਦਾ ਸੋਰੀ ਫੀਲ ਕਰ ਲਵੇ ਤਾਂ ਫਿਰ ਉਸ ਤੋਂ ਬਾਅਦ ਵੀ ਮੈਂ
ਕਰਾਂ ਤੇ ਫਿਰ ਅਹਿਸਾਸ ਕੀਤਾ ਸੀ ਉਹਨਾਂ ਨੇ। ਹਾਂ ਬਿਲਕੁਲ ਜੀ, ਇਹ ਸਨ ਅੰਮ੍ਰਿਤਸਰ ਦੇ ਨਿਵਾਸੀ ਇਸ ਟਾਈਮ ਦੇ ਉੱਤੇ ਕੂਪਰ ਰੋਡ ਤੇ ਖੜੇ ਹੈਗੇ ਆ, ਕੂਪਰ ਰੋਡ ਦੇ ਆਵਾਜਾਈ ਵੇਖ ਰਹੇ ਹੈਗੇ ਆ। ਸਵੇਰ ਦਾ ਟਾਈਮ ਆ, ਜੇ ਇੱਥੇ GST ਦੀ ਗੱਲ ਕੀਤੀ ਸੀ ਤੇ ਕਿਤੇ ਨਾ ਕਿਤੇ ਨੋਟਬੰਦੀ ਦੀ ਗੱਲ ਕੀਤੀ ਆ, ਵਪਾਰੀ ਵਰਗ ਬਿਲਕੁਲ ਨਿਰਾਸ਼ ਹੈਗਾ ਵਾ। ਆਉਣ ਵਾਲੀ ਸਰਕਾਰ ਉੱਪਰ ਵੇਖਦੇ ਹਾਂ ਕਾਂਗਰਸ ਦੀ ਆਉਂਦੀ ਆ ਜਾਂ ਭਾਜਪਾ ਮੋਦੀ ਜੀ ਲੈ ਕੇ ਆਉਂਦੇ ਹੈਗੇ ਆ, ਪਰ ਜੇ ਮੈਂ ਵਪਾਰੀ ਵਰਗ ਦੀ ਗੱਲ ਕਰਾਂ ਨਾ ਖੁਸ਼ ਹੈਗਾ ਵਾ, ਜੇ ਕਿਸਾਨੀ ਵਰਗ ਦੀ ਗੱਲ ਕਰਦੇ ਹਾਂ ਇਹ ਸਰਕਾਰਾਂ ਤੋਂ ਇਹਨਾਂ ਤੋਂ ਨਾ ਖੁਸ਼ ਹੈਗਾ ਵਾ। ਫਿਰ ਵੀ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਵੇਖਦੇ ਹਾਂ ਅੰਮ੍ਰਿਤਸਰ ਦੇ ਨਿਵਾਸੀ ਕੀ ਕਹਿੰਦੇ ਆ। ਇਸ ਟਾਈਮ ਦੇ ਉੱਤੇ ਗਿਆਨੀ ਟੀ ਸਟਾਲ ਵਾਲੇ ਦਾ ਸਵੇਰ ਦਾ ਟਾਈਮ ਸੀ, ਚਾਹ ਦੀਆਂ ਚੁਸਕੀਆਂ ਲੈਂਦੇ ਤਾਂ ਆਪਾਂ ਵੇਖ ਹੀ ਰਹੇ ਹੈਗੇ ਹਾਂ। ਚਾਹ ਦੀਆਂ ਚੁਸਕੀਆਂ ਦੇ ਨਾਲ ਇਹ ਜਿਹੜੀ ਸਿਆਸਤ ਗਰਮਾਈ ਹੈਗੀ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ। 19 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਆ, ਜਿਹਦਾ ਕਿ ਰਿਜ਼ਲਟ 23 ਤਰੀਕ ਨੂੰ ਆਉਣਾ, ਅਤੇ ਬਹੁਤ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਇਸ ਟਾਈਮ ਦੇ ਉੱਤੇ ਅੰਮ੍ਰਿਤਸਰ ਦੇ ਮੂਲ ਨਿਵਾਸੀ ਤਾਂ ਇਹੋ ਹੀ ਕਹਿ ਰਹੇ ਹੈਗੇ ਕਿ ਇੱਥੇ ਗੁਰਜੀਤ ਸਿੰਘ ਔਜਲਾ ਭਾਰੀ ਬਹੁਮਤ ਨਾਲ ਜਿੱਤਣਗੇ। ਜੇ ਆਪਾਂ ਗੱਲ ਕੀਤੀ ਸੀ ਮੋਦੀ ਸਰਕਾਰ ਦੀ, ਕਿਤੇ ਨਾ ਕਿਤੇ ਲਗਭਗ ਬਰਾਬਰ ਦੇ ਵਿੱਚ ਭਿੜ ਰਹੇ ਹੈਗੇ ਆ। ਕਾਂਗਰਸ ਅਤੇ ਮੋਦੀ ਕਿਹੜੀ ਸਰਕਾਰ ਆਉਣੀ ਆ ਇਹ ਤਾਂ 23 ਤਰੀਕ ਹੀ ਦੱਸੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।